ਮੁਗਲ ਹੁਕਮਰਾਨ ਚਾਹੁੰਦੇ ਸਨ ਵੀ ਸਾਰੇ ਹੀ ਧਰਮਾਂ ਨੂੰ ਖਤਮ ਕਰਕੇ ਸਭ ਨੂੰ ਮੁਸਲਮਾਨ ਕੀਤਾ ਜਾਵੇ। ਹਿੰਦੂਆਂ ਦੇ ਜੰਜੂ ਲੈਣ ਲੱਗੇ, ਸਿੱਖਾਂ ਤੇ ਜ਼ੁਲਮ ਹੋਣ ਲੱਗਾ। ਉੱਥੇ ਫਿਰ ਸਿੱਖਾਂ ਨੇ ਝੁਕਣਾ ਨਹੀਂ ਕਬੂਲਿਆ, ਸਿਰ ਕੱਟਿਆ ਜਾਂਦਾ ਹੈ ਤੇ ਕੱਟਿਆ ਜਾਵੇ। ਐਸੀਆਂ ਹੀ ਸ਼ਹਾਦਤਾਂ ਦੇ ਦੌਰ ਨੂੰ ਵੱਡਾ ਘੱਲੂਘਾਰਾ ਕਹਿੰਦੇ ਨੇ। ਜਿਸ ਸੰਦਰਭ ਵਿੱਚ ਆਪਾਂ ਇਹ ਸਮਾਗਮ ਰੱਖੇ ਨੇ, ਘੱਲੂਘਾਰੇ ਦਾ ਮਤਲਬ ਕੀ ਹੈ? ਤਬਾਹੀ, ਕਾਰਤੀ, ਸਰਵਨਾਸ਼ ਕਰਨਾ ਕਿਸੇ ਕੌਮ ਦਾ। ਜਿਹੜੇ ਇੰਗਲਿਸ਼ ਜਾਣਦੇ ਨੇ ਉਹ ਸਮਝਦੇ ਨੇ ਕਿ ਲਫ਼ਜ਼ ਹੈ ਹੋਲੋਕੌਸਟ, ਖੁਰਾ ਖੋਜ ਮਿਟਾ ਦੇਣਾ ਅਗਲੇ ਦੀ ਨਸਲ ਦਾ। ਤੋ ਇਹ ਘੱਲੂਘਾਰਾ ਵਾਪਰਦਾ ਕਿੱਦਾਂ ਹੈ? ਇੱਕ ਹੋਇਆ ਹੈ ਅਹਿਮਦ ਸ਼ਾਹ ਦੁਰਾਨੀ, ਮੁਲਤਾਨ ਵਿੱਚ ਪੈਦਾ ਹੋਇਆ, ਗਵਰਨਰ ਮੁਹੰਮਦ ਜ਼ਮਾਨ ਖਾਨ ਦੇ ਘਰ, ਜ਼ਰਗੁਨਾ ਅਲਕੋਜ਼ੇਈ ਦਾ ਇਹ ਬੱਚਾ ਹੈ। ਅਕਤੂਬਰ 1722 ਈਸਵੀ ਦੀ ਗੱਲ ਹੈ। ਇਹ ਸੁੰਨੀ ਮੁਸਲਮਾਨ ਹੈ, ਕੱਟੜ, ਸ਼ਰੀਅਤ ਵਿੱਚ ਚੱਲਣ ਵਾਲਾ। ਇਹਦੇ ਤੋਂ ਪਹਿਲਾਂ ਇੱਕ ਨਾਦਰ ਸ਼ਾਹ ਬਾਦਸ਼ਾਹ ਸੀ ਅਫਗਾਨਿਸਤਾਨ ਦਾ। 12 ਮਾਰਚ 1738 ਈਸਵੀ ਵਿੱਚ ਨਾਦਰ ਸ਼ਾਹ ਨੇ ਕਧਾਰ ਜਿੱਤਿਆ। ਜ਼ੁਲਫਕਾਰ ਖਾਨ ਇਸਦਾ ਛੋਟਾ ਭਰਾ ਅਹਿਮਦ ਖਾਨ ਦਾ, ਅਬਦਾਲੀ ਦਾ। ਇਹ ਦੋਨੇ ਕੰਧਾਰ ਚ ਕੈਦ ਸਨ ਤੇ ਜਦੋਂ ਨਾਦਰ ਸ਼ਾਹ ਨੇ ਕੰਧਾਰ ਜਿੱਤ ਲਿਆ ਤੇ ਉਹ ਕੈਦੀ ਰਿਹਾ ਕੀਤੇ, ਉਦੋਂ ਅਹਿਮਦ ਸ਼ਾਹ ਅਬਦਾਲੀ ਤੇ ਜ਼ੁਲਫਕਾਰ ਖਾਨ ਇਹ ਦੋਨੇ ਰਿਹਾ ਹੋਏ। ਅਹਿਮਦ ਖਾਨ ਦਾ ਪ੍ਰਭਾਵਸ਼ਾਲੀ ਵਿਅਕਤੀਗਤ ਵੇਖ ਕੇ ਨਾਦਰ ਸ਼ਾਹ ਮੋਹਿਆ ਗਿਆ। ਨਾਦਰ ਸ਼ਾਹ ਨੇ ਅਹਿਮਦ ਖਾਨ ਅਬਦਾਲੀ ਨੂੰ ਯਸਾਵਲ ਭਰਤੀ ਕਰ ਲਿਆ, ਅਰਦਲੀ ਰੱਖ ਲਿਆ, ਨੌਕਰ ਬਣਾ ਲਿਆ। ਜਦੋਂ ਨਾਦਰ ਸ਼ਾਹ ਨੇ 1738 ਵਿੱਚ ਫਿਰ ਕਾਬਲ ਵੀ ਜਿੱਤ ਲਿਆ, ਉੱਥੇ ਵੀ ਆਪਣਾ ਝੰਡਾ ਬੁਲੰਦ ਕੀਤਾ। ਇੱਥੋਂ ਤਿਆਰੀ ਕਰਕੇ ਹੁਣ ਹਿੰਦੁਸਤਾਨ ਨੂੰ ਲੁੱਟਣ ਲਈ ਚੱਲਦਾ ਹੈ। ਪਹਿਲਾਂ ਲਾਹੌਰ ਜਿੱਤਿਆ, ਫਿਰ ਕਰਨਾਲ ਨੂੰ ਲੁੱਟਿਆ ਤੇ ਫਿਰ ਦਿੱਲੀ ਲੁੱਟੀ। ਦਿੱਲੀ ਦੇ ਵਿੱਚ ਨਾਦਰ ਸ਼ਾਹ ਨੇ 30,000 ਦੇ ਕਰੀਬ ਬੰਦਾ ਬੇਗੁਨਾਹ ਹੀ ਕਤਲ ਕਰ ਦਿੱਤਾ। ਏਡਾ ਜ਼ਾਲਮ ਬੰਦਾ ਸੀ ਇਹ, ਉਹ ਜਿਹੜਾ ਕੋਹੀਨੂਰ ਹੀਰਾ, ਉਹ ਵੀ ਪਕੜ ਵਿੱਚ ਆਇਆ। ਇਹਦੇ ਸ਼ਾਹੀ ਖਜ਼ਾਨੇ ਲੁੱਟੇ ਗਏ, ਸੋਨਾ, ਹੀਰੇ, ਜਵਾਹਰਾਤ, ਤਖਤੇ ਤਾਊਸ, ਜੋ ਕੁਝ ਵੀ ਚੰਗਾ ਲੱਗਿਆ ਲੁੱਟ ਕੇ ਤੁਰ ਪਿਆ। ਸਾਰਾ ਖਜ਼ਾਨਾ ਬੰਨ ਕੇ ਹਾਥੀ, ਘੋੜੇ, ਊਠ, ਖੱਚਰਾਂ ਤੇ ਲੱਦਿਆ, ਨਾਲ ਨਾਲ ਹਜ਼ਾਰਾਂ ਜਵਾਨ ਮਰਦ ਅਤੇ ਖੂਬਸੂਰਤ ਔਰਤਾਂ ਨੂੰ ਗੁਲਾਮ ਬਣਾ ਕੇ ਤੁਰ ਪਿਆ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਜਗਤ ਦੀ ਜਿਹੜੀ ਰਾਜ ਸੀ, ਤਾਕਤ ਸੀ, ਉਹ ਟੁੱਟੀ ਹੋਈ ਸੀ। ਬਚੇ ਖੁਚੇ ਸਿੰਘ ਜੰਗਲਾਂ ਵਿੱਚ ਦਿਨ ਕੱਟ ਰਹੇ ਸਨ। ਕੁਝ ਦਰਬਾਰਾ ਸਿੰਘ ਵਰਗਿਆਂ ਨੇ ਸਿੱਖਾਂ ਨੂੰ ਹਲੂਣਾ ਦਿੱਤਾ,
ਖਿਲਰੇ ਪੁਲਰੇ ਸਿੰਘਾਂ ਨੂੰ ਲੱਭ ਕੇ ਇਹ ਬੇਨਤੀ ਕੀਤੀ, ਖਾਲਸਾ ਜੀ ਜੰਗਲਾਂ ਵਿੱਚ ਗੁਪਤ ਹੋਏ ਬੈਠੇ ਹੋ, ਮੁਗਲੀਆ ਸਲਤਨਤ ਤੇ ਅਫਗਾਨ ਭਾਰਤ ਵਰਸ਼ ਦੀ ਰੂਹੇ ਜ਼ਮੀਨ ਤੇ ਜ਼ੁਲਮ ਕਰ ਰਹੇ ਨੇ, ਤੁਸੀਂ ਲੁਕੇ ਛਿਪਿਆਂ ਨੇ ਮੁੱਕ ਜਾਣਾ ਹੈ। ਇਸ ਤੋਂ ਚੰਗਾ ਹੈ ਸ਼ਸਤਰ ਪਕੜ ਕੇ ਖਾਲਸਾ ਰਾਜ ਕਾਇਮ ਕੀਤਾ ਜਾਵੇ। ਦਲੀਲਾਂ ਦਾ ਅਸਰ ਹੋਇਆ, ਝਾੜ ਝਾੜ ਵਿੱਚੋਂ ਸਿੰਘ ਨਿਕਲ ਆਏ, ਅਨੇਕਾਂ ਜਥੇ ਸਿੰਘਾਂ ਦੇ ਬਣ ਗਏ। ਗੁਰਬਾਣੀ ਦਾ ਫੁਰਮਾਨ ਹੈ, ਸੇਵਹੁ ਸਤਿਗੁਰ ਦੇਵ ਅੱਗੇ ਨਾ ਮਰਹੁ ਡਰ। ਜਿਹੜੇ ਗੁਰੂ ਦੀ ਸੇਵਾ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਖਾਲਸਾ ਪ੍ਰਗਟ ਹੁੰਦਾ ਹੈ। ਪੰਜਾਬ ਦਾ ਗਵਰਨਰ ਅਬਦ ਸਮਦ ਖਾਨ ਹੈ, ਇਹਦੇ ਨਾਲ ਖਾਲਸੇ ਦੀ ਤਲਵਾਰ ਖੜਕੀ ਹੈ। ਨਾਦਰ ਸ਼ਾਹ ਨੇ ਹਜੇ ਤੱਕ ਅੰਗੂਰੀਆਂ ਹੀ ਚਰੀਆਂ ਸਨ, ਉਹਨੂੰ ਨਹੀਂ ਸੀ ਪਤਾ ਮੁੜਦੇ ਵਕਤ ਹਾਲਾਤ ਬਦਲ ਜਾਣੇ ਨੇ ਤੇ ਲੋਹੇ ਦੇ ਚਣੇ ਚਬਾਉਣੇ ਪੈਣਗੇ। ਅੰਬਾਲੇ ਪਾਸ ਇਹਦੀ ਫੌਜ ਆਰਾਮ ਕਰ ਰਹੀ ਸੀ, ਇਰਾਨੀ ਫੌਜ। ਸਿੰਘਾਂ ਨੇ ਗੁਰਿੱਲਾ ਵਾਰ ਛੇੜ ਦਿੱਤੀ, ਆ ਕੇ ਹਮਲਾ ਬੋਲਿਆ, ਨਾਦਰ ਸ਼ਾਹ ਦਾ ਖਜ਼ਾਨਾ ਲੁੱਟ ਲਿਆ। ਹੁਣ ਨਾਦਰ ਸ਼ਾਹ ਦਾ ਰਾਹ ਜਿਹੜਾ ਹੈ ਨਾ, ਉਹ ਸ਼ਿਵਾਲਿਕ ਪਹਾੜ ਦੀ ਕੰਢੀ ਤੋਂ ਲੰਘਦਾ ਹੈ, ਕਿਉਂਕਿ ਮਾਰਚ ਦਾ ਅਖੀਰ ਹੈ, ਅਪ੍ਰੈਲ ਚੜ੍ਹਨ ਵਾਲਾ ਹੈ ਤੇ ਗਰਮੀ ਤੋਂ ਬਚਣ ਲਈ ਇਹਦੀਆਂ ਫੌਜਾਂ ਨੇ ਪਹਾੜੀ ਰਸਤਾ ਲੈ ਲਿਆ। ਸਿੰਘਾਂ ਨੇ ਉੱਥੇ ਹਮਲਾ ਕਰਕੇ ਨਾਦਰ ਸ਼ਾਹ ਦੀ ਫੌਜ ਵਿੱਚ ਇੰਨਾ ਡਰ ਪੈਦਾ ਕਰ ਦਿੱਤਾ, ਅਗਲੇ ਦਿਨ ਜਦੋਂ ਸ਼ਾਮਾਂ ਪੈਣੀਆਂ, ਰਾਤ ਹੋਣੀ ਤੇ 11 ਵਜੇ ਦੇ ਕਰੀਬ ਘੜਿਆਲ ਵੱਜਣਾ ਤੇ ਹੋਕਾ ਦਿੱਤਾ ਜਾਣਾ, ਹੁਸ਼ਿਆਰ ਹੁਸ਼ਿਆਰ, 12 ਵਜੇ ਚੱਲੇ ਨੇ, ਸਿੰਘ ਕਾਫਰ ਸਬਖੂਨ ਮਾਰਨ ਲਈ ਆ ਗਏ ਨੇ, ਸਾਰੇ ਹੁਸ਼ਿਆਰ ਹੋ ਜਾਓ। ਵਜ਼ੀਰਾਬਾਦ ਤੱਕ ਇਹੀ ਕੁਝ ਹੁੰਦਾ ਰਿਹਾ। ਨਾਦਰ ਸ਼ਾਹ ਦੇ ਖਜ਼ਾਨੇ ਦਾ ਕਾਫੀ ਭਾਰ ਸਿੰਘਾਂ ਨੇ ਹੌਲਾ ਕਰ ਦਿੱਤਾ ਔਰ ਉਹਦੀ ਪਕੜ ਚੋਂ ਜਵਾਨ ਮੁੰਡੇ ਕੁੜੀਆਂ ਛਡਵਾਏ, ਜਿਹੜੇ ਗਜ਼ਨੀ ਦੀ ਮੰਡੀ ਵਿੱਚ ਜਾ ਕੇ ਉਹਨੇ ਟਕਿਆਂ ਤੇ ਵੇਚਣੇ ਸਨ। ਮੱਚ ਉੱਠਿਆ ਸੀ ਨਾਦਰ ਸ਼ਾਹ ਵੀ ਅੱਜ ਚੋਰਾਂ ਨੂੰ ਮੋਰ ਪੈ ਗਏ ਨੇ। ਉਦੋਂ ਕਹਾਵਤ ਬਣੀ ਹੈ ਵੀ ਸਿੰਘਾਂ ਦੇ 12 ਵਜੇ ਨੇ ਤੇ ਟਕਿਆਂ ਟਕਿਆਂ ਤੇ ਚੰਨ ਦੀ ਇਸ ਚੰਮ ਦੀ ਨੁਮਾਇਸ਼ ਕਰਨ ਵਾਲੇ ਐਕਟਰ ਮਖੌਲ ਕਰਨਗੇ ਸਿੰਘਾਂ ਨੂੰ ਵੀ 12 ਵਜ ਗਏ ਨੇ ਤੁਹਾਡੇ। ਜੇ ਸਿੰਘਾਂ ਦੇ 12 ਨਾ ਵਜੇ ਹੁੰਦੇ ਤੇ ਤੁਹਾਡੇ ਘਰ ਕੋਈ ਬਹੂ ਬੇਟੀ ਨਾ ਹੁੰਦੀ, ਨਾ ਕਿਸੇ ਦੀ ਮਾਂਗ ਦਾ ਸੰਧੂਰ ਹੁੰਦਾ ਤੇ ਨਾ ਕੋਈ ਵਰਮਾਲਾ ਹੀ ਗਲ ਵਿੱਚ ਪਾਉਣ ਨੂੰ ਮਿਲਦੀ। ਇਹ ਖਾਲਸੇ ਦੀ ਕੁਰਬਾਨੀ ਹੈ, ਤੁਹਾਡੀ ਹਿੰਦ ਵਾਸੀਆਂ ਦੀ ਇੱਜ਼ਤ ਪੱਤ ਟੱਕੀ ਹੈ। ਇੰਡੀਅਨ ਹਿਸਟਰੀ ਨੂੰ ਤੇ ਮਿਟਾ ਕੇ ਬਦਲ ਦਓਗੇ। ਜਿਹੜੇ ਬੜੇ ਬੜੇ ਪਰਸ਼ੀਅਨ ਬੜੇ ਬੜੇ ਗੋਰੇ ਵਿਦਵਾਨਾਂ ਨੇ ਹਿਸਟਰੀ ਲਿਖੀ ਹੈ ਵੀ ਖਾਲਸੇ ਨੇ ਕਿਵੇਂ ਬਹੂ ਬੇਟੀਆਂ ਛੁਡਵਾਈਆਂ, ਉਹਨਾਂ ਦਾ ਕੀ ਕਰੋਗੇ? ਉਹ ਹਿਸਟਰੀ ਨਹੀਂ ਤੁਹਾਡੇ ਕੋਲੋਂ ਮਿਟਾਈ ਜਾਣੀ। ਇਸ ਗੱਲ ਦਾ ਖਿਆਲ ਰੱਖਿਆ ਕਰੋ ਤੇ ਜੇ ਕੋਈ ਤੁਹਾਨੂੰ ਮਖੌਲ ਕਰੇ, ਖਾਲਸੇ ਦੇ 12 ਵਜੇ ਨੇ ਤੇ ਇਹਦੇ ਵਿੱਚ ਸਿਰ ਝੁਕਾਉਣ ਦੀ ਲੋੜ ਨਹੀਂ ਹੈ, ਛਾਤੀ ਫੁਲਾ ਕੇ ਤੁਰਿਆ ਕਰੋ, ਇਹ ਮਾਣ ਮਤਾ ਇਤਿਹਾਸ ਹੈ ਤੁਹਾਡਾ। ਖੈਰ
ਨਾਦਰ ਸ਼ਾਹ ਬੜਾ ਦੁਖੀ ਹੋਇਆ ਹੈ। ਸਿੱਖ ਪਰਉਪਕਾਰੀ ਸਨ, ਬਾਣੀ ਦਾ ਫੁਰਮਾਨ ਹੈ ਪਰਉਪਕਾਰ ਨਿਤ ਚਿਤਵਤੇ ਨਾਹੀ ਕਸ਼ ਕੋਚ। ਭਾਰਤ ਵਰਸ਼ ਦੀਆਂ ਬਹੁ ਬੇਟੀਆਂ ਤੇ ਪਰਉਪਕਾਰ ਕੀਤਾ ਸਿੱਖਾਂ ਨੇ। ਇੱਕ ਰਚਨਾ ਹੈ ਤਨਖਾਹ ਨਾਮਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਵਾਲ ਜਵਾਬ ਨੇ ਉਹਦੇ ਵਿੱਚ ਭਾਈ ਨੰਦ ਲਾਲ ਜੀ ਦੇ ਨਾਲ। ਭਾਈ ਨੰਦ ਲਾਲ ਸਵਾਲ ਕਰਦੇ ਨੇ, ਗੁਰਦੇਵ ਜਵਾਬ ਦਿੰਦੇ ਨੇ। ਉੱਥੇ ਖਾਲਸੇ ਦੀ ਕਰਨੀ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਨੇ ਜੋ ਭਾਈ ਨੰਦ ਲਾਲ ਨੇ ਲਿਖੇ। ਖਾਲਸਾ ਸੋ ਜੋ ਨਿਰਧਨ ਕਉ ਪਾਲੈ, ਖਾਲਸਾ ਸੋ ਜੋ ਦੁਸ਼ਟ ਕਉ ਗਾਲੈ, ਖਾਲਸਾ ਸੋ ਜੋ ਨਾਮ ਜਪ ਕਰੈ, ਖਾਲਸਾ ਸੋ ਮਲੇਸ਼ ਪਰ ਚੜੈ। ਮਲੇਸ਼ਾ ਤੇ ਚੜ੍ਹਾਈ ਕਰਕੇ ਖਾਲਸਾ ਨਿਰਧਨ ਨੂੰ ਪਾਲਦਾ ਸੀ, ਗਰੀਬ ਗੁਰਬੇ ਦੀ ਰੱਖਿਆ ਕਰਦਾ ਸੀ। ਇਹ ਖਾਲਸੇ ਦਾ ਇਤਿਹਾਸ ਹੈ। ਨਾਦਰ ਸ਼ਾਹ ਵੱਡੀ ਦਾ ਟੁੱਕੀ ਦਾ ਕੁਝ ਖਜ਼ਾਨਾ ਗਵਾ ਕੇ ਤਵਾਨ 2 ਕਰੋੜ ਵਸੂਲਣ ਲਈ ਲਾਹੌਰ ਰੁਕਿਆ। ਕਹਿੰਦਾ 2 ਕਰੋੜ ਲੈਣਾ ਵਾ, ਮੇਰਾ ਨੁਕਸਾਨ ਬੜਾ ਹੋਇਆ ਹੈ ਸਿੰਘਾਂ ਦੇ ਹੱਥੋਂ। ਤਵਾਨ ਦਾ ਮਤਲਬ ਹੁੰਦਾ ਹੈ ਨੁਕਸਾਨ ਦੇ ਬਦਲੇ ਕੋਈ ਵਸਤੂ ਲੈਣੀ। ਜ਼ਕਰੀਆ ਖਾਨ ਕੋਲ ਰੋਕੇ, ਉਹਨੂੰ ਆਖਣ ਲੱਗਾ ਇਹ ਕੌਣ ਲੋਕ ਨੇ ਜਿਨ੍ਹਾਂ ਨੇ ਮੈਨੂੰ ਲੁੱਟਿਆ ਹੈ, ਮੈਨੂੰ ਇਹਨਾਂ ਦੇ ਘਰ ਘਾਟ ਬਾਬਤ ਦੱਸਣਾ ਕਰ, ਮੈਂ ਸਾੜ ਫੂਕ ਕੇ ਸਵਾਹ ਕਰ ਦਿਆਂਗਾ। ਜ਼ਕਰੀਆ ਖਾਨ ਨੇ ਜਿਹੜਾ ਜਵਾਬ ਦਿੱਤਾ ਹੈ ਨਾ, ਉਹ ਸੁਣਨ ਵਾਲਾ ਹੈ। ਕਹਿੰਦਾ ਹਜ਼ੂਰ, ਇਹ ਨਾਨਕ ਪੰਥੀ ਫਕੀਰ ਨੇ ਸਾਲ ਵਿੱਚ ਕਿਧਰੇ ਇੱਕ ਵਾਰ ਅੰਮ੍ਰਿਤਸਰ ਆਉਂਦੇ ਨੇ, ਆਪਣੀ ਕੋਈ ਰੀਤ ਨੂੰ ਅੰਜਾਮ ਦਿੰਦੇ ਨੇ, ਮੁਕੱਦਸ ਹੌਸ ਦੇ ਵਿੱਚ ਪਵਿੱਤਰ ਸਰੋਵਰ ਦੇ ਵਿੱਚ ਚੁੱਭੀ ਲਾ ਕੇ ਗਾਇਬ ਹੋ ਜਾਂਦੇ ਨੇ। ਰਹੀ ਗੱਲ ਇਹਨਾਂ ਦੇ ਘਰ ਘਾਟ ਦੀ, ਘੋੜਿਆਂ ਦੀਆਂ ਕਾਠੀਆਂ ਹੀ ਇਹਨਾਂ ਦੇ ਘਰ ਨੇ, ਉੱਥੇ ਹੀ ਸੌਂ ਲੈਂਦੇ ਨੇ। ਅਸੀਂ ਮਾਰ ਮਾਰ ਥੱਕ ਗਏ ਹਾਂ, ਇਹ ਮੁੱਕਣ ਵਿੱਚ ਹੀ ਨਹੀਂ ਆਉਂਦੇ। ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ, ਕਿ ਜੇ ਜਦੋਂ ਗੁਰੂ ਵੱਲ ਹੋਵੇ ਫਿਰ ਲੱਖਾਂ ਬਾਹਾਂ ਦਾ ਡਰ ਨਹੀਂ ਰਹਿੰਦਾ। ਜ਼ਫਰਨਾਮੇ ਵਿੱਚ ਬੜਾ ਸੁੰਦਰ ਸ਼ੇਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲਿਖਿਆ ਹੈ। ਚੂ ਹੱਕ ਯਾਰ ਬਾਸ਼ਦ ਚੇ ਦੁਸ਼ਮਨ ਕੁਨਦ, ਅਗਰ ਦੁਸ਼ਮਨੀ ਰਾ ਬਾਸ਼ਦ ਤਨ ਕੁਨਦ, ਜੇ ਰੱਬ ਵਰਗਾ ਯਾਰ ਹੋਵੇ ਤੇ ਦੁਸ਼ਮਣ ਤੇਰਾ ਕੁਝ ਨਹੀਂ ਵਿਗਾੜ ਸਕਦਾ। ਇਹਨਾਂ ਰੱਬ ਨੂੰ ਯਾਰ ਮੰਨਿਆ ਹੈ, ਤੇ ਜਿਹੜਾ ਸ਼ੇਰ ਨਾਲ ਯਾਰੀ ਪਾਵੇ ਉਹ ਗਿੱਦੜਾਂ ਤੋਂ ਨਹੀਂ ਡਰਦਾ ਹੁੰਦਾ, ਭਾਵੇਂ ਕੱਟਿਆ ਵੱਢਿਆ ਜਾਵੇ। ਕਹਿੰਦੇ ਨਾਦਰ ਸ਼ਾਹ ਦੇ ਮੂੰਹੋਂ ਬੋਲ ਨਿਕਲੇ ਸਨ ਖਾਲਸੇ ਦੀ ਸਿਫਤ ਸੁਣ ਕੇ, ਮੈਨੂੰ ਇਹਨਾਂ ਤੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ। ਜ਼ੋਰ ਲਾ ਕੇ ਇਹਨਾਂ ਦਾ ਖੁਰਾ ਖੋਜ ਮਿਟਾ ਦਿਓ, ਨਹੀਂ ਤੇ ਇਹ ਇਸ ਦੇਸ਼ ਤੇ ਰਾਜ ਕਰਨਗੇ। ਇਹ ਪੇਸ਼ੇਨ ਗੋਈ ਸੱਚ ਸਾਬਤ ਹੋਈ ਸੀ, ਖਾਲਸੇ ਨੇ ਰਾਜ ਵੀ ਕੀਤਾ ਸੀ। ਕੌਣ ਨਹੀਂ ਜਾਣਦਾ, ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਏ ਨੇ ਦਿੱਲੀ ਜਿੱਤੀ, ਮਹਾਰਾਜਾ ਰਣਜੀਤ ਸਿੰਘ ਨੇ ਪਰਿਵਾਰ ਸਮੇਤ 50 ਸਾਲ ਪੰਜਾਬ ਦੇਸ਼ ਤੇ ਰਾਜ ਕੀਤਾ, ਜਿਹੜਾ
ਅਫਗਾਨਿਸਤਾਨ ਚਾਈਨਾ ਤੱਕ ਫੈਲਿਆ ਹੋਇਆ ਸੀ। ਐਸਾ ਰਾਜ ਕੋਈ ਨਹੀਂ ਕਰ ਸਕਿਆ। ਹੁਣ ਨਾਦਰ ਸ਼ਾਹ ਦਾ ਜ਼ੋਰ ਭਾਰਤ ਵਿੱਚ ਬੜਾ ਉੱਚੀ ਅਵਧੀ ਤੇ ਹੈ। ਮੁਹੰਮਦ ਸ਼ਾਹ ਰੰਗੀਲਾ ਦਿੱਲੀ ਬਾਦਸ਼ਾਹ ਇਹਦੇ ਅਧੀਨ ਹੋ ਗਿਆ। ਨਾਦਰ ਸ਼ਾਹ ਨੇ ਇੱਕ ਸੁਲਾਹਨਾਮਾ ਆਪਣੀ ਮਰਜ਼ੀ ਨਾਲ ਲਿਖਿਆ। ਚਾਰ ਮੁਹਾਲ ਸਿਆਲਕੋਟ, ਔਰੰਗਾਬਾਦ, ਗੁਜਰਾਤ ਤੇ ਪਸਰੂਰ, ਪੰਜਾਬ ਦੇ ਚਾਰ ਜ਼ਿਲ੍ਹੇ। ਆ ਗੁਜਰਾਤ ਇੰਡੀਆ ਵਾਲਾ ਨਹੀਂ, ਪਾਕਿਸਤਾਨ ਵਿੱਚ ਹੈ। 14 ਲੱਖ ਖਰਾਜ ਹਰ ਸਾਲ ਗਵਰਨਰ ਲਾਹੌਰ ਕੋਲੋਂ ਲੈਣਾ ਕੀਤਾ। ਇਸ ਤਰ੍ਹਾਂ ਮੁਗਲੀਆ ਸਲਤਨਤ ਨੂੰ ਝੁਕਾ ਕੇ ਨਾਦਰ ਸ਼ਾਹ ਈਰਾਨ ਚਲਿਆ ਗਿਆ। ਸਮਾਂ ਆਇਆ, ਈਰਾਨ ਵਿੱਚ ਇੰਨੇ ਰਾਜਸੀ ਝਮੇਲੇ ਸਨ, ਨਾਦਰ ਸ਼ਾਹ ਉੱਥੇ ਹੀ ਉਲਝ ਗਿਆ। 7 ਸਾਲ ਝਗੜਾ ਚੱਲਦਾ ਰਿਹਾ, ਭਾਰਤ ਆਉਣ ਦਾ ਉਹਨੂੰ ਸਮਾਂ ਹੀ ਨਾ ਮਿਲਿਆ, ਉਹ ਵਾਪਸ ਨਾ ਆਇਆ। ਕੋਈ 1743-44 ਈਸਵੀ ਦੀ ਗੱਲ ਹੈ। ਦਿਮਾਗੀ ਸੰਤੁਲਨ ਗਵਾ ਬੈਠਾ ਨਾਦਰ ਸ਼ਾਹ, ਹਰੇਕ ਅਹੁਦੇਦਾਰ ਤੇ ਸ਼ੱਕ ਕਰਨ ਲੱਗਾ। ਏਡਾ ਸ਼ੱਕੀ ਹੋਇਆ, ਰਜ਼ਾ ਕੁਲੀ ਮਿਰਜ਼ਾ ਇਹਦਾ ਫਰਜ਼ੰਦ ਸੀ, ਇਹਨੇ ਉਹਨੂੰ ਹੀ ਇੰਨਾ ਕਰਵਾ ਦਿੱਤਾ, ਕਈ ਕਰਿੰਦੇ ਮਰਵਾ ਦਿੱਤੇ ਇਹਦੇ ਕੋਲ ਆਉਣੋ। ਹੁਣ ਇਹਦੇ ਕਰਿੰਦੇ ਡਰਦੇ ਸਨ। ਬਾਣੀ ਕਹਿੰਦੀ ਹੈ, ਮਾਇਆ ਮੋਹ ਸਭ ਬਰਲ ਹੈ, ਦੂਜਾ ਭਾਏ ਖਵਾਈ ਰਾਮ। ਮਾਇਆ ਐਸੀ ਹਸਤੀ ਹੈ, ਦਿਮਾਗ ਵਿੱਚ ਬਰਲ ਪਾ ਹੀ ਦਿੰਦੀ ਹੈ। ਪੈਸਾ ਇਕੱਠਾ ਕਰਨ ਲਈ ਜਿਹੜਾ ਜ਼ੁਲਮੋ ਸਿਤਮ ਢਾਇਆ ਹੈ, ਕੀਤੇ ਹੋਏ ਪਾਪ ਅੱਖਾਂ ਅੱਗੇ ਆਉਂਦੇ ਨੇ, ਫਿਰ ਬੰਦਾ ਪਾਗਲ ਹੋ ਜਾਂਦਾ ਹੈ, ਕਮਲਾ ਰਮਲਾ ਹੋ ਜਾਂਦਾ ਹੈ, ਨਸ਼ੇ ਦਾ ਸਹਾਰਾ ਲੈਂਦਾ ਹੈ ਘੜੀ ਪਲ ਚੈਨ ਲੈਣ ਦੇ ਲਈ। ਨਸ਼ਾ ਮਨ ਨੂੰ ਚੈਨ ਕਿੱਥੇ ਦੇਵੇਗਾ? ਤੇ ਪਾਗਲ ਹੋ ਗਿਆ। ਅਖੀਰ 19-20 ਜੂਨ ਕੋਈ 1747 ਈਸਵੀ ਦੀ ਗੱਲ ਹੈ, ਈਰਾਨੀ ਅਫਸਰਾਂ ਨੇ ਇਹਦੇ ਤੰਬੂ ਵਿੱਚ ਵੜ ਕੇ ਇਹਦਾ ਕਤਲ ਕਰ ਦਿੱਤਾ। ਹੁਣ ਅਹਿਮਦ ਖਾਨ ਦੁਰਾਨੀ, ਜਿਹਨੂੰ ਅਬਦਾਲੀ ਕਹਿੰਦੇ ਆ, ਉਹ ਵੀ ਇਸੇ ਫੌਜ ਦੇ ਕੈਂਪ ਵਿੱਚ ਹੈ। 4000 ਅਬਦਾਲੀ ਅਫਗਾਨ ਸਿਪਾਹੀ ਇਹਦੇ ਨਾਲ ਨੇ। ਇਹ ਆਪਣੇ ਸਿਪਾਹੀਆਂ ਨੂੰ ਲੈ ਕੇ ਨਾਦਰ ਸ਼ਾਹ ਦੇ ਤੰਬੂ ਵੱਲ ਵਧਿਆ। ਜਦੋਂ ਇਹਨੂੰ ਖਬਰ ਮਿਲੀ ਵੀ ਮਾਰਿਆ ਗਿਆ ਹੈ, ਉੱਥੇ ਜਿੰਨੇ ਇਰਦ ਗਿਰਦ ਸਿਪਾਹੀ ਸਨ ਉਹਨਾਂ ਨੂੰ ਮਿਟਾ ਕੇ ਨਾਦਰ ਸ਼ਾਹ ਦੇ ਤੰਬੂ ਵਿੱਚ ਪ੍ਰਵੇਸ਼ ਕੀਤਾ ਤੇ ਨਾਦਰ ਸ਼ਾਹ ਦੇ ਕੋਲੇ ਇੱਕ ਅੰਗੂਠੀ ਸੀ ਜਿਹਦੇ ਤੇ ਮੋਹਰ ਲੱਗੀ ਹੋਈ ਸੀ, ਸ਼ਾਹੀ ਮੋਹਰ। ਇਹ ਅੰਗੂਠੀ ਇਹਨੇ ਉਤਾਰ ਲਈ। ਇਸ ਤਰ੍ਹਾਂ 1747 ਈਸਵੀ ਵਿੱਚ ਨਾਦਰ ਸ਼ਾਹ ਅਫਸਾਰ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ਦਾ ਬਾਦਸ਼ਾਹ ਚੁਣਿਆ ਗਿਆ ਅਹਿਮਦ ਖਾਨ ਦੁਰਾਨੀ ਅਬਦਾਲੀ। ਇਹਨੇ ਦੁਰਾਨੀ ਡਾਇਨੈਸਟੀ, ਦੁਰਾਨੀ ਅੰਪਾਇਰ ਸਥਾਪਿਤ ਕੀਤੀ। ਫਿਰ ਹੁਣ ਅਹਿਮਦ ਸ਼ਾਹ ਅਬਦਾਲੀ ਰਾਜਾ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਬੜਾ ਸੁੰਦਰ ਲਿਖਿਆ, ਇਹ ਰੱਬ ਦੀ ਖੇਡ ਸਾਰੀ, ਬੇਖਾਰੀ ਤੇ ਰਾਜ ਕਰਾਵੇ, ਇਹ ਬੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਪਰਮਾਤਮਾ ਚਾਹੇ ਤੇ ਮਿੱਟੀ ਵਿੱਚ ਰੁਲਦਿਆਂ ਨੂੰ ਤਖ਼ਤ ਬਖਸ਼ ਦਿੰਦਾ ਹੈ ਤੇ ਤਖ਼ਤ ਤੇ ਬੈਠਿਆਂ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਇੱਕ ਮਾਮੂਲੀ ਲੁਟੇਰਾ ਸੀ ਅਬਦਾਲੀ, ਵੇਖੋ ਖੇਡ ਪਰਮਾਤਮਾ ਦੀ, ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ, ਤਖ਼ਤ ਦਾ ਮਾਲਕ ਬਣ ਗਿਆ।
ਦੁਰਾਨੀ ਨੇ ਕੋਈ 1747 ਦਸੰਬਰ ਤੋਂ ਲੈ ਕੇ 1767 ਈਸਵੀ ਦੇ ਇਰਦ ਗਿਰਦ ਆਸ ਪਾਸ 7 ਵੱਡੇ ਹਮਲੇ ਤੇ 12 ਦੇ ਕਰੀਬ ਸਾਰੇ ਹਮਲੇ ਭਾਰਤ ਵਰਸ਼ ਤੇ ਕੀਤੇ ਨੇ। ਬੁਰੀ ਤਰ੍ਹਾਂ ਭਾਰਤ ਨੂੰ ਹਰ ਹਮਲੇ ਦਰਮਿਆਨ ਲੁੱਟਿਆ ਹੈ। ਪਹਿਲਾ ਹਮਲਾ ਦਸੰਬਰ 1747 ਈਸਵੀ ਵਿੱਚ ਕੀਤਾ, ਖਾਈਬਰ ਪਾਸ ਤੋਂ ਲੰਘਿਆ ਕੋਈ 30-40 ਹਜ਼ਾਰ ਦੇ ਕਰੀਬ ਸੂਰਮੇ ਲੈ ਕੇ। 12 ਜਨਵਰੀ 1748 ਵਿੱਚ ਇਹਨੇ ਲਾਹੌਰ ਜਿੱਤ ਲਿਆ। ਲਾਹੌਰ ਨੂੰ ਜਿੱਤ ਕੇ ਸ਼ਾਹ ਨਵਾਜ਼ ਨੂੰ ਅੱਗੇ ਦੌੜਾ ਲਿਆ। ਤਾਰੀਖੇ ਹੁਸੈਨ ਸ਼ਾਹੀ ਮੁਹੰਮਦ ਲਤੀਫ ਹਿਸਟਰੀ ਆਫ ਪੰਜਾਬ ਵਿੱਚ ਲਿਖਦੇ ਨੇ, ਕਹਿੰਦੇ ਇਹਨੇ ਲਾਹੌਰ ਵਿੱਚ ਆਪਦਾ ਸਿੱਕਾ ਚਲਾਇਆ ਹੈ। ਫਾਰਸੀ ਦੇ ਬੋਲ ਨੇ ਦੁਰੇ ਦੌਰਾਨ ਅਹਿਮਦ ਸ਼ਾਹ ਬਾਦਸ਼ਾਹ ਜ਼ਰਬ ਹੈ ਸਲਤਨਤ ਲਾਹੌਰ ਜਲੂਸ ਮੇਮਨਤ ਮਾਨੂਸ ਅਹਦ। ਸਿੱਕੇ ਦੇ ਬੋਲ ਸਨ। ਇਉਂ ਬਾਦਸ਼ਾਹਤ ਕਾਇਮ ਕਰ ਲਈ। ਜੱਲੇ ਖਾਨ ਕਸੂਰੀਏ ਨੂੰ ਲਾਹੌਰ ਦਾ ਗਵਰਨਰ ਲਾ ਕੇ ਆਪ ਅੱਗੇ ਵਧਾ ਹੈ। ਹੁਣ ਸਰਹੰਦ ਵੱਲ ਵਧਿਆ ਹੈ। ਸਰਹੰਦ ਬੜਾ ਵੱਡਾ ਕਸਬਾ ਸੀ, ਕਹਿੰਦੇ ਨੇ 36 ਲੱਖ ਦਮੜੇ ਦੇ ਕਰੀਬ ਇੱਥੇ ਇਕੱਠਾ ਹੋਇਆ ਕਰਦਾ ਸੀ ਟੈਕਸ ਉਸ ਵਕਤ। ਹੁਣ ਸਰਹੰਦ ਅਹਿਮਦ ਸ਼ਾਹ ਅਬਦਾਲੀ 30,000 ਫੌਜ ਲੈ ਕੇ ਪਹੁੰਚਦਾ ਹੈ। ਇਹ ਕੋਈ ਫਰਵਰੀ 1748 ਈਸਵੀ ਦੀ ਗੱਲ ਹੈ। ਉਧਰ ਨੂੰ ਵਧਦਾ ਹੈ। ਉਧਰ ਫਿਰ ਮਾਝੇ ਦੀ ਜੂਹ ਵਿੱਚ ਬਾਬਾ ਜੱਸਾ ਸਿੰਘ ਆਲੂਵਾਲੀਆ ਦੀ ਕਮਾਂਡ ਹੇਠ ਨੂਰ ਦੀ ਸਰਾਂ ਲਾਗੇ ਫਿਰ ਵੈਰੋਵਾਲ ਦੀ ਜੂਹ ਵਿੱਚ ਦੁਰਾਨੀਆਂ ਤੇ ਸਿੰਘ ਟੁੱਟ ਪਏ। ਸਿੰਘਾਂ ਦੀ ਗਿਣਤੀ ਥੋੜੀ ਸੀ, ਦੁਰਾਨੀਆਂ ਦੀ ਗਿਣਤੀ ਬਹੁਤੀ ਸੀ। ਰੋਕ ਤੇ ਨਹੀਂ ਸਕੇ ਪਰ ਅਹਿਮਦ ਸ਼ਾਹ ਅਬਦਾਲੀ ਦਾ ਨੁਕਸਾਨ ਕਾਫੀ ਕੀਤਾ ਸੀ। ਖੈਰ ਅਹਿਮਦ ਸ਼ਾਹ ਅਬਦਾਲੀ ਨੇ ਸਰਹੰਦ ਜਿੱਤੀ ਮੁਗਲਾਂ ਦੇ ਪਾਸੋਂ। ਹੁਣ ਇੱਕ ਜਗ੍ਹਾ ਹੈ ਮਾਨੂਪੁਰ, ਇਸ ਜਗ੍ਹਾ ਦੇ ਉੱਤੇ ਮੁਗਲਾਂ ਦਾ ਅਬਦਾਲੀ ਨਾਲ ਬਹੁਤ ਵੱਡਾ ਯੁੱਧ ਹੋਇਆ ਹੈ, ਦੁਰਾਨੀਆਂ ਦਾ ਮੁਗਲਾਂ ਦੇ ਨਾਲ। ਆਯਾਸ਼ ਅਫੀਮੀ ਅਮਲੀ ਸ਼ਰਾਬੀ, ਦਿੱਲੀ ਦਾ ਬਾਦਸ਼ਾਹ ਸ਼ਾਹ ਮੁਹੰਮਦ, ਉਹਦਾ ਫਰਜ਼ੰਦ ਹੈ ਸ਼ਹਿਜ਼ਾਦਾ ਅਹਿਮਦ, ਇਹ ਫੌਜ ਲੈ ਕੇ ਆਇਆ। ਅਦੀਨਾ ਬੇਗ ਫੌਜ ਲੈ ਕੇ ਆਇਆ, ਮੀਰ ਮਨੂ ਫੌਜ ਲੈ ਕੇ ਆਇਆ, ਕਾਬਲ ਦਾ ਗਵਰਨਰ ਨਸੀਰ ਖਾਂ ਫੌਜ ਲੈ ਕੇ ਆਇਆ, ਔਰ ਰਾਜਪੂਤਾਂ ਦੇ ਵਿੱਚੋਂ ਰਾਜਾ ਈਸ਼ਵਰੀ ਫੌਜ ਲੈ ਕੇ ਆਇਆ। ਘਮਸਾਨ ਦਾ ਯੁੱਧ ਹੁੰਦਾ ਹੈ 3 ਮਾਰਚ 1748 ਈਸਵੀ ਨੂੰ। ਇਸ ਯੁੱਧ ਦੇ ਵਿੱਚ ਦੁਰਾਨੀ ਤੇ ਮੁਗਲ ਤੋਪਾਂ ਦੇ ਨਾਲ ਲੜਦੇ ਨੇ। ਰਾਜਾ ਈਸ਼ਵਰੀ ਸਿੰਘ ਰਾਜਪੂਤ ਅਬਦਾਲੀ ਦੀ ਫੌਜ ਅੱਗੇ ਟਿਕ ਨਾ ਸਕਿਆ, ਮੈਦਾਨੇ ਜੰਗ ਨੂੰ ਛੱਡ ਕੇ ਦੌੜ ਗਿਆ। ਕਹਿੰਦੇ ਚੱਲਦੀਆਂ ਤੋਪਾਂ ਵਿੱਚ ਇੱਕ ਅਜੀਬ ਜੀ ਘਟਨਾ ਵਾਪਰੀ। ਅਬਦਾਲੀ ਦੇ ਜਿੰਨੇ ਵੀ ਗੱਡੇ ਸੀ ਨਾ ਅਸਲੇ ਵਾਲੇ, ਜਿਨ੍ਹਾਂ ਤੇ ਬੜਾ ਬਰੂਦ ਸੀ, ਬੜੇ ਬੜੇ ਹਥਿਆਰ ਸੀ, ਕਿਧਰੇ ਤੋਪ ਦੇ ਗੋਲੇ ਦਾ ਅੰਗਾਰ ਉੱਡਦਾ ਹੈ ਤੇ ਅਬਦਾਲੀ ਦੇ ਅਸਲੇ ਵਾਲੇ ਬਰੂਦ ਵਾਲੇ ਗੱਡਿਆਂ ਤੇ ਡਿੱਗ ਪਿਆ। ਬਰੂਦ ਫਟਣ ਲੱਗਾ,
ਛੂ ਛੂ ਦੀ ਆਵਾਜ਼ ਹੋਣ ਲੱਗੀ ਤੇ ਦੁਰਾਨੀ ਘਬਰਾ ਗਏ। ਕਹਿੰਦੇ ਉਹੀ ਗੱਲ ਹੋਈ ਜਿਹਦਾ ਡਰ ਸੀ। ਹਿੰਦੁਸਤਾਨੀਆਂ ਨੇ ਪਤਾ ਨਹੀਂ ਕਿਹੜੀ ਬਲਾ ਪਿੱਛੇ ਲਾ ਦਿੱਤੀ। ਇਹ ਬਲਾ ਛੂ ਛੂ ਕਰਦੀ ਬਾਦਸ਼ਾਹ ਨੂੰ ਲੱਭਦੀ ਫਿਰਦੀ ਹੈ। ਇਹਨਾਂ ਸਮਝ ਲਿਆ ਵੀ ਭੂਤਾਂ ਪ੍ਰੇਤਾਂ ਦਾ ਹਮਲਾ ਹੋ ਗਿਆ। ਉਹ ਜ਼ਿਕਰ ਫਾਰਸੀ ਵਿੱਚ ਮਿਲਦਾ ਹੈ, ਈ ਬਲਾਇਸਤ ਕਿ ਅਜ ਹਿੰਦੁਸਤਾਨ ਆਮਦਾ ਸ਼ਾਹ ਕੁ ਸ਼ਾਹ ਮੀ ਗੋਇਦ ਵਾ ਬਾਦਸ਼ਾਹ ਰਾਮੀ ਜੋਇਦ। ਇਹ ਬਲਾ ਐਸੀ ਹੈ, ਬਾਦਸ਼ਾਹ ਕਿੱਥੇ ਹੈ, ਬਾਦਸ਼ਾਹ ਕਿੱਥੇ ਹੈ, ਲੱਭਦੀ ਫਿਰਦੀ ਹੈ। ਉਹ ਛੂ ਛਾਂ ਦੀ ਆਵਾਜ਼ ਨੂੰ ਭੂਤਾਂ ਦੀ ਆਵਾਜ਼ ਸਮਝ ਲਿਆ ਇਹਨਾਂ। ਚਲੋ ਮੈਂ ਇਸ ਗੱਲੋਂ ਤਾਂ ਨਹੀਂ ਮੁਨਕਰ ਹੁੰਦਾ ਵੀ ਭੂਤ ਨਹੀਂ ਹੁੰਦੇ। ਗੁਰੂ ਗ੍ਰੰਥ ਸਾਹਿਬ ਨੇ ਤੇ ਮੰਨਿਆ ਹੈ, ਤੇਰੇ ਮਨ ਦਾ ਵਲਵਲਾ ਤੂੰ ਨਹੀਂ ਮੰਨਦਾ ਤੇ ਨਾ ਮੰਨ। ਹੁਣ ਤੇਰੇ ਮਨ ਅਨੁਸਾਰ ਤੇ ਮੈਂ ਕਥਾ ਕਰਨੋ ਰਿਹਾ। ਮੈਂ ਤੇ ਕਥਾ ਕਰਨੀ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵ ਡੇਵਰ ਨਾ ਕੋਈ। ਤੇ ਬਾਣੀ ਕਹਿੰਦੀ ਹੈ ਪ੍ਰੇਤ ਭੂਤ ਸਭ ਦੂਜੇ ਲਾਏ। ਭੂਤ ਪ੍ਰੇਤ ਵੀ ਮਾਇਆ ਵਿੱਚ ਪਰਮਾਤਮਾ ਨੇ ਲਾਏ ਨੇ, ਪੈਦਾ ਕੀਤੇ ਹੋਏ ਨੇ। ਰੋਜ਼ ਪੜ੍ਹਦਾ ਹੈ ਬਾਣੀ ਪੜ੍ਹਨ ਵਾਲਿਆ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਦੇਰ ਆਰ ਮਿਲੀਅਨਸ ਆਫ ਗੋਸ, ਕਰੋੜਾਂ ਭੂਤ ਪ੍ਰੇਤ ਨੇ, ਰੂਹਾਂ ਹੀ ਨੇ, ਹਾਂ ਅੱਖਾਂ ਦਾ ਵਿਸ਼ਾ ਨਹੀਂ। ਹੁਣ ਜੇ ਆਪਾਂ ਬਹਿਸ ਵਿੱਚ ਪੈਣਾ ਵੀ ਜਦੋਂ ਅੱਖਾਂ ਦਾ ਵਿਸ਼ਾ ਨਹੀਂ ਅਸੀਂ ਨਹੀਂ ਮੰਨਦੇ ਭੂਤ ਹੁੰਦੇ। ਹੁਣ ਕਿੱਡਾ ਸੋਹਣਾ ਲੈਂਟਰ ਪਾਇਆ ਤੁਸੀਂ ਦਰਬਾਰ ਦਾ, ਉੱਤੇ ਅਸਮਾਨ ਨਹੀਂ ਦਿਖ ਰਿਹਾ ਤੇ ਕੋਈ ਕਮਲਾ ਬੰਦਾ ਇੱਥੇ ਬੈਸਣ ਲੱਗ ਪਵੇ ਵੀ ਉੱਪਰ ਤੇ ਦੁਨੀਆ ਹੀ ਹੈ ਨਹੀਂ ਹੈ ਕਿਉਂਕਿ ਮੈਨੂੰ ਨਹੀਂ ਦਿਖ ਰਹੀ। ਜੋ ਤੈਨੂੰ ਦਿਖਦਾ ਹੈ ਉਹ ਵਿਜੀਬਲ ਹੈ, ਜੋ ਤੈਨੂੰ ਨਹੀਂ ਦਿਖਦਾ ਉਹ ਇਨਵਿਜੀਬਲ ਹੈ। ਦੁਨੀਆ ਦੋ ਤਰ੍ਹਾਂ ਦੀ ਹੈ। ਪਹਿਲੀ ਗੱਲ ਤਾਂ ਜਿੱਥੋਂ ਤੂੰ ਬਣਿਆ ਉਹ ਹੀ ਇਨਵਿਜੀਬਲ ਹੈ, ਐਟਮਸ ਤੋਂ ਹੀ ਬਣਿਆ ਨਾ ਬੰਦਾ। ਜਿਹੜੇ ਸਾਇੰਸ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ ਮਾਈਕਰੋਸਕੋਪ ਤੱਕ ਵੀ ਐਟਮਸ ਨੂੰ ਨਹੀਂ ਦੇਖ ਸਕਦੇ। ਤੇ ਜੇ ਤੇਰਾ ਵਜੂਦ ਉੱਥੋਂ ਬਣ ਸਕਦਾ ਹੈ ਜਿਹਦੀ ਹਸਤੀ ਦਿਖਦੀ ਨਹੀਂ, ਤਾਂ ਫਿਰ ਭੂਤ ਪ੍ਰੇਤ ਵੀ ਹੈ ਨਾ। ਤੋ ਇਹ ਕਿਸੇ ਲੌਜਿਕ ਨਾਲ ਕੋਈ ਖੰਡਨ ਕਰੇ ਤੇ ਗੱਲ ਸਮਝ ਚ ਆਉਂਦੀ ਹੈ, ਜਿਹਦੇ ਨਾਲ ਖੰਡਨ ਕੀਤੀਆਂ ਬਾਤਾਂ ਖੰਡਨ ਨਹੀਂ ਹੁੰਦੀਆਂ। ਖੈਰ ਇਹਨਾਂ ਸਮਝਿਆ ਜੀ ਭੂਤ ਪ੍ਰੇਤ ਨੇ। ਤੇ ਹੋਇਆ ਇਸ ਤਰ੍ਹਾਂ ਸੀ, ਅੰਗਾਰ ਨੇ ਬਰੂਦ ਵਿੱਚ ਅੱਗ ਲਗਾ ਦਿੱਤੀ ਤੇ ਬਰੂਦ ਸਾਰਾ ਫਟ ਗਿਆ। ਬੜੇ ਦੁਰਾਨੀ ਸੜਕੇ ਸਵਾਹ ਹੋ ਗਏ, ਲੱਕ ਟੁੱਟ ਗਿਆ ਅਬਦਾਲੀ ਦਾ। ਅਬਦਾਲੀ ਨੇ ਹਾਰ ਹੁੰਦੀ ਵੇਖ ਕੇ ਕੁਝ ਤੋਪਚੇ ਛੱਡੇ, ਸਿਪਾਹੀ ਛੱਡੇ, ਆਪ ਪਿੱਛੇ ਹਟਣ ਲੱਗ ਪਿਆ। ਪਿੱਛੇ ਹਟਦਾ ਹਟਦਾ ਲੁਧਿਆਣੇ ਗਿਆ, ਗਾਂ ਲਾਹੌਰ ਵੱਲ ਨੂੰ ਤੁਰਨ ਲੱਗਾ। ਜੇ ਕਿਧਰੇ ਮੁਗਲ ਸ਼ਹਿਜਾਦਾ ਅਹਿਮਦ ਨੇ ਅਬਦਾਲੀ ਦਾ ਪਿੱਛਾ ਕਰ ਲਿਆ ਹੁੰਦਾ, ਅਬਦਾਲੀ ਮਾਰਿਆ ਜਾਂਦਾ ਤੇ ਹਿੰਦੁਸਤਾਨ ਦਾ ਇਤਿਹਾਸ ਕੁਝ ਹੋਰ ਹੁੰਦਾ, ਪਰ ਮੁਗਲ ਪਿੱਛੇ ਹੀ ਨਾ ਗਏ। ਦਰਅਸਲ ਬਾਤ ਇਹ ਹੈ, ਖੇਡ ਸਾਰੀ ਪਰਮਾਤਮਾ ਦੇ ਹੁਕਮ ਵਿੱਚ ਹੈ। ਮੈਲੇ ਨਿਰਮਲ ਸਭ ਹੁਕਮ ਸਵਾਏ, ਭੈੜੇ ਕਰਮ ਕਰਨ ਵਾਲੇ ਤੇ ਸ਼ੁਭ ਕਰਮ ਕਰਨ ਵਾਲੇ, ਇਹ ਵੀ ਹੁਕਮ ਵਿੱਚ ਨੇ। ਹੁਕਮੀ ਹੁਕਮ ਚਲਾਏ ਵਿਗਸੈ, ਨਾਨਕ ਲਿਖਿਆ ਪਾਈ ਹੈ। ਆਪ ਹੀ ਤੁਹਾਡੇ ਕਰਮ ਲਿਖਦਾ ਹੈ, ਆਪ ਹੀ ਕਰਮਾਂ ਅਨੁਸਾਰ ਤੁਹਾਨੂੰ ਦਾਤਾਂ ਦਿੰਦਾ ਤੇ ਆਪ ਆਨੰਦ ਲੈਂਦਾ ਤੁਹਾਡੇ ਦੁੱਖ ਸੁੱਖ ਨੂੰ ਵੇਖ ਕੇ। ਜਿਹੜਾ ਜਪਜੀ ਸਾਹਿਬ ਪੜ੍ਹਦਾ ਨਾ ਉਹਨੂੰ ਇਹ ਸਮਝ ਹੈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ
ਭਵਾਈਆ ਹੈ ਪਰਮਾਤਮਾ ਦੇ ਹੁਕਮ ਵਿੱਚ ਹੀ ਤੂੰ ਉੱਚਾ ਹੈ, ਤੇਰੀ ਵਡਿਆਈ ਹੈ, ਰੁਤਬਾ ਵੱਡਾ ਹੈ, ਉਹਦੇ ਹੁਕਮ ਵਿੱਚ ਹੀ ਤੂੰ ਨੀਵਾਂ ਹੈ। ਭੈੜੇ ਕਰਮ ਕਰਦਾ ਹੈ, ਮੰਦੇ ਕਰਮ ਕਰਦਾ ਹੈ, ਉਹਦੇ ਹੁਕਮ ਵਿੱਚ ਹੀ ਤੈਨੂੰ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਉਹਦੇ ਹੁਕਮ ਵਿੱਚ ਹੀ ਬਖਸ਼ਿਸ਼ ਹੈ, ਮੁਕਤੀ ਹੈ, ਉਹਦੇ ਹੁਕਮ ਵਿੱਚ ਹੀ ਭਵਾਇਆ ਜਾਂਦਾ ਤੈਨੂੰ 84 ਲੱਖ ਜੂਨਾਂ ਵਿੱਚ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਣ ਇੱਥੇ ਤਰਕ ਉੱਠਦਾ ਹੈ, ਇਹ ਤੇ ਸੌਖਾ ਹੀ ਹੱਲ ਮਿਲ ਗਿਆ ਵੀ ਜੇ ਮੈਂ ਮਾੜੇ ਕੰਮ ਕਰਦਾ ਤੇ ਰੱਬ ਕਰਾ ਰਿਹਾ। ਇਹ ਦੱਸੋ ਵੀ ਇਹਦਾ ਜਵਾਬ ਕੀ ਹੈ? ਦੇਖੋ, ਜਵਾਬ ਜਿੰਨੇ ਮਰਜ਼ੀ ਮੇਰੇ ਤੋਂ ਲਈ ਜਾਓ, ਪਰ ਅਸਲੀ ਗੱਲ ਇਹ ਹੈ ਵੀ ਕਿੱਦਾਂ ਚੰਗੇ ਮੰਦੇ ਕਰਮ ਤੁਹਾਡੇ ਕੋਲੋਂ ਕਰਵਾਉਂਦਾ ਤੇ ਕਿਉਂ ਕਰਵਾਉਂਦਾ, ਇਹਦਾ ਜਵਾਬ ਦੁਨੀਆਂ 'ਚ ਗਿਆਨੀ ਤੇ ਛੱਡੋ ਗੁਰੂ ਪੀਰ ਕੋਲ ਵੀ ਨਹੀਂ ਹੈ। ਮੈਂ ਜਪਜੀ ਸਾਹਿਬ ਦੀ ਇੱਕੇ ਪੰਕਤੀ ਨਾਲ ਹੀ ਇਹ ਸਮਝਾ ਦਵਾਂ, ਹੁਕਮ ਨਾ ਕਹਿਆ ਜਾਈ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੂ ਇਹ ਨਹੀਂ ਦੱਸਿਆ ਜਾ ਸਕਦਾ ਵੀ ਕਿਉਂ ਇੱਦਾਂ ਕਰਦਾ ਹੈ, ਕਿਉਂ ਕਈਆਂ ਨੂੰ ਚੰਗੇ ਬੰਨੇ ਤੋਰਦਾ, ਕਈਆਂ ਨੂੰ ਮੰਦੇ ਬੰਨੇ ਤੋਰਦਾ, ਪਰ ਕਠਪੁਤਲੀ ਵਾਂਗੂ ਨਚਾਉਂਦਾ ਸਭ ਨੂੰ ਉਹੀ ਹੈ। ਤੁਸੀਂ ਰਾਜਸਥਾਨੀ ਲੋਕ ਤੇ ਜ਼ਿਆਦਾ ਜਾਣਦੇ ਹੋ, ਆ ਤੁਹਾਡੇ ਤੇ ਬਥੇਰਾ ਉਹ ਕਠਪੁਤਲੀਆਂ ਨੂੰ ਨਚਾਉਂਦੇ ਨੇ, ਉਹ ਧਾਗਿਆਂ ਜਿਹਾ ਨਾ ਬੰਨ ਕੇ। ਕਠਪੁਤਲੀ ਕੁਝ ਨਹੀਂ ਕਰਨ ਵਾਲੀ, ਉਹਦੇ ਨਾਚਾਰ ਨੇ, ਨਚਾ ਕੋਈ ਹੋਰ ਰਿਹਾ, ਇੱਦਾਂ ਅਸੀਂ ਨੱਚਦੇ ਹਾਂ। ਗੁਰੂ ਗ੍ਰੰਥ ਸਾਹਿਬ ਜਗ੍ਹਾ ਜਗ੍ਹਾ ਇਹ ਸਮਝਾਉਂਦੇ ਨੇ। ਇੱਕ ਸ਼ਾਇਰ ਕਹਿੰਦਾ ਹੈ, ਲੱਖ ਡੂੰਡੇ ਗਹਰੇ ਮਕਸੂਦ ਮਿਲ ਸਕਦਾ ਨਹੀਂ, ਹੁਕਮ ਗਰ ਤੇਰਾ ਨਾ ਹੋ ਪੱਤਾ ਵੀ ਹਿਲ ਸਕਦਾ ਨਹੀਂ। ਪਰਮਾਤਮਾ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਜੇ ਹਿਲਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਵ ਗੁਣ ਨਾਹੀ ਅੰਤ ਹਰੇ। ਜਿਵੇਂ ਜਿਵੇਂ ਪਰਮਾਤਮਾ ਚਲਾਉਂਦਾ ਤੂੰ ਚੱਲੀ ਜਾਂਦਾ, ਕਿਵੇਂ ਚਲਾਉਂਦਾ ਹੈ, ਕਾਹਦੇ ਲਈ ਏਦਾਂ ਕਰਦਾ ਹੈ, ਤਵ ਗੁਣ ਨਾਹੀ ਅੰਤ ਹਰੇ, ਇਹ ਕੋਈ ਨਹੀਂ ਜਾਣਦਾ। ਜੇ ਕੋਈ ਨਾਸਤਕ ਬੰਦਾ ਜਿੱਦ ਪਵੇ ਮੈਂ ਤੇਰੀ ਆ ਸਵਾਲ ਕੀਤਾ ਇਹਦਾ ਜਵਾਬ ਹੈ ਨਹੀਂ, ਤੂੰ ਮੈਂ ਪਹਿਲਾਂ ਹੀ ਦੱਸਦਾ ਵੀ ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਸੇ ਕੋਲ ਵੀ ਹੈ ਨਹੀਂ, ਇਹ ਉਹ ਆਪਣੀ ਮਰਜ਼ੀ ਨਾਲ ਕਰਦਾ ਪਰਮਾਤਮਾ। ਜੇ ਕੋਈ ਹੋਇਆ ਉਹਨੂੰ ਪੁੱਛਣ ਵਾਲਾ ਪੈਦਾ, ਤੁਸੀਂ ਪੁੱਛ ਲਓ, ਉੱਥੇ ਸਵਾਲ ਜਵਾਬ ਕਿੱਥੇ ਚੱਲਦੇ ਨੇ, ਸਿਰ ਹੀ ਝੁਕਾਉਣਾ ਪੈਂਦਾ ਹੈ। ਖੈਰ, ਹੁਣ ਆ ਉਹ ਸੀ ਜੋ ਪਰਮਾਤਮਾ ਨੂੰ ਪਾਇਆ, ਅਬਦਾਲੀ ਬਚ ਕੇ ਚਲਿਆ ਗਿਆ। ਹੁਣ ਲਾਹੌਰ ਤੋਂ ਰਾਵੀ ਦਰਿਆ ਲੰਘ ਕੇ ਅਫਗਾਨਿਸਤਾਨ ਵੱਲ ਤੁਰਿਆ। ਸਿੰਘਾਂ ਨੂੰ ਖਬਰ ਮਿਲ ਗਈ ਵਾਪਸ ਜਾਂਦੇ ਦੀ, ਅਬਦਾਲੀ ਲਾਮ ਲਸ਼ਕਰ ਲੈ ਕੇ ਅਫਗਾਨਿਸਤਾਨ ਨੂੰ ਜਾ ਰਿਹਾ ਹੈ, ਵਿਸ਼ੇਸ਼ ਕਰਕੇ ਸ਼ੁਕਰਾ ਚੱਕੀਆ ਮਿਸਲ ਦੇ ਸਰਦਾਰ ਚੜ੍ਹਤ ਸਿੰਘ ਨੇ ਫਿਰ ਦੁਰਾਨੀਆਂ ਦਾ ਪਿੱਛਾ ਕੀਤਾ। ਅਬਦਾਲੀ ਨੂੰ ਸਿੰਧ ਦਰਿਆ ਟਪਾ ਕੇ ਹੀ ਆਇਆ ਹੈ, ਫਿਰ ਬੜਾ ਵੱਡਿਆ ਟੁੱਕਿਆ ਅਬਦਾਲੀ ਦੀ ਫੌਜ ਨੂੰ। ਖੈਰ, ਹੁਣ ਦਿੱਲੀ ਦਾ ਬਾਦਸ਼ਾਹ ਬਣਿਆ ਅਹਿਮਦ, ਤੇ ਅਹਿਮਦ ਨੇ ਆਸਿਓਂ ਪਾਸਿਓਂ ਹਮਲਿਆਂ ਤੋਂ ਬਚਣ ਲਈ ਮਰਹੱਟਿਆਂ ਨਾਲ ਸੁਲਾ ਕਰ ਲਈ, ਮਰਹੱਟਿਆਂ ਨਾਲ ਸਾਂਝ ਪਾ ਲਈ, ਉਹਨਾਂ ਪਾਸੋਂ ਰਾਖੀ ਕਰਵਾਉਣ ਦੀ ਬਾਤ ਕਰ ਲਈ। ਹੁਣ ਜਦੋਂ ਮੁਗਲ ਤੇ ਮਰਹੱਟੇ ਇਕੱਠੇ ਹੋ ਗਏ, ਹੰਕਾਰ ਵਿੱਚ ਆਏ ਤੇ ਪੰਜਾਬ ਨੂੰ ਜਿੱਤਣ ਨੂੰ ਫਿਰਦੇ ਨੇ ਵੀ ਸਿੰਘਾਂ ਨੂੰ ਜਿੱਤ ਲਈਏ,
1758 ਤੋਂ 1760 ਈਸਵੀ ਤੱਕ ਇਹਨਾਂ ਪੂਰਾ ਜ਼ੋਰ ਲਾਇਆ ਮਰਾਠਿਆਂ ਨੇ, ਮੁਗਲਾਂ ਨੇ ਪੰਜਾਬ ਨੂੰ ਜਿੱਤ ਲਿਆ ਜਾਵੇ, ਪਰ ਖਾਲਸਾ ਪੰਥ ਦੇ ਜ਼ੋਰ ਅੱਗੇ ਇਹਨਾਂ ਦਾ ਜ਼ੋਰ ਨਾ ਚੱਲਾ। ਫਿਰ ਅਬਦਾਲੀ ਨੇ ਵੇਖਿਆ ਮਰਾਠੇ ਬੜੇ ਹੰਕਾਰੇ ਹੋਏ ਨੇ। ਪਾਣੀਪਤ ਦੇ ਵਿੱਚ 1761 ਈਸਵੀ ਨੂੰ ਯੁੱਧ ਹੋਣ ਲੱਗਾ ਹੈ। ਇੱਕ ਤਰਫ ਮਰਾਠਾ ਫੋਰਸਿਸ ਨੇ, ਦੂਜੇ ਪਾਸੇ ਦੁਰਾਨੀ ਫੋਰਸਿਸ ਨੇ। ਬੜਾ ਘਮਸਾਨ ਦਾ ਯੁੱਧ ਹੋਇਆ, ਬੁਰੀ ਤਰ੍ਹਾਂ ਮਰਹੱਟੇ ਮੈਦਾਨੇ ਜੰਗ ਵਿੱਚ ਨਿਸਲ ਕਰ ਦਿੱਤੇ। ਅਬਦਾਲੀ ਨੇ ਲੱਕ ਤੋੜ ਦਿੱਤਾ, ਬੁਰੀ ਤਰ੍ਹਾਂ ਹਰਾਇਆ। ਇਉਂ ਸਮਝ ਲਓ ਵੀ ਦਿੱਲੀ ਤੋਂ ਸਤਲੁਜ ਤੱਕ ਪੰਜਾਬ ਦੇ ਉੱਤੇ ਅਫਗਾਨੀਆਂ ਦਾ ਰਾਜ ਹੋ ਗਿਆ। ਇੱਕ ਮੂਵੀ ਆਈ ਸੀ ਪਿੱਛੇ ਜੇ ਕੋਈ ਬੈਟਲ ਆਫ ਪਾਣੀਪਤ ਬਾਰੇ, ਮੈਨੂੰ ਕਿਸੇ ਸਿੰਘ ਨੇ ਦੱਸਿਆ, ਕਹਿੰਦੇ ਬੜਾ ਕੁਫਰ ਤੋਲਿਆ ਜੀ, ਉਹ ਜੰਗ ਮਰਾਠੇ ਤਾਂ ਹਾਰੇ ਕਿਉਂਕਿ ਸਿੰਘਾਂ ਨੇ ਸਾਥ ਨਹੀਂ ਦਿੱਤਾ। ਪਹਿਲੀ ਗੱਲ ਤਾਂ ਸਿੰਘਾਂ ਨੇ ਵਚਨ ਕੀਤਾ ਹੀ ਨਹੀਂ ਸੀ ਸਾਥ ਦੇਣਾ ਹੈ, ਕਿਉਂ ਨਹੀਂ ਸਾਥ ਦਿੱਤਾ ਇਹ ਵੀ ਸਮਝ ਲਿਓ। ਖਾਲਸਾ ਪੰਥ ਮਰਾਠਿਆਂ ਦੇ ਪੱਖ ਵਿੱਚ ਕਿਉਂ ਨਾ ਖਲੋਇਆ? ਉਹਦਾ ਪਹਿਲਾ ਕਾਰਨ ਇਹ ਹੈ, ਸਾਰੀਆਂ ਹੀ ਜਥੇਬੰਦੀਆਂ, ਚਾਹੇ ਉਹ ਮਰਾਠੇ ਸਨ, ਚਾਹੇ ਉਹ ਸਿੰਘ ਸਨ, ਚਾਹੇ ਉਹ ਮੁਗਲ ਸਨ, ਚਾਹੇ ਉਹ ਅਫਗਾਨੀ ਸਨ, ਆਪੋ ਆਪਣੀਆਂ ਰਿਆਸਤਾਂ ਕਾਇਮ ਕਰਨ ਲਈ ਜੰਗ ਲੜ ਰਹੇ ਸਨ। ਮਰਾਠੇ ਕੋਈ ਭਾਰਤ ਦੇਸ਼ ਲਈ ਜੰਗ ਨਹੀਂ ਸੀ ਲੜ ਰਹੇ ਵੀ ਇਹਨਾਂ ਦਾ ਸਾਥ ਦੇਣਾ ਸੀ। ਫਿਰ ਭਾਰਤ ਤੇ ਕਾਬਜ਼ ਜ਼ਾਲਮ ਮੁਗਲਾਂ ਦਾ ਸਾਥ ਦਿੱਤਾ ਸੀ ਮਰਾਠਿਆਂ, ਸੰਧੀ ਕੀਤੀ ਸੀ ਦੁਰਾਨੀਆਂ ਨਾਲ ਲੜਨ ਦੇ ਲਈ। ਹੁਣ ਮੁਗਲ ਤੇ ਸਾਡੇ ਦੁਸ਼ਮਣ ਸਨ ਕਿਉਂਕਿ ਉਹਨਾਂ ਖਾਲਸਾ ਪੰਥ ਨੂੰ ਬੜਾ ਦੁੱਖ ਦਿੱਤਾ ਸੀ, ਤੇ ਜਿਹੜੇ ਮੁਗਲਾਂ ਦੇ ਸੱਜਣ ਬਣ ਗਏ ਉਹਨਾਂ ਦਾ ਸਾਥ ਖਾਲਸਾ ਕਦੇ ਵੀ ਨਾ ਦਿੰਦਾ। ਮਰਾਠਿਆਂ ਦਾ ਪੱਖ ਅਸੀਂ ਲੈਣਾ ਹੀ ਨਹੀਂ ਸੀ। ਮਰਾਠੇ ਰਾਜਸੀ ਤਾਕਤ ਵਧਾਉਣ ਲਈ ਪਾਣੀਪਤ ਦੀ ਜੰਗ ਲੜੇ ਸੀ ਵੀ ਅਸੀਂ ਮਰਹੱਟਾ ਅੰਪਾਇਰ ਦੇ ਨਾਲ ਨਾਲ ਦਿੱਲੀ ਤੇ ਸਾਂਝ ਪਾ ਲਈ ਹੈ, ਹੁਣ ਪੰਜਾਬ ਜਿੱਤਣਾ ਹੈ। ਸਿੱਖਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ, ਦੁਰਾਨੀਆਂ ਹੱਥੋਂ ਇਹ ਹਾਰੇ ਨੇ। ਮਹਾਰਾਸ਼ਟਰ ਵਿੱਚ ਰਾਜ ਕਰਨ ਵਾਲੇ ਪੰਜਾਬ ਨੂੰ ਜਿੱਤਣ ਦਾ ਸੁਪਨਾ ਲਈ ਬੈਠੇ ਸਨ, ਜੋ ਖਾਲਸੇ ਦੀ ਸਰਜ਼ਮੀਨ ਸੀ। ਖੈਰ, ਖਾਲਸੇ ਦੇ ਤੇ ਉਦੋਂ ਤਿੰਨੇ ਹੀ ਦੁਸ਼ਮਣ ਸਨ, ਮੁਗਲ ਵੀ, ਮਰਾਠੇ ਵੀ ਤੇ ਦੁਰਾਨੀ ਵੀ। ਇਨਸਾਨੀਅਤ ਦੀ ਖਾਤਰ ਇਹ ਜ਼ਰੂਰ ਹੈ ਵੀ ਖਾਲਸਾ ਪੰਥ ਨੇ ਭਾਰਤ ਵਰਸ਼ ਦੇ ਉੱਤੇ ਚੜ੍ਹ ਕੇ ਆਏ ਅਫਗਾਨੀ ਅਬਦਾਲੀ ਹੋਣੀ ਅਤੇ ਮੁਗਲਾਂ ਨਾਲ ਟੱਕਰ ਲਈ ਭਾਰਤ ਵਿੱਚ ਅਮਨ ਅਮਾਨ ਕਾਇਮ ਕਰਨ ਦੇ ਲਈ। ਖੈਰ, ਪਾਣੀਪਤ ਦੇ ਜੰਗ ਨੇ ਮਰਹੱਟੇ ਜਿਹੜੇ ਨੇ ਲੰਗੜੇ ਕਰ ਦਿੱਤੇ। ਅਹਿਮਦ ਸ਼ਾਹ ਅਬਦਾਲੀ ਦੇ ਅੱਗੇ ਮੁਗਲ ਰਾਜ ਪੱਤਿਆਂ ਵਾਂਗੂ ਉੱਡਣ ਲੱਗਾ। ਹੁਣ ਤੁਸੀਂ ਆਖੋਗੇ ਉਹਨੇ ਭਾਰਤ ਤੇ ਰਾਜ ਕਿਉਂ ਨਾ ਕੀਤਾ, ਉਹ ਲੁਟੇਰਾ ਸੀ। ਲੁਟੇਰੇ ਰਾਜ ਨਹੀਂ ਕਰਦੇ ਹੁੰਦੇ, ਲੁੱਟ ਕਰਕੇ ਮੁੜ ਜਾਂਦੇ ਨੇ। ਉਹਦਾ ਫੁਰਨਾ ਹੀ ਨਹੀਂ ਸੀ ਅਬਦਾਲੀ ਦਾ ਵੀ ਮੈਂ ਦਿੱਲੀ ਤੇ ਰਾਜ ਕਰਨਾ ਆਇਆ। ਅਸਲ ਦੇ ਵਿੱਚ ਉਹਦਾ ਫੁਰਨਾ ਇਹ ਸੀ ਵੀ ਮੈਂ ਬੈਠ ਕੇ ਕੰਧਾਰ ਵਿੱਚ ਅਫਗਾਨਿਸਤਾਨ ਵਿੱਚ ਏਡੇ ਵੱਡੇ ਭਾਰਤ ਦੇਸ਼ ਤੇ ਕਿਵੇਂ ਕਾਬੂ ਰੱਖਾਂਗਾ, ਰੋਜ਼ ਬਗਾਵਤ ਹੋਵੇਗੀ, ਅਫਗਾਨਿਸਤਾਨ ਵੀ ਮੇਰੇ ਹੱਥੋਂ ਜਾਂਦਾ ਨਾ ਰਵੇ। ਉਹਨੇ ਸੋਚਿਆ ਵੀ ਭਾਰਤ ਦਾ ਸਭ ਤੋਂ ਅਮੀਰ ਕਿੱਤਾ ਹੈ ਪੰਜਾਬ ਦੇਸ਼, ਜੇ ਪੰਜਾਬ ਦੇਸ਼ ਨੂੰ ਵੱਢ ਕੇ ਭਾਰਤ ਨਾਲੋਂ ਅਫਗਾਨਿਸਤਾਨ ਨਾਲ ਮਿਲਾ ਲਿਆ ਜਾਵੇ ਤੇ ਜਿਹੜੀ ਭੁੱਖਮਰੀ ਹੈ ਅਫਗਾਨਿਸਤਾਨ ਦੀ
ਉਹ ਮਿਟ ਜਾਵੇਗੀ ਕਿਉਂਕਿ ਪੰਜਾਬ ਅਮੀਰ ਬੜਾ ਹੈ। 1761 ਵਿੱਚ ਪਾਣੀਪਤ ਦੀ ਜੰਗ ਜਿੱਤਣ ਵਾਲਾ ਅਬਦਾਲੀ ਇਹ ਭੁੱਲ ਗਿਆ ਵੀ ਹੁਣ ਵਾਹ ਮਰਾਠਿਆਂ ਨਾਲ ਨਹੀਂ ਤੇਰਾ, ਜਾਟਾਂ ਨਾਲ ਨਹੀਂ ਤੇਰਾ, ਰਾਜਪੂਤਾਂ ਨਾਲ ਨਹੀਂ ਤੇਰਾ, ਹੁਣ ਤਲਵਾਰ ਦੀ ਧਾਰ ਚੋਂ ਪ੍ਰਗਟੇ ਖਾਲਸੇ ਨਾਲ ਵਾਹ ਪੈ ਗਿਆ ਹੈ। ਹੁਣ ਅਹਿਮਦ ਸ਼ਾਹ ਖਾਲਸੇ ਦੀ ਤਲਵਾਰ ਦੀ ਧਾਰ ਨਹੀਂ ਸੀ ਜਾਣਦਾ, ਪਰ ਇਹਦਾ ਮਾਲਕ ਨਾਦਰ ਸ਼ਾਹ ਧਾਰ ਪਰਖ ਚੁੱਕਿਆ ਸੀ। ਉਹਨੇ ਬੜੀ ਮਾਰ ਖਾਧੀ ਸੀ ਖਾਲਸੇ ਹੱਥੋਂ, ਜਦੋਂ ਨੱਟਾਂ ਦਾ ਭੰਡਾਂ ਦਾ ਉਹਨੇ ਨਾਟਕ ਵੇਖਿਆ ਨਾ ਖਾਲਸੇ ਬਾਰੇ, ਤੇ ਉਹਨੇ ਫਾਰਸੀ ਵਿੱਚ ਪਤਾ ਕੀ ਕਿਹਾ ਸੀ, ਅਜ਼ੀਮ ਕੌਮ ਬੂਏ ਪਾਤਸ਼ਾਹੀ ਮੀ ਆਯਤ, ਮੈਨੂੰ ਇਸ ਸਿੰਘਾਂ ਦੀ ਕੌਮ ਵਿੱਚੋਂ ਦੇਸ਼ ਦੀ ਸ਼ਹਿਨਸ਼ਾਹੀ ਦੀ ਬੂ ਆਉਂਦੀ ਹੈ। ਉਹ ਜਾਣਦਾ ਸੀ ਇਹ ਰਾਜੇ ਬਣਨਗੇ ਆਉਣ ਵਾਲੇ ਸਮੇਂ ਵਿੱਚ, ਅਬਦਾਲੀ ਨਹੀਂ ਸੀ ਜਾਣਦਾ ਸਿੰਘਾਂ ਦੀ ਹਰੇ ਤਾਕਤ ਨੂੰ, ਇਹ ਸੁਪਨਾ ਸੰਜੋਈ ਬੈਠਾ ਹੈ ਪੰਜਾਬ ਤੇ ਰਾਜ ਕਰਨਾ ਹੈ, ਅਫਗਾਨਿਸਤਾਨ ਵਿੱਚ ਮਿਲਾਉਣਾ ਹੈ। ਇਹ ਭੁੱਲ ਗਿਆ ਮਰਾਠਿਆਂ ਜਾਟਾਂ ਮੁਗਲਾਂ ਨਾਲੋਂ ਕਈ ਗੁਣਾ ਵੱਧ ਕੇ ਲੜਾਕੀ ਕੌਮ ਸੀ ਸਿੰਘਾਂ ਦੀ। ਖੈਰ ਗਊਆਂ ਹਿਰਨਾਂ ਗਿੱਦੜਾਂ ਸਹਿਆਂ ਲੂੰਬੜਾਂ ਰੋਜਾਂ ਦਾ ਸ਼ਿਕਾਰ ਕਰਨ ਵਾਲਾ ਅਬਦਾਲੀ ਭੁੱਲ ਗਿਆ ਵੀ ਇੱਥੇ ਸ਼ੇਰਾਂ ਨਾਲ ਟਾਕਰਾ ਹੋਣਾ ਹੈ। ਜਿਹੜਾ ਰੋਜ਼ ਅਬਦਾਲੀ ਕਲਾ ਕੰਧ ਖਾਂਦਾ ਸੀ ਉਹਨੂੰ ਖਿਆਲ ਹੀ ਨਾ ਰਿਹਾ ਵੀ ਹੁਣ ਲੋਹੇ ਦੀਆਂ ਡਲੀਆਂ ਚੱਬਣੀਆਂ ਪੈਣੀਆਂ ਨੇ, ਹੁਣ ਖਾਲਸੇ ਨਾਲ ਭੇੜ ਹੋਵੇਗਾ। ਇਹੋ ਖਾਲਸਾ ਹੈ, ਮੈਂ ਧਰ ਤੇਰੀ ਪਾਰ ਬ੍ਰਹਮ, ਤੇਰਾ ਤਾਣ ਰਹਾਓ, ਪਰਮਾਤਮਾ ਦੇ ਬਖਸ਼ੇ ਬਲ ਦੇ ਆਸਰੇ ਜੋ ਜੰਗ ਲੜਦਾ ਹੈ ਇਹਨਾਂ ਨੂੰ ਝੁਕਾਇਆ ਨਹੀਂ ਜਾ ਸਕਦਾ। ਪਾਣੀਪਤ ਦੀ ਜੰਗ ਹਾਰ ਕੇ ਮਰਾਠਿਆਂ ਨੇ ਆਪਣੇ ਸਰਦਾਰ ਬਾਜੀ ਰਾਓ ਰਾਹੀਂ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕਰ ਲਿਆ। ਉਹਦਾ ਕਾਰਨ ਇਹ ਹੈ, ਬਾਜੀ ਰਾਓ ਦਾ ਵੱਡਾ ਫਰਜ਼ੰਦ ਵਿਸ਼ਵਾਸ ਰਾਓ ਪਾਣੀਪਤ ਦੀ ਜੰਗ ਵਿੱਚ ਮਾਰਿਆ ਗਿਆ। ਬਾਜੀ ਰਾਓ ਦਾ ਭਰਾ ਸਦਾ ਸ਼ਿਵ ਰਾਓ ਇਸ ਜੰਗ ਦੇ ਵਿੱਚ ਮਾਰਿਆ ਗਿਆ। ਹੁਣ ਅਬਦਾਲੀ ਨਾਲ ਸੰਧੀ ਕੀਤੀ ਹੈ ਤੇ ਅਬਦਾਲੀ ਦਾ ਹੁਕਮ ਮੰਨ ਕੇ ਬਾਜੀ ਰਾਓ ਹੁਣਾਂ ਨੇ ਸ਼ਾਹ ਆਲਮ ਸਾਨੀ ਨੂੰ ਦਿੱਲੀ ਦਾ ਬਾਦਸ਼ਾਹ ਮੰਨ ਲਿਆ। ਅਬਦਾਲੀ ਨੇ ਬਾਦਸ਼ਾਹ ਆਪਣਾ ਦਿੱਲੀ ਵਿੱਚ ਬਿਠਾ ਦਿੱਤਾ ਤੇ ਨਾਲ ਮਰਹੱਟਿਆਂ ਨੂੰ ਇਹ ਗੱਲ ਆਖੀ, ਤੁਹਾਡੀ ਸਹਿਮਤੀ ਨਾਲ ਦਿੱਲੀ ਚੱਲੇਗੀ ਪਰ ਸਤਲੁਜ ਤੋਂ ਪਾਰ ਪੰਜਾਬ ਵੱਲ ਤੁਸੀਂ ਨਹੀਂ ਵੇਖੋਗੇ, ਪੰਜਾਬ ਤੇ ਮੈਂ ਕਬਜ਼ਾ ਕਰਾਂਗਾ। ਹੁਣ ਤੁਹਾਨੂੰ ਦੱਸਾਂ ਗਦਾਰੀ ਕਿੰਨੇ ਕੀਤੀ ਹੈ। ਮੁਗਲਾਂ ਤੇ ਮਰਹੱਟਿਆਂ ਨੇ ਆਪਣੀ ਖੱਲ ਬਚਾਉਣ ਦੇ ਲਈ ਭਾਰਤ ਵਰਸ਼ ਦਾ ਬੇਨਜ਼ੀਰ ਤੇ ਕੀਮਤੀ ਟੁਕੜਾ ਪੰਜਾਬ, ਪੰਜ ਦਰਿਆਵਾਂ ਦੀ ਪ੍ਰਫੁੱਲਤ ਧਰਤੀ ਪੰਜਾਬ, 10 ਗੁਰੂ ਸਾਹਿਬਾਨਾਂ ਦੀ ਰਹਿਮਤ ਦਾ ਪਾਤਰ ਪੰਜਾਬ, ਜਿਸਨੇ ਗੁਲਾਮੀ ਦੀਆਂ ਜੰਜੀਰਾਂ ਲਾਹ ਸੁੱਟਣ ਦਾ ਮਨ ਬਣਾਇਆ ਸੀ, ਜਿਸ ਪੰਜਾਬ ਨੇ ਦੁਰਾਨੀਆਂ ਮੁਗਲਾਂ ਅਫਗਾਨੀਆਂ ਕੋਲੋਂ ਭਾਰਤ ਵਰਸ਼ ਨੂੰ ਆਜ਼ਾਦ ਕਰਵਾਉਣ ਦੀ ਸਹੁੰ ਚੁੱਕ ਲਈ ਸੀ, ਅਬਦਾਲੀ ਬਘਿਆੜ ਦੇ ਅੱਗੇ ਪੰਜਾਬ ਨੂੰ ਇਹਨਾਂ ਨੇ ਗਿਰਵੀ ਰੱਖ ਦਿੱਤਾ। ਮਰਾਠੇ ਤੇ ਮੁਗਲ ਕਹਿੰਦੇ, ਅਬਦਾਲੀ ਤੂੰ ਸਤਲੁਜ ਤੋਂ ਪਾਰ ਨਾ ਆਈ, ਸਾਡਾ ਰਾਜ ਤੇ ਪੰਜਾਬ ਨੂੰ ਵੱਢ ਕੱਟ ਕੇ ਤੂੰ ਅਫਗਾਨਿਸਤਾਨ ਨਾਲ ਜੋੜ ਲਾ। ਹੁਣ ਮੈਨੂੰ ਦੱਸੋ ਵੀ ਗਦਾਰ ਕੌਣ ਹੈ, ਜਿਹਨੇ ਭਾਰਤ ਵਰਸ਼ ਦੀ ਰੱਖਿਆ ਲਈ ਜੰਗ ਲੜੇ ਨੇ, ਜਾਂ ਜਿਹਨੇ ਇਹ ਕਿਹਾ ਹੋਵੇ ਵੀ ਪੰਜਾਬ ਨੂੰ ਵੱਢ ਕੇ ਹੀ ਪਰਾਂ ਲੈ ਜਾ ਤੂੰ। ਕੇਵਲ ਕੁਝ ਪਲਾਂ ਦੀ ਜ਼ਿੰਦਗੀ ਲਈ ਮਰਹੱਟੇ ਤੇ ਮੁਗਲ ਜਿਹੜੇ ਨੇ ਅਬਦਾਲੀ ਅੱਗੇ ਚੁੱਕ ਗਏ।
ਪਰ ਅਬਦਾਲੀ ਦਾ ਪੰਜਾਬ ਤੇ ਰਾਜ ਕਰਨ ਦਾ ਸੁਪਨਾ ਸਣੇ ਉਹਦੀ ਔਲਾਦ ਖਾਲਸੇ ਨੇ ਪੂਰਾ ਨਹੀਂ ਹੋਣ ਦਿੱਤਾ। ਭਾਵੇਂ ਕਿ ਖਾਲਸਾ ਪੰਥ ਨੇ ਇਹਦੇ ਲਈ ਬੜੀਆਂ ਕੁਰਬਾਨੀਆਂ ਕੀਤੀਆਂ, ਇਤਿਹਾਸ ਗਵਾਹ ਹੈ, ਜਗ੍ਹਾ ਜਗ੍ਹਾ ਖਾਲਸੇ ਨੂੰ ਲਹੂ ਡੋਲਣਾ ਪਿਆ, ਬੜਾ ਮੁੱਲ ਤਾਰਿਆ ਹੈ ਸਿੱਖਾਂ ਨੇ। ਪੰਜਾਬ ਦੀ ਰੂਹੇ ਜ਼ਮੀਨ ਦੇ ਹਰ ਜ਼ਰੇ ਵਿੱਚ ਖਾਲਸੇ ਦੇ ਲਹੂ ਦੇ ਕਤਰੇ ਤੁਹਾਨੂੰ ਮਿਲ ਜਾਣਗੇ। ਜਿਹੜਾ ਕਹਿ ਦਿੰਦਾ ਨਾ ਪੰਜਾਬ ਤੇ ਸਿੱਖਾਂ ਦਾ ਕੀ ਹੱਕ ਹੈ, ਸਾਰੇ ਭਾਰਤ ਦਾ ਹੱਕ ਹੈ, ਹੋਵੇਗਾ ਹੱਕ ਭਾਰਤ ਦਾ, ਪਰ ਭਾਰਤ ਵਾਲਿਆਂ ਤੇ ਪੰਜਾਬ ਵੱਢ ਕੇ ਅਬਦਾਲੀ ਨੂੰ ਫੜਾਤਾ ਸੀ, ਇਹ ਪੰਜਾਬ ਖਾਲਸੇ ਨੇ ਜ਼ਿੰਦਾ ਰੱਖਿਆ ਹੈ। ਇਸ ਕਰਕੇ ਸਭ ਤੋਂ ਵੱਧ ਕੇ ਪੰਜਾਬ ਤੇ ਹੱਕ ਵੀ ਖਾਲਸੇ ਦਾ ਹੈ। ਔਰ ਜਿਹੜੀ ਮੌਤ ਤੋਂ ਲੋਕ ਥਰ ਥਰ ਕੰਬਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰਾ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾ ਨੰਦ, ਉਹ ਮੌਤ ਵਿਆਹ ਕੇ ਖਾਲਸੇ ਨੇ ਪੰਜਾਬ ਨੂੰ ਪ੍ਰਫੁੱਲਤ ਰੱਖਿਆ। ਮਾਰਚ 1761 ਈਸਵੀ ਦੀ ਗੱਲ ਹੈ, ਅਹਿਮਦ ਸ਼ਾਹ ਅਬਦਾਲੀ ਦਿੱਲੀ ਤੋਂ ਕੰਧਾਰ ਰਾਜਸਥਾਨ ਜਾਣ ਦੀ ਤਿਆਰੀ ਕਰਦਾ ਹੈ। ਜਾਣ ਲੱਗੇ ਨੇ ਮਰਾਠਿਆਂ ਨਾਲ ਸੰਧੀ ਕਰਕੇ ਸ਼ਾਹ ਆਲਮ ਸਾਨੀ ਨੂੰ ਦਿੱਲੀ ਦਾ ਬਾਦਸ਼ਾਹ ਬਣਾਇਆ, ਜੋ ਇਹਦੀ ਕਠਪੁਤਲੀ ਹੈ, ਇਹਦੇ ਹੁਕਮ ਵਿੱਚ ਚੱਲਦਾ ਹੈ। ਅਬਦਾਲੀ ਦਿੱਲੀ ਤੋਂ ਅਹਿਮਦਗੰਜ ਰੁਕਿਆ, ਅੰਬਾਲੇ ਕੋਲ ਪਹੁੰਚਿਆ ਤੇ ਜਦੋਂ ਪੰਜਾਬ ਦੀ ਜ਼ੂਹ ਵਿੱਚ ਪੈਰ ਰੱਖਿਆ ਨਾ, ਖਾਲਸਾ ਫੌਜ ਘਾਤ ਲਾ ਕੇ ਉਡੀਕ ਰਹੀ ਸੀ ਵੀ ਹਿੰਦੁਸਤਾਨ ਨੂੰ ਲੁੱਟਣ ਵਾਲਾ ਆ ਰਿਹਾ, ਇਹਨੂੰ ਅਸੀਂ ਲੁੱਟਾਂਗੇ। ਕਹਿੰਦੇ ਅਬਦਾਲੀ ਦੇ ਪਿੱਛੇ ਹਮਲਾ ਕੀਤਾ, ਵੱਡਾ ਟੁੱਕੀ ਕੀਤੀ, ਪੰਜਾਬ ਵਿੱਚ ਵੜੀ ਹੋਈ ਅਬਦਾਲੀ ਦੀ ਫੌਜ ਨੂੰ ਚੈਨ ਨਾਲ ਨਹੀਂ ਟਿਕਣ ਦਿੱਤਾ। ਦੁਸ਼ਮਣ ਦੀ ਫੌਜ ਦਾ ਤੁਰਨਾ, ਉੱਠਣਾ, ਬੈਠਣਾ, ਖਾਣਾ ਪੀਣਾ ਹਰਾਮ ਕਰ ਦਿੱਤਾ। ਲੁੱਟ ਦਾ ਸਮਾਨ ਵੀ ਕਾਫੀ ਹੱਦ ਤੱਕ ਖਾਲਸੇ ਨੇ ਖੋਇਆ। ਤਪਣ ਲੱਗ ਪਿਆ ਅਬਦਾਲੀ, ਕਹਿੰਦੇ ਪਾਪੀ ਤਪਦਾ ਬੜਾ ਹੈ, ਗੁਨਾਹਗਾਰ ਤਪਦਾ ਬੜਾ ਹੈ, ਪਾਪੀ ਕਹੋ ਲਾਗਾ ਸੰਤਾਪ, ਗੁਨਾਹ ਕਰ ਲੈਂਦਾ ਹੈ, ਜ਼ੋਰਾ ਜ਼ਬਰੀ ਗਰੀਬ ਗੁਰਬੇ ਤੇ ਕਰ ਲੈਂਦਾ ਹੈ, ਪਰ ਘਰ ਚੈਨ ਨਾਲ ਨਹੀਂ ਬਹਿ ਸਕਦਾ। ਉਹ ਪਾਪ ਜਿਹੜਾ ਹੈ ਨਾ, ਉਹ ਇਹਨੂੰ ਡਿਪਰੈਸਡ ਕਰਦਾ ਹੈ, ਚਿੰਤਾ ਤੁਰ ਕਰਦਾ ਹੈ, ਤੋ ਇਹ ਬੜਾ ਤਪਦਾ ਹੈ। ਗਜ਼ਨੀ ਦੀ ਮੰਡੀ ਵੱਲ ਲਿਜਾਣ ਦੇ ਲਈ ਬਹੂ ਬੇਟੀਆਂ ਜੋ ਇਸਨੇ ਬੰਦੀ ਬਣਾਈਆਂ ਸਨ 2200 ਦੇ ਕਰੀਬ, ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਤੱਟ ਤੇ ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਸਿੰਘਾਂ ਸਮੇਤ ਰਿਹਾ ਕਰਵਾ ਲਈਆਂ। ਉਦੋਂ ਤੋਂ ਬਾਬਾ ਜੱਸਾ ਸਿੰਘ ਆਲੂਵਾਲੀਆ ਨੂੰ ਵੀ ਬੰਦੀ ਛੋੜ ਆਖਣ ਲੱਗ ਪਏ ਵੀ ਇਹਨੇ ਮੁਕਤ ਕਰਵਾਇਆ ਹੈ। ਚੋਰਾਂ ਨੂੰ ਮੋਰ ਪੈ ਗਏ, ਦੁਰਾਨੀ ਅੱਗੇ ਅੱਗੇ ਤੇ ਸਿੰਘ ਇਹਨਾਂ ਦੇ ਪਿੱਛੇ ਪਿੱਛੇ। ਸਾਧੂ ਦਾ ਸੂਰਮੇ ਦਾ ਕਰਮ ਹੀ ਪਰਉਪਕਾਰ ਕਰਨਾ ਹੈ। ਟਕਿਆਂ ਟਕਿਆਂ ਤੇ ਗਜ਼ਨੀ ਦੀ ਮੰਡੀ ਵਿੱਚ ਬਹੁ ਬੇਟੀਆਂ ਵਿਕਣੀਆਂ ਸਨ ਭਾਰਤ ਵਰਸ਼ ਦੀਆਂ। ਕਹਿੰਦੇ ਭੇਡਾਂ ਬੱਕਰੀਆਂ ਨਾਲੋਂ ਵੀ ਥੋੜਾ ਮੁੱਲ ਲਾਇਆ ਜਾਂਦਾ ਸੀ।
ਤੇ ਸ਼ੁਕਰ ਮਨਾਵੇ ਭਾਰਤ ਵਰਸ਼ ਵੀ ਇਸ ਰੂਹੇ ਜ਼ਮੀਨ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਏ ਵਰਗਾ ਸੂਰਮਾ ਪੈਦਾ ਹੋਇਆ। ਹੁਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਗੁਣ ਗਾਵਤ ਪਰਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀ। ਜਿਹੜਾ ਨਿਤ ਨਾਮ ਜਪਦਾ ਹੈ ਨਾ, ਅਮੁੱਲੀ ਉਹਦੀ ਹਸਤੀ ਹੈ, ਉਹ ਸਦਾ ਹੀ ਪਰਉਪਕਾਰ ਕਰਦਾ ਹੈ। ਜੇ ਇੱਕ ਪਲ ਲਈ ਸਿੰਘ ਸੋਚਦੇ ਵੀ ਅਸੀਂ ਕੀ ਲੈਣਾ ਭਾਰਤ ਵਰਸ਼ ਦੀਆਂ ਬਹੂ ਬੇਟੀਆਂ ਨੂੰ, ਇਹ ਹਿੰਦੂਆਂ ਦੀਆਂ ਧੀਆਂ ਭੈਣਾਂ, ਤੇ ਜਿਹੜੀਆਂ ਦਿੱਲੀ ਤੋਂ ਲੈ ਕੇ ਅੰਬਾਲੇ ਤੱਕ ਗੁਲਾਮ ਰਹੀਆਂ, ਕੋਈ ਮਰਹੱਟਾ, ਕੋਈ ਜਾਟ, ਕੋਈ ਰਾਜਪੂਤ ਨਹੀਂ ਛੁਡਵਾ ਸਕਿਆ। ਸਾਨੂੰ ਕੀ ਲੋੜ ਪਈ ਅਬਦਾਲੀ ਨਾਲ ਦੁਸ਼ਮਣੀ ਲੈਣ ਦੀ? ਸਾਡੀਆਂ ਤੇ ਔਰਤਾਂ ਹੈ ਨਹੀਂ, ਪਰ ਖਾਲਸਾ ਏਦਾਂ ਨਹੀਂ ਸੋਚਦਾ। ਖਾਲਸਾ ਪਰਉਪਕਾਰੀ ਹੈ, ਬਗਾਨੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦਾ, ਇਹ ਸਾਡਾ ਸਿਧਾਂਤ ਹੈ। ਪਰ ਨਾਰੀ ਧੀ ਭੈਣ ਵਿਖਾਣਾ ਹੈ, ਪਰਾਈ ਔਰਤ ਬਰਾਬਰ ਦੀ ਹੈ, ਭੈਣ ਮੰਨਦਾ ਵੱਡੀ ਹੈ, ਮਾਂ ਮੰਨ ਛੋਟੀ ਹੈ, ਧੀ ਮੰਨਦਾ ਪ੍ਰੇਮ ਦਾ ਰਿਸ਼ਤਾ ਕੇਵਲ ਆਪਣੀ ਔਰਤ ਦੇ ਨਾਲ ਹੈ ਜਿਹਦੇ ਨਾਲ ਗ੍ਰਸਤ ਕੀਤਾ। ਹੁਣ ਇੱਥੇ ਪਰਉਪਕਾਰ ਕੀਤਾ ਸਿੱਖ ਮਿਸਲਾਂ ਨੇ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਪਰਉਪਕਾਰੀ ਨੂੰ ਫਲ ਕੀ ਮਿਲਦਾ ਹੈ? ਕੁੱਲ ਸਾਮੂਹੂ ਉਦਰੇ ਖਿਨ ਭੀਤਰ, ਜਨਮ ਜਨਮ ਕੀ ਮਲ ਲਾਹੀ। ਕਹਿੰਦੇ ਆਪ ਤੇ ਮੁਕਤੀ ਹੈ 84 ਲੱਖ ਜੂਨਾਂ ਤੋਂ, ਕੁੱਲ ਵੀ ਮੁਕਤ ਹੋ ਜਾਂਦੀ ਹੈ, ਉਹਦੀ ਕੁੱਲਾਂ ਦਾ ਵੀ ਉਧਾਰ ਹੋ ਜਾਂਦਾ ਹੈ। ਅਬਦਾਲੀ ਵੱਡੀ ਦਾ ਟੁੱਕੀ ਦਾ ਲਾਹੌਰ ਪਹੁੰਚਦਾ ਹੈ, ਬੜਾ ਕ੍ਰੋਧਵਾਨ ਹੈ। ਖਾਲਸਾ ਪੰਥ ਨੂੰ ਮੁਕਾਉਣ ਦੇ ਲਈ ਕੁਝ ਮੁਹਿੰਮਾਂ ਤੋਰੀਆਂ ਪਰ ਅਸਫਲਤਾ ਹੀ ਮਿਲੀ। ਸਿੰਘਾਂ ਨੇ ਜੇਲਮ ਤੋਂ ਪਾਰ ਸਿੰਧ ਤੱਕ ਅਬਦਾਲੀ ਦਾ ਪਿੱਛਾ ਕੀਤਾ ਤੇ ਇਹਨੂੰ ਅਫਗਾਨਿਸਤਾਨ ਤੱਕ ਕੇ ਆਏ। ਇਹ ਠੀਕ ਹੈ, ਸਿੰਘਾਂ ਨੇ ਸੈਂਕੜੇ ਸਿਰ ਦਿੱਤੇ ਤੇ ਹਜ਼ਾਰਾਂ ਦੁਰਾਨੀਆਂ ਦੇ ਸਿਰ ਵੱਢੇ। ਇਹ ਬੜਾ ਨਿਰਾਲਾ ਨਾਟਕ ਵੇਖਿਆ ਭਾਰਤ ਦੇ ਲੋਕਾਂ ਨੇ। ਜਦੋਂ ਪਾਣੀਪਤ ਤੋਂ ਅੱਗੇ ਅਬਦਾਲੀ ਦਿੱਲੀ ਵੱਲ ਜਾਂਦਾ ਹੈ ਤੇ ਅਬਦਾਲੀ ਸ਼ਿਕਾਰੀ ਬਣ ਜਾਂਦਾ ਹੈ ਤੇ ਸ਼ਿਕਾਰ ਖੇਡਦਾ ਹੈ ਮਰਾਠਿਆਂ ਦਾ, ਜਾਟਾਂ ਦਾ, ਰਾਜਪੂਤਾਂ ਦਾ ਤੇ ਮੁਗਲਾਂ ਦਾ, ਮਨਾਈਆਂ ਕਰਦਾ ਹੈ। ਜਦੋਂ ਵਾਪਸੀ ਤੇ ਅੰਬਾਲੇ ਤੋਂ ਪੰਜਾਬ ਅੰਧਾਰ ਤੋਂ ਦਿੱਲੀ ਤਾਈਂ, ਅੰਬਾਲੇ ਤੱਕ ਕੁਝ ਇਤਿਹਾਸ ਵੱਖਰਾ ਹੁੰਦਾ ਹੈ, ਅੰਬਾਲੇ ਤੋਂ ਅੱਗੇ ਕੰਧਾਰ ਤਾਈਂ ਇਤਿਹਾਸ ਬਦਲ ਜਾਂਦਾ ਹੈ। ਅਬਦਾਲੀ ਅਫਗਾਨਿਸਤਾਨ ਨੂੰ ਜਾਂਦਾ ਮਨ ਵਿੱਚ ਬੜਾ ਘੁੜਦਾ ਹੈ। ਜਦੋਂ ਇਤਿਹਾਸ ਪੜ੍ਹਦੇ ਹਾਂ ਅੰਤ ਪ੍ਰਕਾਸ਼ ਵਿੱਚ, ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਕੁੜੈ ਰੁੜੈ ਜੁੜੈ ਸੋਚੈ ਯੋਂ ਪਛੁਤਾਏ, ਦੱਖਣ ਪੂਰਬ ਮੈਂ ਲੁੱਟੀ ਸੁੱਧ ਸਿੰਘਨ ਦਈ ਗਵਾਏ। ਕਹਿੰਦੇ ਕੁੜਦਾ ਹੋਇਆ ਕਹਿੰਦਾ ਏ ਮੈਂ ਹਿੰਦੁਸਤਾਨ ਨੂੰ ਲੁੱਟਦਾ, ਕਿਹੜੀ ਬਲਾ ਹੈ ਜਿਹੜੀ ਮੈਨੂੰ ਲੁੱਟ ਲੈਂਦੀ ਹੈ। ਚੋਰਾਂ ਨੂੰ ਮੋਹਰ ਪੈ ਜਾਂਦੇ ਨੇ। ਹੁਣ ਥੱਕਿਆ ਸੀ ਅਬਦਾਲੀ ਮੁੜ ਗਿਆ, ਪਰ ਵਿਉਂਤ ਘੜ ਲਈ ਹੈ ਵੀ ਖਾਲਸੇ ਪੰਥ ਦਾ ਖੁਰਾ ਖੋਜ ਮਿਟਾਉਣਾ ਹੈ, ਨਜਿੱਠਣ ਲਈ ਪੂਰੀ ਤਿਆਰੀ ਕਰਕੇ ਗਿਆ ਸੀ।
ਅਫਗਾਨਿਸਤਾਨ ਤੇ ਚਲਿਆ ਗਿਆ ਪਰ ਸਿੰਘਾਂ ਨੂੰ ਸਬਕ ਸਿਖਾਉਣ ਦੇ ਲਈ ਪੰਜਾਬ ਦਾ ਸੂਬੇਦਾਰ ਕਰੀਮ ਦਾਦਖਾਂ ਨੂੰ ਥਾਪਦਾ ਹੈ। ਉਹਦੇ ਬਾਅਦ ਇਹਨੂੰ ਆਪਣੇ ਕੋਲ ਸੱਦ ਲਿਆ। ਕੁਝ ਸਮਾਂ ਬਾਅਦ ਸਰਬੁਲੰਦ ਖਾਨ ਨੂੰ ਪੰਜਾਬ ਦਾ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਸਿੰਘਾਂ ਦਾ ਕੈਸਾ ਖੌਫ ਹੋਵੇਗਾ, ਕਹਿੰਦੇ ਸਰਬੁਲੰਦ ਖਾਨ ਜਲੰਧਰ ਹੀ ਲੁਕਿਆ ਰਿਹਾ, ਲਾਹੌਰ ਦਾ ਗਵਰਨਰ ਹੈ, ਡਰਦਾ ਲਾਹੌਰ ਨਹੀਂ ਜਾਂਦਾ ਵੀ ਰਸਤੇ ਵਿੱਚ ਮਾਝਾ ਆਏ ਤੇ ਸਿੰਘਾਂ ਨੇ ਘੇਰ ਲੈਣਾ। ਤੇ ਸਿੰਘਾਂ ਜਲੰਧਰ ਦੇ ਰਸਤੇ ਤੇ ਲਾਹੌਰ ਵੱਲ ਨੂੰ ਨਾਕੇ ਲਾ ਛੱਡੇ ਨੇ। ਹੋਰ ਵੀ ਕਈ ਸੂਬੇ ਅਫਗਾਨੀ ਅਬਦਾਲੀ ਵੱਲੋਂ ਥਾਪੇ ਗਏ ਸਨ। ਕਰੀਮ ਦਾਦ ਖਾਂ, ਜ਼ੈਨ ਖਾਂ, ਰਾਜਾ ਘੁਮੰਡ ਚੰਦ ਕਟੋਚ, ਅਬਦਸ ਸਮਦ ਖਾਂ, ਰੁਸਤਮ ਖਾਂ, ਇਹ ਜਿੰਨੇ ਵੀ ਸੂਬੇ ਨੇ ਗਵਰਨਰ ਨੇ, ਇਹਨਾਂ ਦੀ ਸਿੰਘਾਂ ਅੱਗੇ ਇੱਕ ਨਾ ਚੱਲੀ। ਅੱਛਾ, ਕਹਿਣ ਨੂੰ ਤੇ ਰਾਜ ਅਫਗਾਨਾਂ ਦਾ ਹੈ ਪਰ ਇਹ ਕਿਲਿਆਂ ਤੱਕ ਸੀਮਿਤ ਸਨ। ਅਸਲ ਰਾਜ ਖਾਲਸਾ ਕਰ ਰਿਹਾ ਸੀ ਪੰਜਾਬ ਦੀ ਧਰਤ ਤੇ। ਕਹਿੰਦੇ ਵੱਡੇ ਵੱਡੇ ਲਾਹੌਰ ਵਰਗੇ ਸ਼ਹਿਰ ਜਿੱਥੇ ਰੰਗੀਨੀਆਂ ਰਾਤਾਂ ਸਨ, ਖਾਲਸੇ ਦਾ ਰਾਜ ਆਉਂਦਿਆਂ ਹੀ ਐਸਾ ਖੌਫ ਵਰਤਿਆ ਹੈ ਕਬਰਾਂ ਵਰਗੀ ਚੁੱਪ ਛਾ ਗਈ। ਕੋਈ ਗਲੀ ਮਹੱਲੇ ਦੁਸ਼ਮਣ ਨਹੀਂ ਨਿਕਲਦਾ, ਦੁਰਾਨੀ ਨਹੀਂ ਨਿਕਲਦਾ, ਅਫਗਾਨੀ ਨਹੀਂ ਨਿਕਲਦਾ, ਮੁਗਲ ਨਹੀਂ ਨਿਕਲਦਾ। ਇਹ ਵਧਾ ਚੜਾ ਕੇ ਕੀਤੀਆਂ ਗੱਲਾਂ ਨਹੀਂ। ਇੱਕ ਪੁਸਤਕ ਹੈ ਤਹਿਮਾਸਨਾਮਾ ਫਾਰਸੀ ਦੀ, ਇਹਨੂੰ ਲਿਖਣ ਵਾਲਾ ਹੈ ਤਹਿਮਾਸਬ ਖਾਂ ਮਸਕੀਨ। ਇਹ ਅਹਿਮਦ ਸ਼ਾਹ ਅਬਦਾਲੀ ਦਾ ਸਮਕਾਲੀ ਸੀ ਤੇ ਮੀਰ ਮਨੂ ਦਾ ਨੌਕਰ ਸੀ ਤੇ ਮੀਰ ਮਨੂ ਤੋਂ ਬਾਅਦ ਮੁਗਲਾਣੀ ਬੇਗਮ ਉਹਦਾ ਨੌਕਰ ਰਿਹਾ ਹੈ। ਉਹਨੇ ਪੁਸਤਕ ਲਿਖੀ ਹੈ ਤੇ ਖਾਲਸੇ ਦੀਆਂ ਮੱਲਾਂ ਦਾ ਜ਼ਿਕਰ ਕੀਤਾ, ਉਹਨੇ ਤੇ ਬੜਾ ਵਿਸਤਾਰ ਕੀਤਾ, ਮੈਂ ਤੇ ਸ਼ੋਰਟ ਵਿੱਚ ਤੁਹਾਨੂੰ ਦੱਸ ਰਿਹਾ। ਤਾਂ ਪੁਸਤਕ ਤੋਂ ਇਹ ਸਮਝ ਪੈਂਦੀ ਹੈ ਵੀ ਸਿੱਖਾਂ ਨੂੰ ਅਬਦਾਲੀ ਦਾ ਡਰ ਤੇ ਦੂਰ ਮੌਤ ਦਾ ਵੀ ਡਰ ਨਹੀਂ ਹੈ। ਸੋਕਾ ਤਾਂ ਡਰ ਹੈ, ਜੇ ਖਸਮ ਸਮਾਰਾ ਹੈ, ਡਰ ਡਰ ਪਚੇ ਮਨਮੁਖ ਵਿਚਾਰੈ। ਮਨਮੁਖ ਡਰਦਾ ਹੈ, ਜਿਹਨੂੰ ਖੁਦਾ ਚੇਤੇ ਹੈ, ਪਰਮਾਤਮਾ ਚੇਤੇ ਹੈ, ਮੌਤ ਤੋਂ ਨਹੀਂ ਡਰਦਾ। ਉਹ ਤੇ ਮੌਤ ਨੂੰ ਇਉਂ ਸਮਝਦਾ ਹੈ ਕਿ ਪਰਮਾਤਮਾ ਨਾਲ ਮਿਲਾਪ ਦੀ ਕੜੀ ਹੈ, ਚੋਲਾ ਛੱਡਣਾ ਹੈ ਤੇ ਇਹ ਬੂੰਦਾਂ ਸਾਗਰ ਵਿੱਚ ਮਿਲ ਜਾਣੀਆਂ ਨੇ। ਸਮਾਂ ਆਇਆ ਅਬਦਾਲੀ ਦੇ ਹੁਕਮ ਵਿੱਚ ਲਾਹੌਰ ਦਾ ਇੱਕ ਨਵਾਂ ਗਵਰਨਰ ਬਣਦਾ ਹੈ, ਖਵਾਜਾ ਉਬੈਦ ਖਾਂ। ਬੜਾ ਤਾਕਤਵਰ ਹੈ, ਬੜਾ ਜ਼ੋਰਾਵਰ ਹੈ। ਇਹਨੇ ਸਿੰਘਾਂ ਨੂੰ ਸਬਕ ਸਿਖਾਉਣ ਦੀ ਤਿਆਰੀ ਕੀਤੀ, ਫੌਜਾਂ ਇਕੱਠੀਆਂ ਕੀਤੀਆਂ। ਕਹਿੰਦੇ ਇੰਨਾ ਹੰਕਾਰਿਆ ਹੈ, ਪਹਿਲਾਂ ਹੀ ਮਠਿਆਈ ਦਾ ਪ੍ਰਬੰਧ ਕਰ ਲਿਆ ਵੀ ਜੰਗ ਮੈਂ ਜਿੱਤਣੀ ਹੈ। ਮਠਿਆਈ ਨਾਲ ਲੈ ਲਈ, ਫੌਜਾਂ ਨਾਲ ਨੇ, ਤੇ ਜਾਂਦਾ ਜਾਂਦਾ ਲਾਹੌਰ ਵਿੱਚ ਐਲਾਨ ਕਰ ਗਿਆ ਵੀ ਜੰਗ ਜਿੱਤ ਕੇ ਆਵਾਂਗਾ। ਤੇ ਜਿਵੇਂ ਭਾਰਤ ਵਰਸ਼ ਵਿੱਚ ਲੋਕ ਦੀਵਾਲੀ ਵਾਲੇ ਦਿਨ ਦੀਪਮਾਲਾ ਕਰਦੇ ਨੇ, ਮੇਰੀ ਸ਼ਾਨ ਵਿੱਚ ਦੀਪਮਾਲਾ ਆਉਣੀ ਚਾਹੀਦੀ ਹੈ।
ਕਹਿੰਦੇ ਦਮਾਮੇ ਵੱਜਦੇ ਨੇ, ਗੁਜਰਾਂ ਵਾਲਾ ਪਹੁੰਚ ਗਿਆ। ਉਧਰ ਸਰਦਾਰ ਚੜ੍ਹਤ ਸਿੰਘ ਦੀ ਤਿਆਰੀ ਹੈ। ਜਦੋਂ ਦੂਜੀਆਂ ਮਿਸਲਾਂ ਨੂੰ ਪਤਾ ਲੱਗਿਆ ਵੀ ਬਾਬਾ ਚੜ੍ਹਤ ਸਿੰਘ ਇਕੱਲਾ ਘਿਰ ਗਿਆ, ਮਦਦ ਤੇ ਬਾਬਾ ਜੱਸਾ ਸਿੰਘ ਆਲੂਵਾਲੀਆ ਪਹੁੰਚੇ, ਸਰਦਾਰ ਹਰੀ ਸਿੰਘ ਭੰਗੀ ਪਹੁੰਚੇ, ਸਰਦਾਰ ਜੈ ਸਿੰਘ ਕਨਈਆ, ਸਰਦਾਰ ਲਹਿਣਾ ਸਿੰਘ, ਸਰਦਾਰ ਗੁਜਰ ਸਿੰਘ, ਸਰਦਾਰ ਸੋਭਾ ਸਿੰਘ, ਇਹ ਸਾਰੀਆਂ ਮਿਸਲਾਂ ਦੇ ਸਰਦਾਰ ਪਹੁੰਚੇ ਨੇ। ਖਵਾਜਾ ਉਬੈਦ ਖਾਨ ਜੰਗ ਲੜਦਾ ਹੈ, ਐਸਾ ਲੱਕ ਤੋੜਿਆ ਮਿਸਲਾਂ ਦੇ ਸਰਦਾਰਾਂ ਨੇ, ਹਾਰ ਕੇ ਦੌੜ ਉੱਠਿਆ, ਮਠਿਆਈਆਂ ਮਿੱਟੀ ਵਿੱਚ ਰੁਲ ਗਈਆਂ, ਤੇ ਜਿਹੜਾ ਕਹਿੰਦਾ ਸੀ ਉਡੀਕ ਰੱਖਿਓ ਦੀਪ ਮਾਲਾ ਹੋਵੇਗੀ ਲਾਹੌਰ ਆਉਣ ਤੇ ਮੇਰੇ, ਕਹਿੰਦੇ ਛੁਪਦਾ ਛੁਪਾਉਂਦਾ ਲਾਹੌਰ ਚੋਰੀ ਵੜਦਾ ਹੈ ਤੇ ਕਿਲੇ ਦੇ ਤਹਿ ਖਾਨੇ ਵਿੱਚ ਜਾ ਕੇ ਲੁਕ ਗਿਆ। ਦੀਵੇ ਤੇ ਦੀਵਿਆਂ ਦਾ ਤੇਲ ਕਿਸੇ ਕੰਮ ਨਾ ਆਇਆ। ਬਾਬਾ ਜੱਸਾ ਸਿੰਘ ਆਲੂਵਾਲੀਏ ਨੇ ਸਿੰਘ ਇਕੱਠੇ ਕੀਤੇ ਤੇ ਲਾਹੌਰ ਨੂੰ ਜਾ ਘੇਰਿਆ। ਲਾਹੌਰ ਦੇ ਤੇ ਖਾਲਸਾ ਪੰਥ ਨੇ ਬਾਬਾ ਜੱਸਾ ਸਿੰਘ ਆਲੂਵਾਲੀਆ ਨੂੰ ਲਾਹੌਰ ਦਾ ਬਾਦਸ਼ਾਹ ਐਲਾਨਿਆ ਔਰ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ। ਬਾਰਾਂ ਮਿਸਲਾਂ ਪ੍ਰਚਲਿਤ ਸਨ, ਇੱਕ ਮਿਸਲ ਦਾ ਇੱਕ ਜਥੇਦਾਰ ਤੇ ਬਾਰਾਂ ਮਿਸਲਾਂ ਦੇ ਉੱਤੋਂ ਸੁਲਤਾਨੁਲ ਕੌਮ। ਬਾਦਸ਼ਾਹ ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦਾ ਸਿੱਕਾ ਤੋਰਿਆ, ਕਰੰਸੀ ਤੋਰੀ ਆਪਣੀ। ਇੱਕ ਤਰਫ ਲਿਖਿਆ ਹੈ ਸ੍ਰੀ ਅਕਾਲ ਜੀ ਸਹਾਏ, ਤੇ ਸਿੱਕੇ ਦੇ ਦੂਜੀ ਤਰਫ ਲਿਖਿਆ ਹੈ ਦੇਗੋ ਤੇਗੋ ਫਤਹਿ ਨੁਸਰਤ ਬੇਦਰੰਗ ਆਫਤ ਨਾਨਕ ਗੁਰੂ ਗੋਬਿੰਦ ਸਿੰਘ। ਇਹ ਜੇ ਪੜ੍ਹਨਾ ਹੋਵੇ ਨਾ ਇਤਿਹਾਸ, ਲਾਹੌਰ ਜਿੱਤਿਆ ਹੈ ਕਿ ਨਹੀਂ, ਕਿਉਂਕਿ ਸਾਡੇ ਕੁਝ ਇਤਿਹਾਸਕਾਰਾਂ ਨਹੀਂ ਮੰਨਿਆ। ਉਹ ਗੱਲ ਹੋਈ ਵੀ ਸਾਨੂੰ ਜੋ ਨਹੀਂ ਪਤਾ ਉਹ ਸੱਚ ਹੀ ਨਹੀਂ ਹੈ, ਜੋ ਸਾਨੂੰ ਪਤਾ ਉਹੀ ਸੱਚ ਹੈ। ਤੇ ਕੁਝ ਫਿਰ ਵਿਕਾਊ ਮਾਲ ਵੀ ਹੁੰਦਾ ਹਰ ਧਰਮ ਦੇ ਵਿੱਚ। ਅੱਛਾ, ਗੈਰ ਸਿੱਖ ਮੰਨਦੇ ਨੇ ਵੀ ਲਾਹੌਰ ਜਿੱਤਿਆ ਹੈ ਖਾਲਸੇ ਨੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਵੀ। ਗੁਲਾਮ ਅਲੀ ਖਾਂ ਆਜ਼ਾਦ, ਉਹਦੀ ਪੁਸਤਕ ਹੈ ਫਾਰਸੀ ਦੀ ਖਜ਼ਾਨਾ ਏ ਆਰਾ, ਜੋ ਕੋਈ 1762 ਈਸਵੀ 1819 ਬਿਕਰਮੀ ਸੰਮਤ ਦੇ ਪਾਸ ਲਿਖੀ ਗਈ ਹੈ। ਉਹ ਕਹਿੰਦੇ ਖਾਲਸੇ ਨੇ ਲਾਹੌਰ ਜਿੱਤ ਲਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਤਖ਼ਤ ਬਹਿ ਤਖ਼ਤ ਹੈ ਕੀ ਲਾਇਕ, ਤਖ਼ਤ ਦਾ ਮਾਲਕ ਖਾਲਸਾ ਬਣਦਾ ਹੈ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਿੱਥੇ ਵੀ ਅਬਦਾਲੀ ਦੇ ਕਰਿੰਦੇ ਕਾਬਜ ਸਨ, ਹਮਲਾ ਕਰ ਕਰਕੇ ਖਾਲਸਾ ਪੰਥ ਨੇ ਮਿੱਟੀ ਵਿੱਚ ਮਿਲਾ ਦਿੱਤਾ। ਸਾਰੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਹੋ ਗਿਆ। ਕਲਪਦੇ ਹੋਏ ਮੌਲਵੀਆਂ ਨੇ ਇੱਕ ਸਿੱਕਾ ਅਹਿਮਦ ਸ਼ਾਹ ਅਬਦਾਲੀ ਵੱਲ ਕੰਧਾਰ ਨੂੰ ਭੇਜਿਆ ਹੈ, ਉਹਦੇ ਤੇ ਲਿਖਿਆ ਹੈ ਮੁਲਕੇ ਅਹਿਮਦ ਗ੍ਰਿਫਤ ਜੱਸਾ ਕਲਾਲ। ਬੋਲ ਸਨ ਅਹਿਮਦ ਸ਼ਾਹ ਅਬਦਾਲੀ ਦਾ ਮੁਲਕ ਜੱਸੇ ਕਲਾਲ ਨੇ ਦਬਾ ਲਿਆ, ਆਲੂਵਾਲੀਆ ਨੇ ਦਬਾ ਲਿਆ ਹੈ।
ਹੁਣ ਜਿਨ੍ਹੇ 1761 ਈਸਵੀ ਵਿੱਚ ਭਾਰਤ ਵਿੱਚ ਵੱਡੀ ਤਾਕਤ ਅਖਵਾਉਣ ਵਾਲੇ ਮਰਹੱਟਿਆਂ ਨੂੰ ਮਿੱਟੀ ਚ ਮਿਲਾਇਆ ਹੋਵੇ, ਉਹ ਕਿਵੇਂ ਜਰਦਾ ਵੀ ਪੰਜਾਬ ਤੇ ਰਾਜ ਖਾਲਸੇ ਦਾ ਹੋ ਗਿਆ ਹੈ। ਹੰਕਾਰਿਆ ਹੋਇਆ ਅਬਦਾਲੀ ਤਿਲ ਮਿਲਾਉਂਦਾ ਹੋਇਆ ਤਿਆਰੀ ਕਰਦਾ ਹੈ ਵੀ ਪਿਛਲੇ ਸਾਲ 1761 ਵਿੱਚ ਮਰਹੱਟਿਆਂ ਦਾ ਅੰਤ ਕੀਤਾ ਸੀ, ਲੱਕ ਤੋੜਿਆ ਸੀ, ਹੁਣ 1762 ਹੈ, ਐਸੀ ਫੌਜ ਲੈ ਕੇ ਮਾਰ ਮਾਰਾਂਗਾ, ਸਿੰਘ ਨਾਮ ਦੀ ਬਲਾ ਦੁਨੀਆਂ ਤੇ ਨਹੀਂ ਲੱਭੇਗੀ। 48,000 ਬਲੋਚੀ ਫੌਜ ਲੈ ਕੇ ਤੇ ਜਹਾਦ ਦੇ ਨਾਮ ਤੇ ਜਿੰਨੇ ਵੀ ਮੁਸਲਮਾਨ ਇਕੱਠੇ ਹੋਏ, ਇਹ ਤੁਰਦਾ ਹੈ 3 ਫਰਵਰੀ 1762 ਨੂੰ ਲਾਹੌਰ ਪਹੁੰਚਿਆ। ਲਾਹੌਰ ਪਹੁੰਚ ਕੇ ਜੰਗ ਦੀ ਤਿਆਰੀ ਆਰੰਭੀ ਤੇ ਖਾਲਸੇ ਨੂੰ ਖਬਰ ਮਿਲ ਗਈ। ਹੁਣ ਦਲ ਖਾਲਸਾ ਨੇ ਸੋਚਿਆ ਵੀ ਅਸੀਂ ਤੇ ਜੰਗ ਲੜਾਂਗੇ, ਕੱਟੇ ਵੱਡੇ ਜਾਵਾਂਗੇ, ਪਰ ਪਰਿਵਾਰ ਵਿੱਚ ਜਿਹੜੇ ਬੱਚੇ ਨੇ, ਬੱਚੀਆਂ ਨੇ, ਬਜ਼ੁਰਗ ਨੇ, ਬੀਬੀਆਂ ਨੇ, ਇਹਨਾਂ ਨੂੰ ਕਿਧਰੇ ਸੇਫ ਜਗ੍ਹਾ ਤੇ ਪਹੁੰਚਾ ਦਿੱਤਾ ਜਾਵੇ। ਦਲ ਖਾਲਸਾ ਆਪਣੇ ਟੱਬਰਾਂ ਨੂੰ ਲੈ ਕੇ ਮਾਲਵੇ ਵੱਲ ਮੰਡੀ ਅਹਿਮਦਗੜ੍ਹ ਦੇ ਕੋਲ ਕੁੱਪ ਅਤੇ ਰਹੀੜੇ ਦੇ ਪਿੰਡਾਂ ਵਿੱਚ ਜਾ ਕੇ ਬੈਠਾ ਹੈ। ਖਾਲਸੇ ਨੂੰ ਉਮੀਦ ਸੀ ਅਬਦਾਲੀ ਨੂੰ ਇੱਥੇ ਪਹੁੰਚਣ ਤਾਈਂ ਹਫ਼ਤੇ ਤੋਂ ਉੱਪਰ ਸਮਾਂ ਲੱਗ ਜਾਣਾ ਹੈ, ਪਰ ਜੈਨ ਖਾਨ ਸੂਬੇਦਾਰ ਸਰਹੰਦ ਅਤੇ ਨਵਾਬ ਮਲੇਰਕੋਟਲ ਵਾਲੇ ਨੇ ਖਬਰ ਭੇਜੀ ਹੈ ਅਹਿਮਦ ਸ਼ਾਹ ਅਬਦਾਲੀ ਨੂੰ। ਸਾਰਾ ਦਲ ਖਾਲਸਾ ਇਸ ਵੇਲੇ ਇਕੱਠਾ ਹੈ, ਸਾਡੀ ਨਜ਼ਰ ਵਿੱਚ ਹੈ, ਤੁਸੀਂ ਜਲਦੀ ਆ ਜਾਓ, ਸਾਡੀ ਮਾਰ ਹੇਠ ਆਏ ਦਲ ਖਾਲਸੇ ਦਾ ਅੰਤ ਕਰ ਦਈਏ। ਸੰਦੇਸ਼ ਮਿਲਦੇ ਹੀ ਅਬਦਾਲੀ ਨੇ ਇੱਕ ਪੜਾਅ ਜੰਡਿਆਲੇ ਕੀਤਾ, ਦੂਸਰਾ ਜਲੰਧਰ ਦੇ ਪਾਸ ਜੋ ਤਲਵੰਨ ਹੈ ਉੱਥੇ ਕੀਤਾ। 5 ਫਰਵਰੀ ਦੀ ਸਵੇਰ ਪਹੁ ਫਟਾਲੇ ਸਿੰਘਾਂ ਤੇ ਆ ਕੇ ਅਚਾਨਕ ਹੱਲਾ ਬੋਲ ਦਿੱਤਾ। ਸਿੰਘਾਂ ਦੀ ਕੋਈ ਤਿਆਰੀ ਨਹੀਂ ਹੈ, ਅਚਾਨਕ ਆਫਤ ਆਣ ਗਲ ਪਈ ਹੈ। ਝਟਪਟ ਸਰਦਾਰਾਂ ਨੇ ਮਤਾ ਪਕਾਇਆ, ਵਹੀਰ ਵਿੱਚ ਜਿਹੜੇ ਬੱਚੇ ਨੇ, ਬੀਬੀਆਂ ਨੇ, ਬਜ਼ੁਰਗ ਨੇ, ਇਹਨਾਂ ਨੂੰ ਅੱਗੇ ਜੰਗਲ ਦੇਸ਼ ਲੈ ਤੁਰਦੇ ਆ, ਬਰਨਾਲੇ ਵੱਲ ਭੇਜ ਦਈਏ ਤੇ ਪਿੱਛੇ ਜਵਾਨ ਸਿੰਘ ਰੁਕ ਜਾਣ ਅਬਦਾਲੀ ਦੇ ਨਾਲ ਜਿਨ੍ਹਾਂ ਨੇ ਜੰਗ ਲੜਨਾ ਹੈ। ਇਸੇ ਤਰ੍ਹਾਂ ਭਾਈ ਕੇ ਦਰਾਜ, ਉੱਥੋਂ ਦਾ ਰਹਿਣ ਵਾਲਾ ਸੰਗੂ ਸਿੰਘ ਅਤੇ ਬਾਬਾ ਆਲਾ ਸਿੰਘ ਦਾ ਕੋਤਵਾਲ ਸ਼ੇਖੂ ਸਿੰਘ ਹੰਬਲ ਵਾਲਾ, ਉਹਨਾਂ ਨੂੰ ਮੋਰੀ ਬਣਾ ਕੇ ਤੇ ਪਿੱਛੇ ਵਹੀਰ ਤੋਰ ਦਿੱਤੀ ਹੈ। ਬਾਕੀ ਸਿੰਘ ਅਬਦਾਲੀ ਦੇ ਨਾਲ ਜੰਗ ਲੜਨ ਲਈ ਰੁਕਦੇ ਨੇ। ਹੁਣ ਵਹੀਰ ਦੇ ਨਾਲ ਬਹੁਤੀ ਫੌਜ ਨਹੀਂ ਸੀ, ਹਜੇ 2-3 ਕੋਹ ਦੀ ਦੂਰੀ ਤੇ ਹੀ ਖਾਲਸੇ ਦਾ ਪਰਿਵਾਰ ਗਿਆ। ਨਵਾਬ ਸਰਹੰਦ ਨੇ 20,000 ਫੌਜ ਲੈ ਕੇ ਬੀਬੀਆਂ, ਬੱਚਿਆਂ, ਬਜ਼ੁਰਗਾਂ ਤੇ ਹਮਲਾ ਕਰ ਦਿੱਤਾ। ਉਧਰੋਂ
ਨਿਹੱਤੇ ਸਿੰਘ ਸਿੰਘਣੀਆਂ ਬੱਚਿਆਂ ਦਾ ਨੁਕਸਾਨ ਹੁੰਦਾ ਵੇਖ ਕੇ ਬਾਬਾ ਸ਼ਾਮ ਸਿੰਘ ਕਰੋੜੀਏ ਮਿਸਲ ਦਾ ਆਗੂ ਇਹ ਵਹੀਰ ਵੱਲ ਵਧਦਾ ਹੈ। ਇਹਨੇ ਜਾ ਕੇ ਮਲੇਰਕੋਟਲੇ ਦੇ ਪਠਾਣ ਜੋ ਦੂਸਰੇ ਪਾਸਿਓਂ ਆਣ ਪਏ ਸਨ ਅਤੇ ਉਹਨਾਂ ਦੇ ਨਾਲ ਸੀ ਲਕਸ਼ਮੀ ਨਾਰਾਇਣ, ਉਹਨਾਂ ਨਾਲ ਜੰਗ ਕੀਤਾ। ਬਾਬਾ ਸ਼ਾਮ ਸਿੰਘ ਨੇ ਵਹੀਰ ਨੂੰ ਫਿਰ ਇਹਨਾਂ ਤੋਂ ਆਜ਼ਾਦ ਕਰਵਾ ਕੇ ਤੋਰ ਲਿਆ। ਉੱਥੇ ਯੁੱਧ ਹੋਇਆ। ਬਾਬਾ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਉਹਨੇ ਇੱਕ ਸਲਾਹ ਦਿੱਤੀ ਹੈ ਮਿਸਲਾਂ ਨੂੰ, ਕਹਿੰਦਾ ਜਿਸ ਤਰ੍ਹਾਂ ਅਬਦਾਲੀ ਨੇ ਫੌਜ ਦੇ ਚਾਰ ਤੁੰਮਣ ਬਣਾਏ ਨੇ ਨਾ, ਚਾਰ ਹਿੱਸੇ ਕੀਤੇ ਨੇ, ਆਪਾਂ ਵੀ ਮਿਸਲਾਂ ਦੇ ਹਿੱਸੇ ਕਰ ਲਈਏ, ਆਪੋ ਆਪਣੀ ਮਿਸਲ ਲੈ ਕੇ ਜੰਗ ਲੜੀਏ। ਕਹਿੰਦੇ ਪੰਥ ਵਿੱਚ ਸਿਆਣੇ ਸੂਝਵਾਨਾਂ ਨੇ ਇਹ ਬੇਨਤੀ ਨਾ ਮੰਨੀ। ਉੱਥੇ ਜਿਹੜੇ ਬਚਨ ਹੋਏ ਨਾ ਉਹ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਪੰਗੂ ਨੇ ਲਿਖੇ ਨੇ, ਮਿਸਲ ਵੰਡ ਕਬਹੂ ਨਾ ਪਾਵੋ ਰਲ ਮਿਲ ਖੜ ਤੁਰ ਪੰਥ ਬਚਾਵੋ। ਮਿਸਲਾਂ ਦੀ ਵੰਡ ਨਹੀਂ ਪਾਉਣੀ, ਇੱਕ ਇੱਕ 11 ਹੋ ਜਾਂਦੇ ਨੇ ਇਕੱਠੇ ਹੋਣ ਤੇ, ਰਲ ਮਿਲ ਕੇ ਪੰਥ ਬਚਾਉਣਾ ਹੈ। ਆਖਣ ਲੱਗੇ ਤੁਰਕ ਆਟਾ ਹਮ ਲੂਣ ਸਿਆਪੈ ਵਹਿ ਅੰਧੇਰੀ ਹਮ ਬਰੋਲੋ ਸਿਆਪੈ। ਕਹਿੰਦੇ ਜਿਹੜੇ ਤੁਰਕ ਆਟਾ ਹੈ ਨਾ, ਉਹਨਾਂ ਦੀ ਆਮਦ ਬੜੀ ਹੈ, ਗਿਣਤੀ ਬੜੀ ਹੈ, ਅਸੀਂ ਚਾਹੇ ਮੁੱਠੀ ਭਰਾਂ ਪਰ ਹੈ ਲੂਣ ਵਰਗੇ, ਤੇ ਮੁੱਠੀ ਭਰ ਲੂਣ ਦਾ ਅਸਰ ਆਟੇ ਨਾਲੋਂ ਵੱਧ ਕੇ ਹੁੰਦਾ ਹੈ। ਜੇ ਤੁਰਕ ਹਨੇਰੀ ਹੈ ਤੇ ਅਸੀਂ ਵੀ ਵਾਵ ਰੋਲੇ ਹਾਂ ਜਿਹੜੇ ਅਚਾਨਕ ਆਉਂਦੇ ਨੇ। ਕਿਉਂ ਪੋਜ਼ਿਟਿਵਿਟੀ ਹੈ ਸਿੰਘਾਂ ਵਿੱਚ, ਇਹ ਢਹਿੰਦੀ ਕਲਾ ਨਹੀਂ ਵੀ ਸਾਡੀ ਗਿਣਤੀ ਥੋੜੀ ਹੈ, ਦੁਸ਼ਮਣ ਬਖਤਾਤ ਵਿੱਚ ਹੈ। ਕਹਿੰਦੇ ਤੁਰ ਤੁਰ ਲਰੋ ਔਰ ਲਰ ਲਰ ਤੁਰੋ ਬਹੀਰ ਬਚਾਵਣ ਖਾਤਰ ਲਵੋ। ਕਦੇ ਤੁਰ ਕੇ ਲੜੋ ਤੇ ਕਦੇ ਰੋਕ ਕੇ ਵਹੀਰ ਨੂੰ ਬਚਾਓ। ਇਹ ਵਹੀਰ ਦੇ ਵਿੱਚ ਕੌਮ ਦਾ ਭਵਿੱਖ ਹੈ, ਸਾਡੇ ਫਰਜ਼ੰਦ ਨੇ ਜਿਹਨਾਂ ਕੌਮ ਨੂੰ ਸਾਂਭਣਾ ਹੈ। ਬੜੀ ਚੜ੍ਹਦੀ ਕਲਾ ਵਿੱਚ ਹੈ ਖਾਲਸਾ, ਕੱਟੀ ਦਾ ਵੱਡੀ ਦਾ ਵੀ ਜਕਾਰੇ ਛੱਡਦਾ ਹੈ। ਤੂੰ ਮੈਂ ਕਈ ਵਾਰ ਸੋਚਦਾ ਹੁੰਦਾ ਤੂੰ ਗੁਰੂ ਦੀ ਹਜ਼ੂਰੀ ਵਿੱਚ ਵੈਣ ਨਾ ਪਾਇਆ ਕਰ, ਮਾਰੇ ਗਏ ਲੁੱਟੇ ਗਏ ਖਾਲਸੇ ਨੂੰ ਖਤਰਾ ਪੈਦਾ ਹੋ ਗਿਆ, ਨਹੀਂ ਤੇ ਢਹਿੰਦੀ ਕਲਾ ਦੀਆਂ ਗੱਲਾਂ ਕਰੇਗਾ ਤੇ ਢਹਿ ਜਾਏਗਾ। ਤੁਸੀਂ ਗੱਲਾਂ ਹੀ ਨੈਗੇਟਿਵਿਟੀ ਦੀਆਂ ਕਰੀ ਜਾਓ ਤੇ ਬੰਦਾ ਡਿਪਰੈਸਡ ਹੋ ਜਾਂਦਾ ਹੈ। ਢਹਿੰਦੀ ਕਲਾ ਦੀ ਬਾਤ ਸਿੱਖੀ ਵਿੱਚ ਹੈ ਹੀ ਨਹੀਂ। ਖਤਰਾ ਖੋਟੇ ਸਿੱਕੇ ਨੂੰ ਹੁੰਦਾ, ਖਰੇ ਨੂੰ ਨਹੀਂ। ਇਹਨੇ ਅੰਮ੍ਰਿਤ ਛਕਿਆ ਉਹਨੂੰ ਕਾਹਦਾ ਖਤਰਾ ਹੈ, ਖੋਟੇ ਝੜਦੇ ਨੇ ਖਰਾ ਨਹੀਂ ਝੜੇਗਾ। ਸਿੱਕੇ ਖੋਟੇ ਚੱਲਣੋਂ ਬੰਦ ਹੁੰਦੇ ਨੇ, ਖਰਾ ਨਹੀਂ ਹੁੰਦਾ। ਤੂੰ ਜਿਹਨੂੰ ਖਤਰਾ ਹੈ ਹੋ ਸਕਦਾ ਉਹ ਖਾਲਸਾ ਨਾ ਸੱਜਿਆ ਹੋਵੇ। ਖਾਲਸੇ ਨੂੰ ਤੇ ਉਦੋਂ ਕੋਈ ਖਤਰਾ ਨਾ ਮਹਿਸੂਸ ਹੋਇਆ ਜਦੋਂ 80-80 ਰੁਪਈਏ ਸਿਰਾਂ ਦੇ ਮੁੱਲ ਪਏ, ਸਾਡੀ ਗਿਣਤੀ ਮੁੱਠੀ ਭਰ ਰਹਿ ਗਈ, ਹੁਣ ਕਰੋੜਾਂ ਚ ਹੋ ਗਏ, ਹੁਣ ਵੀ ਵੈਣ ਪਾਈ ਜਾਣਗੇ ਗੁਰੂ ਦੀ ਜੂਰੀ ਚ, ਮਾਰੇ ਗਏ ਲੁੱਟੇ ਗਏ ਹੱਦ ਹੋ ਗਈ ਤੁਹਾਡੇ ਵਾਲੀ। ਇੱਥੇ ਚੜ੍ਹਦੀ ਕਲਾ ਦੀ ਬਾਤ ਹੈ।
ਗੁਰੂ ਸੁੱਕਿਆਂ ਨੂੰ ਹਰੇ ਕਰਨ ਵਾਲਾ ਹੈ ਤੇ ਤੂੰ ਸੁੱਕਿਆਂ ਦੀਆਂ ਬਾਤਾਂ ਇਹਦੇ ਅੱਗੇ ਨਾ ਪਾਇਆ ਕਰ। ਕੋਈ ਦੁਖੀਆ ਬੰਦਾ ਹੋਵੇ ਨਾ, ਉਹ ਹਰ ਵਕਤ ਦੁੱਖ ਹੀ ਫਰੋਲਦਾ ਰਹੇ ਤੇ ਆਪਾਂ ਸ਼ਹਿਰ ਵਿੱਚ ਉਹਦੇ ਕੋਲ ਹੀ ਬਹਿਣੋਂ ਅੱਟ ਜਾਂਦੇ ਹਾਂ ਵੀ ਸਾਰੀ ਦਿਹਾੜੀ ਖਰਾਬ ਕਰ ਦੇਣੀ ਇਹਨੇ। ਤੇ ਜਿਹੜਾ ਚੜ੍ਹਦੀ ਕਲਾ ਦੀ ਬਾਤ ਪਾਉਂਦਾ ਬੰਦਾ ਦੁਖੀ ਵੀ ਉਹਦੇ ਕੋਲ ਜਾ ਕੇ ਬਹਿੰਦਾ ਹੈ ਵੀ ਚਿਹਰੇ ਤੇ ਮੁਸਕੁਰਾਹਟ ਆਵੇਗੀ। ਕੋਈ ਵੈਣ ਬਹੁਤਾ ਸਮਾਂ ਨਹੀਂ ਕੋਈ ਸੁਣਦਾ ਹੁੰਦਾ। ਅੰਮ੍ਰਿਤ ਛਕੀਏ ਸਿੰਘ ਸੱਜੀਏ ਫਿਰ ਸਾਨੂੰ ਕੋਈ ਖਤਰਾ ਨਹੀਂ ਹੈ। ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੰਘ ਨੇ ਲੜਦੇ ਲੜਦੇ ਤੁਰੇ ਜਾ ਰਹੇ ਨੇ। ਕੁਝ ਦੇਰ ਸਿੰਘਾਂ ਨੇ ਮੁਕਾਬਲਾ ਕੀਤਾ ਪਰ ਅਚਾਨਕ ਅਬਦਾਲੀ ਦੀ ਮਦਦ ਕਰਨ ਬੁਲੰਦ ਖਾਂ ਜਹਾਨ ਖਾਂ ਫੌਜਾਂ ਲੈ ਕੇ ਆ ਗਏ। ਜਦੋਂ ਇਹਨਾਂ ਦਾ ਅਬਦਾਲੀ ਨਾਲ ਮੇਲ ਹੋਇਆ ਤੇ ਸਿੰਘਾਂ ਦੇ ਪੈਰ ਹਿੱਲ ਗਏ ਕਿਉਂਕਿ ਦੁਸ਼ਮਣ ਦੀ ਗਿਣਤੀ ਬੜੀ ਵੱਧ ਗਈ ਹੈ। ਹੁਣ ਸਿੰਘ ਕਦੇ ਖੜ ਕੇ ਦੁਸ਼ਮਣ ਨਾਲ ਲੜਦੇ ਨੇ, ਕਦੇ ਦੌੜ ਕੇ ਵਹੀਰ ਬਚਾਉਂਦੇ ਨੇ, ਬੱਚਿਆਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਬਚਾਉਂਦੇ ਨੇ। ਹਜੇ ਕਹਿੰਦੇ 4 ਕੋਹ ਤਕਰੀਬਨ 6 ਕਿਲੋਮੀਟਰ ਵਹੀਰ ਤੁਰੀ ਹੈ। ਅਹਿਮਦ ਸ਼ਾਹ ਅਬਦਾਲੀ ਨੇ ਆਪ ਵਹੀਰ ਦੇ ਉੱਤੇ ਹਮਲਾ ਕਰ ਦਿੱਤਾ। ਹੁਣ ਥੋੜੇ ਬਹੁਤਿਆਂ ਨਾਲ ਕਿੰਨਾ ਕੁ ਸਮਾਂ ਲੜਦੇ, ਸਰੀਰ ਨੇ ਤੇ ਮਿੱਟੀ ਹੋਣਾ ਹੈ। ਅਖੀਰ ਅਬਦਾਲੀ ਨੇ ਵਹੀਰ ਨੂੰ ਲੜਾਕੂ ਸਿੰਘਾਂ ਤੋਂ ਜੁਦਾ ਕਰ ਲਿਆ। ਹਜ਼ਾਰਾਂ ਬੀਬੀਆਂ ਬੱਚੇ ਬਜ਼ੁਰਗਾਂ ਦੇ ਗਲੂਏ ਕੱਟ ਦਿੱਤੇ ਗਏ, ਗੋਡੇ ਗੋਡੇ ਲਹੂ ਦੀ ਨਦੀ ਉੱਥੇ ਵਹਿ ਤੁਰੀ। ਸਿੰਘਾਂ ਨੇ ਵੇਖਿਆ ਸਾਡਾ ਭਵਿੱਖ ਕੱਟਿਆ ਜਾ ਰਿਹਾ ਹੈ, ਫਰਜ਼ੰਦ ਕੱਟੇ ਜਾ ਰਹੇ ਨੇ, ਬਜ਼ੁਰਗ ਕੱਟੇ ਜਾ ਰਹੇ ਨੇ, ਬੀਬੀਆਂ ਕੱਟੀਆਂ ਜਾ ਰਹੀਆਂ ਨੇ। ਸਿੰਘਾਂ ਨੇ ਹਮਲਾ ਕੀਤਾ ਹੈ, ਅਬਦਾਲੀ ਨੂੰ ਰੋਕ ਕੇ ਵਹੀਰ ਅੱਗੇ ਤੋਰ ਲਈ ਹੈ। ਅਬਦਾਲੀ ਸਮਝ ਗਿਆ ਵੀ ਜਿੰਨਾ ਚਿਰ ਸਿੰਘ ਜ਼ਿੰਦਾ ਨੇ ਵਹੀਰ ਨਹੀਂ ਮਿਟੇਗੀ, ਪਹਿਲਾਂ ਵਹੀਰ ਤੋਂ ਸਿੰਘਾਂ ਨੂੰ ਘੇਰ ਕੇ ਮਾਰਿਆ ਜਾਵੇ। ਅਹਿਮਦ ਸ਼ਾਹ ਅਬਦਾਲੀ ਨੇ ਮਲੇਰ ਕੋਟਲੇ ਵਾਲੇ ਨਵਾਬ ਨੂੰ, ਸਰਹੰਦ ਦੇ ਨਵਾਬ ਜੈਨ ਖਾਨ ਨੂੰ ਸੁਨੇਹਾ ਭੇਜਿਆ ਵੀ ਪੂਰਾ ਜ਼ੋਰ ਲਾ ਕੇ ਵਹੀਰ ਨੂੰ ਤੁਸੀਂ ਰੋਕ ਕੇ ਰੱਖੋ, ਮੈਂ ਅਗਾਂਹ ਵੱਧਦਾ ਆ ਰਿਹਾ ਹਾਂ, ਸਿੰਘ ਨਾਮ ਦੀ ਕੋਈ ਬਲਾ ਦੁਨੀਆਂ ਤੇ ਰਹਿਣ ਨਹੀਂ ਦੇਵਾਂਗਾ। ਵਹੀਰ ਦੇ ਨਾਲ ਬਾਬਾ ਸ਼ਾਮ ਸਿੰਘ ਸੂਰਮਾ ਲੜ ਰਿਹਾ ਸੀ, ਦੁਸ਼ਮਣਾਂ ਨਾਲ ਟੱਕਰ ਲੈ ਰਿਹਾ ਸੀ। ਜੈਨ ਖਾਨ ਨੇ ਅਬਦਾਲੀ ਨੂੰ ਉਲਟਾ ਸੁਨੇਹਾ ਭੇਜਿਆ, ਬਾਦਸ਼ਾਹ ਸਾਡੇ ਵੱਸ ਦੀ ਗੱਲ ਨਹੀਂ ਹੈ ਵਹੀਰ ਨੂੰ ਰੋਕਣਾ, ਤੁਸੀਂ ਖਾਲਸਾ ਫੌਜ ਨੂੰ ਖਤਮ ਕਰ ਲਓ, ਵਹੀਰ ਦੀ ਕਿਹੜੀ ਗੱਲ ਹੈ, ਸ਼ੇਰ ਮਾਰਿਆ ਗਿਆ ਤੇ ਬਲੂੰਗੜੇ ਮਾਰੇ ਜਾਣੇ ਨੇ, ਇਹਨਾਂ ਨੂੰ ਝੱਟ ਮਾਰ ਲਵਾਂਗੇ। ਅਬਦਾਲੀ ਮੰਨ ਗਿਆ। ਖਾਲਸਾ ਦਲ ਤੇ ਟੁੱਟ ਕੇ ਆਣ ਪੈਂਦਾ ਹੈ। ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਵੇਖਿਆ ਸਿੰਘਾਂ ਦੇ ਪੈਰ ਉਖੜ ਰਹੇ ਨੇ, ਲਲਕਾਰ ਕੇ ਬਾਬਾ ਜੱਸਾ ਸਿੰਘ ਆਲੂਵਾਲੀਆ ਅੱਗੇ ਹੋਏ। ਹੁਣ ਮੁਸ਼ਕਲ ਬੜੀ ਹੈ, ਦੁਰਾਨੀਆਂ ਨੂੰ ਇੱਕੋ ਹੀ ਕੰਮ ਹੈ, ਉਹ ਹੈ ਸਿੰਘਾਂ ਦਾ ਖਾਤਮਾ। ਸਿੰਘਾਂ ਨੂੰ 3 ਕੰਮ ਨੇ, ਪਹਿਲਾ ਤੇ ਵਹੀਰ ਨੂੰ ਬਚਾਉਣਾ ਹੈ, ਦੂਸਰਾ ਦੁਸ਼ਮਣ ਨੂੰ ਮਿਟਾਉਣਾ ਹੈ ਤੇ ਤੀਸਰਾ ਅਗਾਂਹ ਵਧਣਾ ਹੈ, ਦੁਸ਼ਮਣ ਦੀ ਮਾਰ ਤੋਂ ਅੱਗੇ ਜਾਣਾ ਹੈ। ਲੜਦਿਆਂ ਲੜਦਿਆਂ ਹਥਿਆਰ ਖੁੰਡੇ ਹੋ ਗਏ,
ਦੇਗਾਂ ਟੁੱਟ ਗਈਆਂ, ਰਫਲਾਂ ਦਾ ਗੋਲੀ ਸਿੱਕਾ ਮੁੱਕਿਆ। 12 ਵੱਡੇ ਫੱਟ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਜਿਸਮ ਤੇ ਲੱਗੇ ਨੇ। ਸਰੀਰ ਲਹੂ ਲਹਾਨ ਹੈ, ਘੋੜਾ ਅਗਾਂਹ ਨਹੀਂ ਤੁਰਦਾ, ਖੌਫ ਜ਼ਦਾ ਹੈ, ਰੁਕ ਗਿਆ ਹੈ। ਪਰ ਬਾਬਾ ਜੱਸਾ ਸਿੰਘ ਆਲੂਵਾਲੀਆ ਜਕਾਰੇ ਛੱਡਦਾ ਹੋਇਆ ਲੜਦਾ ਹੈ। ਇਹਨੂੰ ਬਾਣੀ ਕਹਿੰਦੀ ਹੈ, ਸਤਿਗੁਰ ਮੇਰਾ ਤਾਣ ਨਿਤਾਣ, ਮਾਈ ਟਰੂ ਗੁਰੂ ਇਜ਼ ਪਾਵਰ ਆਫ ਪਾਵਰਲੈਸ। ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ, ਗੁਰੂ ਗੋਬਿੰਦ ਸਿੰਘ ਥਾਪੜਾ ਦੇ ਦੇਵੇ ਤੇ ਬਚਿੱਤਰ ਸਿੰਘ ਵਰਗੇ ਹਾਥੀ ਨੂੰ ਢਾ ਲੈਂਦੇ ਨੇ। ਘਮਸਾਨ ਦਾ ਯੁੱਧ ਬਾਬਾ ਜੱਸਾ ਸਿੰਘ ਆਲੂਵਾਲੀਆ ਲੜਦਾ ਹੈ। ਇਹਨਾਂ ਦਾ ਪਾਲਕ ਪੁੱਤਰ ਸੀ ਸਰਦਾਰ ਗੁਰਮੁਖ ਸਿੰਘ। ਉਹਨੇ ਵੇਖਿਆ ਵੀ ਘੋੜਾ ਨਹੀਂ ਤੁਰ ਰਿਹਾ, ਖਲੋ ਕੇ ਜੰਗ ਕਿਵੇਂ ਲੜਿਆ ਜਾਵੇ। ਉਹਨੇ ਚਾਬੁਕ ਮਾਰਿਆ ਘੋੜੇ ਦੇ ਤੇ ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਟੋਕਿਆ ਵੀ ਜਾਨਵਰ ਹੈ, ਵਿਗੜ ਗਿਆ, ਪਤਾ ਨਹੀਂ ਕਿੱਧਰ ਨੂੰ ਤੁਰ ਪਵੇ, ਇਹਨੂੰ ਤੁਸੀਂ ਮਾਰੋ ਨਾ ਪੰਥ ਪ੍ਰਕਾਸ਼ ਵਿੱਚ। ਨਾ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਤਬ ਗੁਰਮੁਖ ਸਿੰਘ ਚਾਬਕ ਉਠਾਇਆ, ਚਾਹਤ ਘੋੜੇ ਤਨ ਕੋ ਲਾਇਆ, ਤਬ ਸਿੰਘ ਜੀ ਨਿਜ ਦੇਖ ਹਟਾਇਓ, ਚਾਹੇ ਹਮਕੋ ਤੂੰ ਝਟਕ ਲਗਾਇਓ। ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਟੋਕਿਆ, ਪੰਥ ਸੁਣੈ ਹਮ ਕਰ ਹੈ ਠੱਠਾ, ਘੋੜਾ ਕੁਟਾਏ ਜੱਸਾ ਸਿੰਘ ਨਠਾ। ਉਹ ਜੇ ਘੋੜਾ ਦੌੜ ਗਿਆ ਜੰਗ ਦੇ ਮੈਦਾਨ ਨੂੰ ਛੱਡ ਕੇ, ਸਾਰਾ ਪੰਥ ਖਿੱਲੀ ਉਡਾਵੇਗਾ ਮੇਰੀ ਵੀ ਜੱਸਾ ਸਿੰਘ ਆਲੂਵਾਲੀਆ ਮੈਦਾਨੇ ਜੰਗ ਨੂੰ ਛੱਡ ਕੇ ਦੌੜ ਗਿਆ ਹੈ, ਮੈਂ ਇਹ ਨਹੀਂ ਸੁਣਨਾ, ਤੇ ਘੋੜੇ ਨੂੰ ਚਾਬੁਕ ਨਾ ਲਾ। ਕਿਆ ਮੁੱਖ ਲੈ ਮੈਂ ਬਹੁ ਦੀਵਾਨ, ਕਰੈ ਮਸਕਰੀ ਹਮਕੋ ਆਨ, ਮੈਂ ਖਾਲਸੇ ਪਾਤਸ਼ਾਹ ਕਹਾਇਓ, ਤੁਮ ਚਾਹਤ ਹਮ ਗੀਦੀ ਬਣਾਇਓ। ਮੈਂ ਖਾਲਸੇ ਦਾ ਬਾਦਸ਼ਾਹ, ਦਰਬਾਰ ਚ ਤਖਤ ਤੇ ਬਹਿਣ ਵਾਲਾ, ਮੇਰੇ ਸਾਵੇਂ ਮਸ਼ਕਰੀ ਕਰਨਗੇ ਸਿੰਘ, ਮੈਂ ਸ਼ੇਰ ਹਾਂ, ਮੈਨੂੰ ਗਿੱਦੜ ਬਣਾ ਰਿਹਾ, ਤੂੰ ਘੋੜੇ ਨੂੰ ਚਾਬੁਕ ਨਾ ਲਾ ਸਿੰਘਾ। ਚੜ੍ਹਦੀ ਕਲਾ ਦੇ ਨਾਲ ਬਾਬਾ ਜੱਸਾ ਸਿੰਘ ਆਲੂਵਾਲੀਆ ਲੜਦਾ ਹੈ। ਦੂਜੇ ਬੰਨੇ ਸਰਦਾਰ ਚੜ੍ਹਤ ਸਿੰਘ ਕਦੇ ਅਬਦਾਲੀ ਦੇ ਦਲ ਨਾਲ ਲੜਦਾ ਹੈ, ਕਦੇ ਵਹੀਰ ਦੀ ਰੱਖਿਆ ਕਰਦਾ ਹੈ। ਜਿੱਥੇ ਦੁਸ਼ਮਣ ਦਾ ਜ਼ੋਰ ਪੈਂਦਾ ਉੱਥੇ ਆਪ ਦੌੜ ਜਾਂਦਾ। ਕਿਸੇ ਨੇ ਨਾ ਉੱਥੋਂ ਚਲਦੇ ਹੋਏ ਯੁੱਧ ਦੇ ਵਿੱਚ ਬੋਲੀ ਮਾਰੀ, ਚੜ੍ਹਤ ਸਿੰਘਾ ਬੜਾ ਵੱਧ ਚੜ੍ਹ ਕੇ ਗੱਲਾਂ ਕਰਦਾ ਸੈਂ, ਡੀਂਗਾ ਮਾਰਦਾ ਸੈਂ, ਵੀ ਅਬਦਾਲੀ ਨੂੰ ਕਰੜੇ ਹੱਥ ਵਿਖਾਉਣੇ ਨੇ, ਹੁਣ ਅਬਦਾਲੀ ਦੇ ਸਾਹਮਣੇ ਕਿਉਂ ਨਹੀਂ ਹੁੰਦਾ। ਕਹਿੰਦੇ ਬਾਬਾ ਚੜ੍ਹਤ ਸਿੰਘ ਆਇਆ ਵੀਰ ਰਸ ਦੇ ਵਿੱਚ, ਉਹਨੇ ਨਹੀਂ ਵੇਖਿਆ ਵੀ ਮੇਰੇ ਨਾਲ ਮਿਸਲ ਦੇ ਸੂਰਮੇ ਨੇ ਜਾਂ ਨਹੀਂ। ਕਹਿੰਦੇ ਘੋੜੇ ਨੂੰ ਅੱਡੀ ਲਾ ਕੇ ਅਬਦਾਲੀ ਦੀਆਂ ਫੌਜਾਂ ਵਿੱਚ ਵੜ ਗਿਆ, ਮਾਰੋ ਮਾਰ ਕਰਦਾ ਤਲਵਾਰ ਦੇ ਨਾਲ, ਵੱਡਾ ਟੁੱਕੀ ਕਰਦਾ ਫੇਰਾ ਲਾ ਕੇ ਆ ਗਿਆ, ਪਰ ਅਬਦਾਲੀ ਨਾ ਲੱਭਾ, ਕਿਉਂਕਿ ਬੜੀ ਨੀਤੀ ਦੇ ਤਹਿਤ ਅਬਦਾਲੀ ਇਰਦ ਗਿਰਦ ਅੰਗ ਰੱਖਿਅਕ ਰੱਖਦਾ ਸੀ ਵੀ ਦੁਸ਼ਮਣ ਦੀ ਨਜ਼ਰ ਨਾ ਪੈ ਜਾਵੇ। ਕਹਿੰਦੇ ਤਲਵਾਰ ਚਲਾਉਂਦਿਆਂ ਚਲਾਉਂਦਿਆਂ ਚੜ੍ਹਤ ਸਿੰਘ ਦੀ ਟੁੱਟ ਗਈ, ਬਰਸ਼ਾ ਕੱਢਿਆ, ਲੜਦਿਆਂ ਲੜਦਿਆਂ ਬਰਸ਼ੇ ਦਾ ਫਾਲਾ ਟੁੱਟ ਗਿਆ,
ਕਹਿੰਦੇ ਬੰਦੂਕ ਉਠਾ ਲਈ ਹੈ। ਸੂਰਮਾ ਫਿਰ ਬੰਦੂਕ ਨਾਲ ਗੋਲੀਆਂ ਬਰਸਾਉਂਦਾ ਹੈ। ਇਤਿਹਾਸ ਦੇ ਬੋਲ ਨੇ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਪੰਗੂ ਲਿਖਦੇ ਨੇ, ਬਹੀਰ ਸ਼ਾਡ ਸਿੰਘ ਦੂਰ ਨਾ ਜਾਵੇ, ਆਪ ਫਸੇ ਔਰ ਬਹੀਰ ਬਚਾਵੇ। ਸਿੰਘ ਬਹੀਰ ਨੂੰ ਛੱਡ ਕੇ ਭਰਾ ਨਹੀਂ ਜਾਂਦੇ, ਆਪ ਮੌਤ ਦੇ ਸਾਏ ਹੇਠ ਨੇ, ਬਹੀਰ ਨੂੰ ਰੱਖਦੇ ਨੇ। ਲੋਹੂ ਰੰਗ ਸਭ ਕੱਪੜੇ ਭਏ, ਖੇਲ ਫਾਗ ਜਨ ਰੰਗ ਰੰਗੇ। ਕਹਿੰਦੇ ਕੱਪੜੇ ਏਦਾਂ ਲਹੂ ਨਾਲ ਭਿੱਜੇ ਨੇ ਜਿਵੇਂ ਕੋਈ ਹਿੰਦੂ ਵੀਰ ਹੋਲੀ ਖੇਡਦਾ ਹੈ, ਏਦਾਂ ਰੰਗ ਚੜਿਆ ਹੋਇਆ ਹੈ ਲਹੂ ਦਾ। ਕਹਿੰਦੇ ਪੰਜ ਘੋੜੇ ਨਿਜ ਕੋਤਲ ਰਖਾਏ, ਛੋੜ ਏਕ ਕੋ ਔਰ ਚੜ ਜਾਏ। ਪੰਜ ਘੋੜੇ ਨਾਲ ਰੱਖੇ ਚੜਤ ਸਿੰਘ ਨੇ, ਕਿਉਂਕਿ ਜੰਗ ਲੜਦਿਆਂ ਜੇ ਇੱਕ ਘੋੜਾ ਥੱਕਦਾ ਹੈ ਤੇ ਦੂਜੇ ਘੋੜੇ ਤੇ ਸੂਰੇ ਚੜ ਜਾਂਦੇ ਨੇ। ਸ਼ਸਤਰ ਚੜ ਸਿੰਘ ਬਹੁਤੇ ਖਾਏ, ਦੇਖ ਨਾ ਉਧਰ ਹੈ ਫੇਰ ਲੜਾਏ। ਕੈਸਾ ਬਾਹੂਬਲ ਹੈ ਸਿੰਘਾਂ ਦਾ, ਸਿੰਘ ਨਹੀਂ ਥੱਕਦੇ, ਘੋੜੇ ਥੱਕਦੇ ਨੇ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਖਸ਼ਿਸ਼ ਹੈ। ਆਪਾਂ ਜਦੋਂ ਗੱਤਕਾ ਖੇਡਦੇ ਹਾਂ ਤੇ 2-3 ਮਿੰਟਾਂ ਵਿੱਚ ਹੀ ਪੈਂਤੜੇ ਲਾ ਕੇ ਗੱਤਕਾ ਖੇਡ ਕੇ ਬੰਦਾ ਥੱਕ ਜਾਂਦਾ ਹੈ, ਸਾਰੀ ਦਿਹਾੜੀ ਯੁੱਧ ਲੜਦੇ ਨੇ। ਆਗੇ ਹੋਏ ਹੋਏ ਬੰਦੂਕ ਚਲਾਵੇ, 1-2 ਮਾਰ ਦੋਏ ਤਨ ਲਾਵੇ, ਵਾਹੋ ਬੰਦੂਕ ਜਬ ਖਾਲੀ ਹੋਏ, ਲਏ ਔਰ ਤੇ ਹੱਥ ਤੇ ਖੋਏ। ਬੰਦੂਕਾਂ ਚਲਾਉਂਦੇ ਨੇ, ਜਦੋਂ ਆਪਦੀ ਬੰਦੂਕ ਖਾਲੀ ਹੋ ਜਾਂਦੀ ਹੈ ਦੂਜੇ ਦੀ ਖੋਹ ਲੈਂਦੇ ਨੇ। ਏਦਾਂ ਜੰਗ ਲੜਿਆ ਜਾ ਰਿਹਾ ਹੈ। ਸਿੰਘਾਂ ਨੇ ਤਰਤੀਬ ਘੜੀ ਹੈ ਵੀ ਵਹੀਰ ਦੇ ਪਿੱਛੇ ਜਾਣ ਦੀ ਬਜਾਏ ਵਹੀਰ ਨੂੰ ਘੇਰਾ ਪਾ ਲਓ ਤੇ ਫੌਜ ਨਾਲ ਲੜਦੇ ਲੜਦੇ ਵਹੀਰ ਨੂੰ ਅੱਗੇ ਤੋਰੋ। ਕਹਿੰਦੇ 2-3 ਮੀਲ ਏਦਾਂ ਵਹੀਰ ਨੂੰ ਅੱਗੇ ਤੋਰਿਆ। ਹੁਣ ਅਬਦਾਲੀ ਦੀ ਫੌਜ ਜੋ ਇਕੱਠੀ ਸੀ, ਖਾਲਸੇ ਨੇ 2 ਫੜ ਕਰ ਦਿੱਤੀ ਹੈ। ਅਬਦਾਲੀ ਵੀ ਚੁੱਪ ਨਹੀਂ ਹੈ, ਲੁਟੇਰਾ ਹੈ, ਬਦਮਾਸ਼ ਹੈ, ਬਾਹੂਬਲ ਦੇ ਸਹਿਤ ਹੈ। ਕਹਿੰਦੇ ਅਬਦਾਲੀ ਦੀ ਫੌਜ ਨੇ ਵੀ ਵਹੀਰ ਤੇ ਖਾਲਸੇ ਦਾ ਕੁੰਡਲ ਤੋੜ ਸੁੱਟਿਆ। ਫਿਰ ਵਹੀਰ ਦੀ ਕਤਲੋ ਗਾਰਤ ਮੱਚੀ ਹੈ, ਕਤਲੇਆਮ ਸ਼ੁਰੂ ਹੋਇਆ ਹੈ, ਲੜਦਿਆਂ ਭਿੜਦਿਆਂ ਨੂੰ ਗਹਿਲ ਪਿੰਡ ਆ ਗਿਆ। ਇੱਥੇ ਅਬਦਾਲੀ ਥੱਕ ਗਿਆ, ਪਿਆਸ ਲੱਗੀ ਹੈ, ਦਲਗੀਰ ਹੋ ਗਿਆ। ਇੱਥੇ ਜਿੰਨੀ ਦੇਰ ਨੂੰ ਅਬਦਾਲੀ ਨੇ ਪਾਣੀ ਪੀ ਕੇ ਪਿਆਸ ਬੁਝਾਈ, ਖਾਲਸੇ ਨੇ ਵਹੀਰ ਸਾਂਭ ਕੇ ਅਬਦਾਲੀ ਤੋਂ ਬੜੀ ਦੂਰੀ ਬਣਾ ਲਈ। ਅੱਗੇ ਕੁਤਬ ਬਾਹਮਣਾ ਪਿੰਡ ਆਇਆ ਹੈ, ਉੱਥੇ ਪਾਣੀ ਦਾ ਵੱਡਾ ਛੱਪੜ ਸੀ। ਤੁਹਾਨੂੰ ਪਤਾ ਜਿਹੜੀ ਢਾਬ ਹੈ, ਉਦੋਂ ਛੱਪੜਾਂ ਵਿੱਚ ਢਾਬ ਵਿੱਚ ਪਾਣੀ ਸਾਫ਼ ਹੁੰਦਾ ਸੀ, ਮੀਂਹ ਦਾ ਪਾਣੀ। ਅੱਜ ਕੱਲ੍ਹ ਤਾਂ ਆਪਾਂ ਗਟਰ ਪਾ ਕੇ ਮੇਲਾ ਕਰਤਾ ਹੈ, ਤੋ ਅੱਗੇ ਢਾਬ ਤੋਂ ਛੱਪੜਾਂ ਤੋਂ ਹੀ ਲੋਕ ਪਾਣੀ ਪੀਂਦੇ ਸਨ, ਵਰਖਾ ਦਾ ਜੋ ਇਕੱਠਾ ਹੁੰਦਾ ਸੀ। ਹਾਲਤ ਐਸੀ ਹੈ ਵੀ ਢਾਬ ਦੇ ਇੱਕ ਪਾਸੇ ਖਾਲਸਾ ਫੌਜ ਹੈ, ਦੂਜੇ ਪਾਸੇ ਦੁਰਾਨੀ ਦੀ ਫੌਜ ਹੈ, ਤੇ ਲੜਨ ਦੀ ਹਿੰਮਤ ਸਰੀਰ ਵਿੱਚ ਨਹੀਂ ਹੈ। ਦੁਸ਼ਮਣ ਇੱਕ ਤਰਫ ਜਲ ਛਕਦਾ ਹੈ, ਦੂਜੀ ਤਰਫ ਖਾਲਸਾ ਜਲ ਛਕਦਾ ਹੈ, ਤੇ ਲੜਾਈ ਰੁਕੀ ਹੋਈ ਹੈ। ਖਾਲਸਾ ਜਲ ਛੱਕ ਕੇ ਝੱਟ ਸੰਭਲਦਾ ਹੈ, ਅੱਗੇ ਵਧਣ ਲੱਗ ਪਿਆ।
ਅਬਦਾਲੀ ਪਿੱਛਾ ਕਰਨ ਲਈ ਹਜੇ ਤੁਰ ਨਹੀਂ ਲੱਗਾ ਹੈ ਤੇ ਆਵਾਜ਼ ਆਈ ਸ਼ਹਿਨਸ਼ਾਹ 12 ਮੀਲ ਤੱਕ ਪਾਣੀ ਦਾ ਸੋਮਾ ਨਹੀਂ ਆਉਣਾ ਤੇ ਇਹ ਜ਼ਿਹਨ ਵਿੱਚ ਟਿਕਾ ਕੇ ਅੱਗੇ ਵਧਿਓ। ਕਹਿੰਦੇ ਅਬਦਾਲੀ ਡਰ ਗਿਆ, ਧਿਆਏ ਮਾਰੇ ਜਾਵਾਂਗੇ ਇੱਥੋਂ। ਕਹਿੰਦੇ ਨੇ ਅਬਦਾਲੀ ਵਾਪਸ ਮੁੜਿਆ, ਤਕਰੀਬਨ ਸੁਬਹਾ ਦੇ 6 ਵਜੇ ਤੋਂ ਜੰਗ ਲੜ ਰਿਹਾ ਸੀ, ਸ਼ਾਮਾਂ ਦਾ ਵਕਤ ਹੈ, ਨਿਰਾਸ਼ ਤਾਂ ਚਿਹਰੇ ਤੇ ਹੈ, ਵਹੀਰ ਦੀ ਕੱਟਾ ਵੱਡੀ ਵੀ ਕੀਤੀ, ਖਾਲਸਾ ਫਿਰ ਨਾ ਮੁੱਕਿਆ, ਹਜ਼ਾਰਾਂ ਦੁਰਾਨੀਆਂ ਦੇ ਸਿਰ ਕਟਵਾ ਬੈਠਾ, ਹਾਰ ਦਾ ਮੂੰਹ ਵੇਖ ਕੇ ਵਾਪਸ ਮੁੜਦਾ ਹੈ। ਸਿੰਘ ਚੱਲਦੇ ਚੱਲਦੇ ਬਾਬਾ ਆਲਾ ਸਿੰਘ ਦੀ ਰਾਜਧਾਨੀ ਬਰਨਾਲੇ ਪਹੁੰਚ ਗਏ। ਉੱਪਰ ਹੀੜੇ ਤੋਂ ਲੈ ਕੇ 14 ਮੀਲ ਤੱਕ ਕਹਿੰਦੇ ਇਸ ਰੂਹੇ ਜ਼ਮੀਨ ਤੇ ਲਾਸ਼ਾਂ ਹੀ ਲਾਸ਼ਾਂ ਸਨ। ਇਹਨਾਂ ਘਾਣ ਖਾਲਸੇ ਦਾ ਤੇ ਦੁਰਾਨੀਆਂ ਦਾ ਹੋਇਆ ਹੈ। ਹੁਣ ਧਿਆਨ ਰੱਖਿਓ, ਅੰਦਾਜ਼ਾ ਇਹ ਲਾਇਆ ਜਾਂਦਾ ਹੈ ਬੱਚੇ ਬੀਬੀਆਂ ਬਜ਼ੁਰਗ ਜਵਾਨ 30 ਤੋਂ 40 ਹਜ਼ਾਰ ਦੇ ਦਰਮਿਆਨ ਸ਼ਹੀਦ ਹੋਏ ਸਨ, ਤਾਂ ਇਹਨੂੰ ਵੱਡਾ ਘੱਲੂਘਾਰਾ ਆਖਿਆ ਗਿਆ ਹੈ। ਸਰਵਨਾਸ਼, ਹੋਲੋਕਾਸਟ, ਕਤਲੋ ਗਾਰਤ ਜਿੱਥੇ ਮੱਚੀ ਸੀ। ਇਹ ਉਹ ਸੂਰੇ ਸਨ ਜਿਨ੍ਹਾਂ ਲਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂਣਾ ਛਾਡੈ ਖੇਤ। ਇੰਨੀ ਵੱਡਾ ਤੁੱਕੀ ਤੋਂ ਬਾਅਦ ਸਿੰਘ ਚੜ੍ਹਦੀ ਕਲਾ ਚ ਸ਼ਾਮਾਂ ਨੂੰ ਬਰਨਾਲੇ ਸੰਧਿਆ ਦਾ ਨਿਤਨੇਮ ਹੁੰਦਾ ਹੈ, ਸੋਦਰ ਦਾ ਪਾਠ ਹੋਇਆ, ਚੌਂਕੜਾ ਲਾ ਕੇ ਸਿੰਘ ਬੈਠੇ ਨੇ ਤੇ ਇੱਕ ਨਿਹੰਗ ਸਿੰਘ ਨੇ ਉੱਠਣਾ ਕੀਤਾ ਹੈ ਤੇ ਗਰਜਵੀਂ ਆਵਾਜ਼ ਵਿੱਚ ਆਖਣ ਲੱਗਾ, ਖਾਲਸਾ ਜੀ ਘਬਰਾਓ ਨਾ, ਖੋਟ ਨਿਕਲ ਗਈ ਹੈ ਤੇ ਖਾਲਸਾ ਰਹਿ ਗਿਆ ਹੈ। ਐਸੀ ਪੋਜ਼ਿਟਿਵਿਟੀ ਹੈ, ਕਹਿੰਦਾ ਖੋਟ ਸੀ ਮਿਟ ਗਈ, ਖਰਾ ਖਾਲਸਾ ਹਜੇ ਵੀ ਜ਼ਿੰਦਾ ਹੈ। ਇਹ ਨਹੀਂ ਵੀ ਸ਼ਹੀਦਾਂ ਨੂੰ ਖੋਟੇ ਕਿਹਾ, ਭਾਵੇ ਸੀ, ਡਰ ਕਿਸ ਗੱਲ ਦਾ ਹੈ, ਜਿੰਨਾ ਚਿਰ ਖਰਾ ਖਾਲਸਾ ਪ੍ਰਗਟ ਹੈ ਕੋਈ ਫਰਕ ਨਹੀਂ ਪੈਂਦਾ ਖਾਲਸੇ ਨੂੰ। ਇਹ ਰੁੱਖਾਂ ਦੀ ਨਿਆਈ ਛਾਂਗਿਆ ਜਾਂਦਾ, ਇਹਦੇ ਤੋਂ ਵੱਧ ਪ੍ਰਫੁੱਲਤ ਹੋਵੇਗਾ। ਇੱਕ ਸ਼ਾਇਰ ਦੇ ਬੋਲ ਨੇ, ਸ਼ਾਖ ਸੇ ਜੋ ਗਿਰ ਜਾਏਂਗੇ ਵੋ ਪੱਤੇ ਨਹੀਂ ਹੈ ਹਮ, ਆਂਧੀਓ ਸੇ ਕਹੋ ਆਪਣੀ ਔਕਾਤ ਮੇਂ ਰਹੇ। ਇਹ ਉਹ ਖਾਲਸਾ ਹੈ ਜਿਹੜਾ ਹਨੇਰੀਆਂ ਨੂੰ ਝੱਖੜਾਂ ਨੂੰ ਮੋੜ ਦਿੰਦਾ ਹੈ, ਝੱਖੜਾਂ ਦੇ ਅੱਗੇ ਪੱਤਿਆਂ ਵਾਂਗੂ ਨਹੀਂ ਉੱਡਦਾ। ਖਾਲਸਾ ਲੜਿਆ, ਅਬਦਾਲੀ ਹੋਰ ਤੇ ਕੁਝ ਕਰ ਨਾ ਸਕਿਆ, ਜਾਂਦਾ ਜਾਂਦਾ ਬਰੂਦ ਲਾ ਕੇ ਹਰਿਮੰਦਰ ਸਾਹਿਬ ਨੂੰ ਉਡਾ ਗਿਆ, ਲਾਹੌਰ ਵੱਲ ਨੂੰ ਮੁੜਦਾ ਪਾਕ ਸਰੋਵਰ ਰਾਮ ਸਰ ਦੀ ਬੇਅਦਬੀ ਕਰ ਗਿਆ, ਮਿੱਟੀ ਨਾਲ ਸਰੋਵਰ ਨੂੰ ਭਰ ਗਿਆ। ਖੈਰ, ਇਹ ਉਹੀ ਅਬਦਾਲੀ ਸੀ ਜਿਹਨੇ 1 ਸਾਲ ਪਹਿਲਾਂ 1761 ਈਸਵੀ ਚ ਭਾਰਤ ਵਰਸ਼ ਦੇ ਵਿੱਚ ਸ਼ਕਤੀਸ਼ਾਲੀ ਮਰਹੱਟਾ ਫੌਜ ਨੂੰ ਪਾਣੀਪਤ ਦੇ ਮੈਦਾਨ ਵਿੱਚ ਲੱਕ ਤੋੜਵੀਂ ਹਾਰ ਦਿੱਤੀ ਸੀ। ਮੱਧ ਏਸ਼ੀਆ ਦਾ ਜੇਤੂ ਜਰਨੈਲ ਅੱਜ ਮਸਤ ਮਲੰਗਾਂ ਨਾਲ ਟਕਰਾਇਆ ਸੀ,
ਇਹ ਐਸੇ ਮਲੰਗ ਸਨ ਜਿਨ੍ਹਾਂ ਕੋਲ ਨਾ ਤੇ ਹਕੂਮਤ ਦਾ ਹੀ ਤਾਜ ਹੈ, ਨਾ ਕੋਈ ਆਮਦਨ ਦਾ ਪੱਕਾ ਜ਼ਰੀਆ ਸੀ। ਪਾਟੇ ਪੁਰਾਣੇ ਬਸਤਰ ਚੋਲੇ ਕਛਹਿਰੇ ਖੁੰਡੇ ਸ਼ਸਤਰਾਂ ਨਾਲ ਜੰਗ ਲੜਿਆ ਕਰਦੇ ਸਨ। ਇਹ ਬੜਾ ਦ੍ਰਿਸ਼ ਸੋਹਣਾ ਨਿਹੰਗਾਂ ਸਿੰਘਾਂ ਦਾ ਚਿੱਤਰਿਆ ਹੈ ਗਿਆਨੀ ਗਿਆਨ ਸਿੰਘ ਨੇ। ਉਹ ਲਿਖਦੇ ਨੇ ਫਿੱਟਾ ਜੈਸਾ ਟਟੂਆ ਔਰ ਜੁੱਲੜੂ ਕਾ ਕਾਠੀ ਪਾਏ, ਰਸੜੀ ਲਗਾਮ ਅਤੇ ਰਸੜੂ ਰਕਾਬ ਜੂ। ਕਹਿੰਦੇ ਨੇ ਬਹੁਤੇ ਮਹਿੰਗੇ ਅਰਬੀ ਘੋੜੇ ਬਣਾ ਰਹੇ ਖਾਲਸੇ ਕੋ, ਖੱਚਰਾਂ ਵਰਗੇ ਛੋਟੇ ਘੋੜੇ, ਤੇ ਬਹੁਤੀ ਕੋਈ ਮਹਿੰਗੀ ਜ਼ੀ ਨਹੀਂ ਹੈ, ਕੋਈ ਮਹਿੰਗਾ ਪੋਸ਼ ਨਹੀਂ ਹੈ, ਕਾਠੀ ਨਹੀਂ ਹੈ। ਉਹ ਦੋ ਭੂਰੇ ਰੱਖਦੇ ਸੀ ਕੋਲ ਕੰਬਲ, ਇੱਕ ਹੇਠਾਂ ਵਿਛਾਉਂਦੇ ਸੀ, ਇੱਕ ਉੱਤੇ ਲੈਂਦੇ ਸੀ। ਕਹਿੰਦੇ ਉਹਦੀ ਕਾਠੀ ਬਣਾ ਲੈਂਦੇ ਨੇ, ਛੋਟੇ ਮੋਟੇ ਰੱਸੇ ਨੇ ਉਹਦੀਆਂ ਹੀ ਲਗਾਮਾਂ ਬਣਾਈਆਂ ਨੇ। ਤੇ ਅੱਗੇ ਕਹਿੰਦੇ ਨੇ ਪਾਟਿਆ ਸਾ ਕਛੜੂ ਤੇ ਨੀਲੜਾ ਸਾ ਚਾਦਰੂ ਹੈ, ਡੁੱਚੂ ਜੈਸਾ ਪਗੜੂ ਬਣਾਇਆ ਸਿਰ ਤਾਜ ਜੂ। ਕਛਹਿਰੇ ਫਟੇ ਹੋਏ ਨੇ ਜੰਗ ਲੜਦਿਆਂ ਲੜਦਿਆਂ, ਚੋਲੇ ਫਟੇ ਹੋਏ ਨੇ ਨੀਲੇ ਰੰਗ ਦੇ, ਤੇ ਆਖਣ ਲੱਗੇ ਦਸਤਾਰੇ ਵੀ ਮੈਦਾਨੇ ਜੰਗ ਵਿੱਚ ਢਿੱਲੇ ਨੇ, ਪਰ ਇਹਨੂੰ ਤਾਜ ਕਹਿੰਦੇ ਨੇ। ਇਹ ਢਿੱਲੇ ਜੇ ਦਸਤਾਰੇ ਨੂੰ ਵੀ ਤਾਜ ਆਖਿਆ ਜਾਂਦਾ ਹੈ। ਟੁੱਟਾ ਜੈਸਾ ਤੇਗੜੂ ਤੇ ਲੀਰੜੂ ਮਿਆਨ ਜਾਕੋ, ਗੱਠ ਸੱਠ ਗਾਤਰਾ ਬਣਾਇਆ ਸਭ ਸਾਜ ਜੂ। ਟੁੱਟੇ ਭੱਜੇ ਜੇ ਮਿਆਨ ਨੇ, ਖੁੰਡੀਆਂ ਵਿੱਚ ਤਲਵਾਰਾਂ ਨੇ, ਤੇ ਕਹਿੰਦੇ ਨੇ ਉਹ ਗਾਤਰਾ ਵੀ ਲੀਰਾਂ ਦਾ ਬਣਾਇਆ ਹੈ ਗਲ ਵਿੱਚ ਪਾਉਣ ਨੂੰ, ਲੀਰਾਂ ਨਾਲ ਹੀ ਬੰਨੀ ਫਿਰਦੇ ਨੇ ਸ਼ਸਤਰ। ਭਾਵ ਇਹ ਹੈ ਇੱਕ ਤਰਫ ਮੁਗਲੀਆ ਹਕੂਮਤ ਹੈ, ਦੁਰਾਨੀ ਹਕੂਮਤ ਹੈ, ਜਿਨ੍ਹਾਂ ਕੋਲ ਰਾਜ ਸਾਜ ਹੈ, ਸੋਰਸਿਸ ਦੀ ਕਮੀ ਨਹੀਂ, ਇੱਕ ਬੰਨੇ ਰਵਾਇਤੀ ਹਥਿਆਰਾਂ ਨਾਲ ਖਾਲਸਾ ਲੜਦਾ ਹੈ। ਨਾਮ ਤੋ ਅਕਾਲੜੂ ਸੋ ਫਿਰੈ ਬੁਰੇ ਹਾਲੜੂ ਸੋ, ਲੂਟ ਕੂਟ ਖਾਵਣੇ ਕੋ ਡਾਢੇ ਉਸਤਾਦ ਜੂ। ਨਾਮ ਅਕਾਲੀ ਹੈ, ਕਹਿੰਦੇ ਹਾਲ ਇਹਨਾਂ ਦਾ ਬੁਰਾ ਹੈ, ਵੇਖਣ ਨੂੰ ਜੰਗਾਂ ਯੁੱਧਾਂ ਵਿੱਚ ਬੜਾ ਨੁਕਸਾਨ ਹੋਇਆ ਹੈ, ਮੁਗਲਾਂ ਦੁਰਾਨੀਆਂ ਨੂੰ ਲੁੱਟ ਕੇ ਖਾਣ ਵਿੱਚ ਬੜੇ ਉਸਤਾਦ ਨੇ, ਉਹਨਾਂ ਦੇ ਹਥਿਆਰ ਲੈ ਕੇ ਉਹਨਾਂ ਤੇ ਚਲਾਉਣ ਵਿੱਚ ਬੜੇ ਉਸਤਾਦ ਨੇ। ਇਹ ਉਹ ਖਾਲਸਾ ਸੀ ਜਿਨ੍ਹਾਂ ਨਵਾਬੀਆਂ ਨੂੰ ਠੋਕਰ ਮਾਰ ਕੇ ਖਾਲਸਾ ਪੰਥ ਨੂੰ ਪ੍ਰਗਟ ਰੱਖਿਆ। ਗੁੱਸਾ ਨਾ ਕਰਿਓ, ਮੁਗਲੀਆ ਸਲਤਨਤ ਹੋਵੇ ਤੇ ਚਾਹੇ ਹੋਵੇ ਬ੍ਰਿਟਿਸ਼ ਅੰਪਾਇਰ, ਰਾਜਪੂਤਾਨੇ ਨੇ ਸੰਧੀ ਕਰਕੇ ਦਿਨ ਗੁਜ਼ਾਰੇ ਨੇ, ਰਾਜਾ ਜੈ ਸਿੰਘੋਣਾ ਸਾਰੇ ਜਾਣਦੇ ਹਾਂ ਆਪਾਂ, ਜਾਂ ਕਿਲੇ ਬਚੇ ਨੇ ਉਹਦਾ ਕਾਰਨ ਇਹੀ ਹੈ। ਮਰਹੱਟਿਆਂ ਸੰਧੀ ਕੀਤੀ, ਜੇ ਸਰੂਹੇ ਜ਼ਮੀਨ ਅੰਦਰ ਭਾਰਤ ਵਰਸ਼ ਅੰਦਰ ਮੁਗਲਾਂ ਨਾਲ, ਦੁਰਾਨੀਆਂ ਨਾਲ, ਅੰਗਰੇਜ਼ਾਂ ਨਾਲ ਨਹੀਂ ਸੰਧੀ ਕੀਤੀ, ਨਹੀਂ ਝੁਕਿਆ ਕੋਈ, ਤੇ ਉਹ ਖਾਲਸਾ ਪੰਥ ਹੈ, ਦੂਜਾ ਨਹੀਂ ਪੈਦਾ ਹੋਇਆ। ਇਹ ਦਸ਼ਮੇਸ਼ ਦੇ ਸਿੰਘ ਨੇ ਇਹ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਨੂੰ ਛਾਤੀ ਨਾਲ ਲਾ ਕੇ ਰੱਖਦੇ ਨੇ। ਉਹ ਪਤਾ ਕਾਦੇ ਆਸਰੇ ਜੰਗਾਂ ਲੜਦੇ ਨੇ। ਔਰੰਗਜ਼ੇਬ ਨੂੰ ਕਲਗੀਧਰ ਨੇ ਆਖਿਆ ਸੀ, ਕੀ ਹੋਇਆ ਲੱਖਾਂ ਫੌਜਾਂ ਨੇ ਤੇਰੇ ਕੋਲ? ਔਰੰਗਜ਼ੇਬ, ਮੇਰੀ ਤਰਫ ਅਕਾਲ ਹੈ, ਮੇਰਾ ਨਿਰਗੁਣ ਸਰੂਪ ਪਰਮਾਤਮਾ ਹੈ, ਤੂੰ ਮੇਰਾ ਕੁਝ ਨਹੀਂ ਵਿਗਾੜ ਸਕੇਗਾ। ਤੁਰਾ ਕਰ ਨਜ਼ਰ ਲਸ਼ਕਰ, ਤੁਰਾ ਗਰ ਨਜ਼ਰ ਹਸਤ ਲਸ਼ਕਰ ਵਾ ਸਰ,
ਕਿ ਮਾਰਾ ਨਿਗਾਸਤ ਇਸ ਦਾ ਸ਼ੁਕਰ, ਤੈਨੂੰ ਮਾਣ ਹੈ ਫੌਜਾਂ ਤੇ ਔਰੰਗਜ਼ੇਬ, ਮੈਂ ਸ਼ੁਕਰ ਕਰਦਾ ਹਾਂ ਪਰਮਾਤਮਾ ਦਾ ਮੇਰੇ ਪੱਖ ਵਿੱਚ ਉਹ ਹੈ ਕਿ ਊਰਾ ਗਰੂ ਰਸਤਬਾ ਮੁਲਕ ਮਾਲ ਵਾ ਮਾਰਾ ਪਨਾਸਤ ਯਸ ਦਾ ਅਕਾਲ। ਤੈਨੂੰ ਮਾਣ ਹੈ ਲੱਖਾਂ ਫੌਜਾਂ ਤੇ ਤਖਤੋ ਤਾਜਾਂ ਤੇ, ਮੈਨੂੰ ਮਾਣ ਹੈ ਪਰਮਾਤਮਾ ਦੇ ਉੱਤੇ ਜੋ ਮੇਰੇ ਪੱਖ ਵਿੱਚ ਹੈ, ਮੇਰਾ ਵਾਲ ਨਹੀਂ ਵਿੰਗਾ ਦੇਵੇਗਾ। ਇਹ ਹੈ ਸਿੱਖ ਜਗਤ ਦੀ ਸੋਚ। ਖੈਰ, ਖਾਲਸਾ ਕੱਟੀ ਦਾ ਵੱਡੀ ਦਾ ਰਿਹਾ ਹੈ ਕਿ ਭੂਰਿਆਂ ਵਾਲੇ ਬਾਬੇ ਵੱਜਦੇ ਸਨ, ਕੰਬਲ ਇਹਨਾਂ ਦੇ ਕੋਲ ਪਾਟੇ ਜੇ ਹੁੰਦੇ ਸਨ। ਇਉਂ ਸਮਝ ਲਓ ਜੋ ਰੰਗ ਰਾਤੇ ਕਰਮ ਵਿਧਾਤੇ, ਗੁਰ ਸੇਵਾ ਤੇ ਜੁਗ ਚਾਰੇ ਜਾਤੇ, ਦੀਨ ਦੁਨੀਆਂ ਦੇ ਮਾਲਕ ਗੁਰੂ ਪੰਥ ਦੀ ਜਿਹਨੇ ਸੇਵਾ ਕੀਤੀ, ਚੌਵਾਂ ਯੁੱਗਾਂ ਵਿੱਚ ਉਹਦਾ ਨਾਮ ਪ੍ਰਗਟ ਰਹਿੰਦਾ ਹੈ, ਉਹਦਾ ਨਾਮ ਨਹੀਂ ਮਿਟਦਾ। ਇਹ ਵੱਡਾ ਘੱਲੂਘਾਰਾ ਸੀ। ਇੱਥੇ ਹੀ ਬਸ ਨਹੀਂ, ਅਬਦਾਲੀ ਤੇ ਮੁੜ ਗਿਆ। ਕੁਝ ਸਮੇਂ ਬਾਅਦ ਅਬਦਾਲੀ ਦੀ ਮੌਤ ਹੁੰਦੀ ਹੈ, ਪਰ ਮਿਸਲਾਂ ਦਾ ਜ਼ੋਰ ਇੰਨਾ ਵੱਧਾ ਗਿਆ, ਇੱਕ ਸਮਾਂ ਆਇਆ ਫਿਰ ਸਿਰਮੌਰ ਮਹਾਰਾਜਾ ਪ੍ਰਗਟ ਹੋਇਆ ਇਸ ਰੂਹੇ ਜ਼ਮੀਨ ਦਾ, ਜਿਹਨੂੰ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ, ਸ਼ੇਰੇ ਪੰਜਾਬ। ਉਹਦੇ ਤਲਵਾਰ ਦੀ ਧਾਰ ਇੰਨੀ ਤਿੱਖੀ ਸੀ, ਭਾਰਤ ਵਰਸ਼ ਵਿੱਚ ਇਕਲੌਤੀ ਫੌਜ ਖਾਲਸੇ ਦੀ ਐਸੀ ਹੋਈ ਹੈ ਜਿਹਨੇ ਇੰਡੀਅਨ ਓਰਿਜਨ ਤੋਂ ਬਾਹਰ ਮੱਲਾਂ ਮਾਰੀਆਂ ਨੇ। ਨਾ ਤਾਂ ਮਰਾਠੀ ਬਾਹਰ ਭਾਰਤ ਤੋਂ ਜਿੱਤ ਸਕੇ ਕਿਸੇ, ਨਾ ਰਾਜਪੂਤ ਹੀ ਜਿੱਤ ਸਕੇ। ਜੇ ਜਿੱਤਿਆ ਹੈ ਤੇ ਖਾਲਸੇ ਨੇ ਜਿੱਤਿਆ। ਰਾਜਾ ਰਣਜੀਤ ਸਿੰਘ ਨੇ ਤਿੱਬਤ ਤੱਕ ਚੀਨ ਜਿੱਤ ਲਿਆ, ਅਫਗਾਨਿਸਤਾਨ ਦਾ ਖੈਬਰ ਪਾਸ ਜਿੱਤ ਲਿਆ, ਪੰਜਾਬ ਦੀ ਹੱਦਬੰਦੀ ਉੱਥੋਂ ਤੱਕ ਚਲੀ ਗਈ ਜਿੱਥੇ ਅੱਜ ਅਮਰੀਕਾ ਵੀ ਹਮਲਾ ਕਰਨ ਨੂੰ ਥਰ ਥਰ ਕੰਬਦਾ ਹੈ। ਅਫਗਾਨਿਸਤਾਨ ਦੀ ਰੂਹੇ ਜ਼ਮੀਨ ਤੇ ਖਾਲਸਾ ਪੰਥ ਦਾ ਝੰਡਾ ਬੁਲੰਦ ਰਿਹਾ, ਕੌਣ ਨਹੀਂ ਜਾਣਦਾ ਦੁਨੀਆ ਤੇ। ਇਹ ਬੀਜ ਕਿਹਨੇ ਬੀਜਿਆ? 12 ਮਿਸਲਾਂ ਨੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਰਿਵਾਰ ਸਮੇਤ ਤਕਰੀਬਨ 50 ਸਾਲ ਰਿਹਾ ਹੈ, 1800 ਤੋਂ ਲੈ ਕੇ 1839 ਤੱਕ ਤੇ ਉਹ ਆਪ ਰਾਜ ਕਰਦੇ ਰਹੇ, ਸਰੀਰ ਛੱਡ ਗਏ। 10 ਸਾਲ ਪਰਿਵਾਰ ਨੇ ਰਾਜ ਕੀਤਾ 1849। ਸਭ ਤੋਂ ਵੱਡੀ ਤਾਕਤ ਖਾਲਸੇ ਦੀ ਇਸ ਲਈ ਮੰਨੀ ਗਈ, ਸਾਰਾ ਭਾਰਤ ਗੁਲਾਮ ਹੈ ਬ੍ਰਿਟਿਸ਼ ਅੰਪਾਇਰ ਦਾ। 1800 ਤਾਈਂ ਭਾਰਤ ਗੁਲਾਮ ਸੀ ਤੇ 49 ਸਾਲ ਪੰਜਾਬ ਨਹੀਂ ਗੁਲਾਮ ਹੋਇਆ ਬ੍ਰਿਟਿਸ਼ਰ ਦਾ। ਇਹ ਰਾਜਾ ਰਣਜੀਤ ਸਿੰਘ ਦੀ ਤਾਕਤ ਹੈ। ਇਹ ਫਿਰ ਰਾਜਾ ਜੀ ਦੀ ਮੌਤ ਤੋਂ ਬਾਅਦ ਹੀ ਕਿਧਰੇ 10 ਸਾਲ ਲੱਗੇ, ਸਾਡੇ ਕੁਝ ਕਰਿੰਦੇ ਸਿੱਖ ਵਿਕੇ ਤੇ ਬ੍ਰਿਟਿਸ਼ ਅੰਪਾਇਰ ਨੇ ਫਿਰ ਸਾਡਾ ਰਾਜ ਵੀ ਖੋ ਲਿਆ, ਤੋ ਉਹਨਾਂ ਭਾਰਤ ਵਰਸ਼ ਨੂੰ ਇਕੱਠਿਆਂ ਕਰਕੇ ਰਾਜ ਕੀਤਾ। ਫਿਰ ਉਹਦੇ ਬਾਅਦ 90% ਸਿੱਖ ਜਗਤ ਨੇ ਕੁਰਬਾਨੀਆਂ ਕਰਕੇ ਬ੍ਰਿਟਿਸ਼ ਅੰਪਾਇਰ ਦਾ ਰਾਜ ਪਲਟਿਆ, ਖਾਲਸਾ ਰਾਜ ਫਿਰ ਸਥਾਪਿਤ ਹੋਇਆ। ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਹ ਸਿੱਖ ਜਗਤ ਹੈ। ਨਹਿਰੂ ਨੇ ਵੇਖ ਲਿਆ ਵੀ ਰਾਜ ਇਹਨਾਂ ਦਾ ਹੀ ਹੈ ਪੰਜਾਬ ਵਿੱਚ, ਪਰ ਮੁਸ਼ਕਲ ਇਹ ਖੜੀ ਹੋ ਗਈ, ਡੈਮੋਕ੍ਰੇਸੀ ਸੀ, ਸਿਰਾਂ ਦੇ ਮੁੱਲ ਪੈਣੇ ਸਨ, ਉੱਥੇ ਅਸੀਂ ਪਛੜ ਗਏ, ਸਾਡੀਆਂ ਵੋਟਾਂ ਘੱਟ ਗਈਆਂ ਤੇ ਰਾਜ ਨਹਿਰੂ ਵਰਗੇ ਲੈ ਗਏ। ਸਾਡਾ ਆਜ਼ਾਦ ਖੇਤਾ ਪੰਜਾਬ ਜਾਂਦਾ ਰਿਹਾ, ਫਿਰ ਤੇ ਸਾਨੂੰ ਲੰਗੜਾ ਪੰਜਾਬ ਹੀ ਦਿੱਤਾ, ਵੱਢ ਟੁੱਪ ਕਰਦੇ ਰਹੇ, ਕਦੇ ਕੋਈ ਪੰਜਾਬੀ ਬੋਲਦਾ ਇਲਾਕਾ ਖੋਲਿਓ, ਕਦੇ ਹਰਿਆਣਾ ਵੱਖ ਕਰ ਦਿਓ, ਕਦੇ ਹਿਮਾਚਲ ਵੱਖ ਕਰ ਦਿਓ। ਪੰਜਾਬ ਬੜਾ
ਛੋਟਾ ਰਹਿ ਗਿਆ। ਜੇ ਖਾਲਸੇ ਦਾ ਇਤਿਹਾਸ ਪੜ੍ਹੀਏ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕੋਈ ਨਹੀਂ ਕਰ ਸਕਿਆ। ਮੈਂ ਇੱਕ ਬੇਨਤੀ ਕਰ ਦਵਾਂ, ਪ੍ਰਬੰਧਕਾਂ ਨੇ ਇਹ ਬੇਨਤੀ ਕੀਤੀ ਹੈ, ਪਰ ਮੈਂ ਆਪ ਸੰਗਤ ਦੇ ਸਾਹਮਣੇ ਰੱਖਣੀ ਚਾਹੁੰਦਾ ਹਾਂ। ਦੇਖੋ, ਜਦੋਂ ਹਕੂਮਤਾਂ ਜ਼ੁਲਮ ਕਰਦੀਆਂ ਨੇ, ਪ੍ਰੇਮ ਦੀ ਭਾਸ਼ਾ ਕੋਈ ਨਾ ਸਮਝੇ, ਸੈਲਫ ਡਿਫੈਂਸ ਵਿੱਚ ਸ਼ਸਤਰ ਚੁੱਕਣੇ ਪੈਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਚੁੰਕਾਰ ਜ਼ਹਮਾ ਹੀਲ ਤੇ ਦਰਗੁਜਸ਼ਤ, ਹਲਾਲਸਤ ਬੁਰਦਨ ਬਾਸ਼ਾ ਮਸ਼ੀਰ ਦਸਤ। ਪ੍ਰੇਮ ਦੀ ਭਾਸ਼ਾ ਕੋਈ ਨਾ ਸਮਝੇ ਤੇ ਸ਼ਸਤਰ ਉਠਾਈਦਾ ਹੈ। ਜਦੋਂ ਸਾਡੇ ਨਾਲ 1984 ਵਾਪਰਦੀ ਹੈ, ਸਿੰਘਾਂ ਨੇ ਸ਼ਸਤਰ ਉਠਾਏ, ਕੁਝ ਸ਼ਹੀਦ ਹੋ ਗਏ, ਕੁਝ ਜੇਲ੍ਹਾਂ ਵਿੱਚ ਡੱਕੇ ਗਏ, ਕਿਸੇ ਨੇ 25 ਸਾਲ, ਕਿਸੇ ਨੇ 27 ਸਾਲ, ਕਿਸੇ ਨੇ 32 ਸਾਲ ਕੈਦ ਕੱਟੀ ਹੈ। ਹੁਣ ਕੋਰਟ ਰਿਹਾਈ ਕਰਦਾ ਹੈ ਜਦੋਂ ਕੋਈ ਆਪਣੀ ਸਜ਼ਾ ਭੋਗ ਲਵੇ, ਪਰ ਸਿੱਖਾਂ ਨਾਲ ਭਾਰਤ ਵਰਸ਼ ਵਿੱਚ ਧੱਕਾ ਹੋ ਰਿਹਾ। ਹਿਊਮਨ ਰਾਈਟਸ ਦਾ ਘਾਣ ਕਰਦੀਆਂ ਸਰਕਾਰਾਂ ਕਿਧਰੇ ਕਿਧਰੇ ਪੈਰੋਲ ਤੇ ਛੱਡ ਦਿੰਦੇ ਨੇ ਇਹ ਸਿੱਖ ਕੈਦੀਆਂ ਨੂੰ, ਪਰ ਸਜ਼ਾ ਪੂਰੀ ਕਰ ਚੁੱਕੇ ਨੇ, ਉਹਨਾਂ ਨੂੰ ਰਿਹਾਈ ਨਹੀਂ ਦਿੰਦੇ। ਤੋ ਸਮੇਂ ਸਮੇਂ ਤੇ ਸਿੱਖ ਸੰਘਰਸ਼ ਲੜਦੇ ਨੇ। ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਾ ਹੈ,